ਸਿੱਖ ਕੌਮ ਪੂਰੀ ਦੁਨੀਆ ਦੇ ਵਿੱਚ ਬੜੀ ਮਸ਼ਹੂਰ ਹੋਣ ਦੀ, ਦੁਨੀਆ ਕੀ ਸਮਝਣ ਦੀ ਹੈ ਕਿ ਸਿੱਖ ਜਿਹੜੇ ਆ ਨਾ ਇਹ ਸ਼ੈਤਾਨ ਲੋਕ ਆ, ਇਹ ਲੜਾਈ ਝਗੜੇ ਵਾਲੀ ਕੌਮ ਹੈ, ਇਹ ਜਿਹੜਾ ਹੁੰਦਾ ਨਾ ਊਂਚਾ ਨੀਚਾ ਕਰਦੇ ਆ, ਇਹ ਗਰੀਬ ਦੇ ਉੱਤੇ ਹੱਥ ਪਾਉਂਦੇ ਆ ਅਤੇ ਅਮੀਰ ਨੂੰ ਜਿਹੜਾ ਹੁੰਦਾ ਨਾ ਉਹਨੂੰ ਹੱਥ ਨਹੀਂ ਗਲਾਉਂਦੇ, ਉਹਦੇ ਹੁੰਦਾ ਨਾ ਉਹਦੀ ਬੱਲਿਆਂ ਬੱਲਿਆਂ ਕਰਦੇ। ਹਾਂਜੀ, ਸੋ ਪਹਿਲੇ ਆਪਾਂ ਵੀਡੀਓ ਦੇਖਦੇ ਹਾਂ, ਪੂਰੀ ਵੀਡੀਓ ਸੁਣੋ ਡਾਕਟਰ ਸੁਖਪ੍ਰੀਤ ਸਿੰਘ ਸਾਹਿਬ ਜੀ ਦੀ, ਅੱਖਾਂ ਖੁੱਲ੍ਹ ਜਾਣਗੀਆਂ, ਹਕੀਕਤ ਖੁੱਲ੍ਹ ਕੇ ਸਾਹਮਣੇ ਆ ਜਾਏਗੀ। ਆ ਚਮਕੀਲਾ ਜਿਹੜਾ ਬਣਿਆ ਫਿਰਦਾ, ਚਮਕੀਲੇ ਨੇ ਆ ਕੇ ਅੰਮ੍ਰਿਤ ਦੀ ਦਾਤ ਨੂੰ ਹੱਥ ਪਾਇਆ। ਪਹਿਲੇ ਵੀਡੀਓ ਦੇਖਦੇ ਹਾਂ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਬਲਵਿੰਦਰ ਸਿੰਘ ਜਟਾਣਾ ਨੌਜਵਾਨਾਂ ਦੀ ਮਾਨਸਿਕਤਾ 'ਚ ਕਦੋਂ ਜਨਮ ਲੈਂਦਾ ਹੈ? ਜਦੋਂ ਸਿੱਧੂ ਮੂਸੇਵਾਲਾ ਆਪਣੇ ਗੀਤ 'ਚੋਂ ਦੀ ਗੱਲ ਕਰਦਾ। ਹੁਣ ਗੱਲ ਇਹ ਹੈ ਕਿ ਨਾਇਕ ਜਟਾਣਾ ਪਹਿਲਾਂ ਵੀ ਸੀ, ਨਾਇਕ ਹੁਣ ਵੀ ਹੈ, ਪਰ ਇੱਕ ਲੋਕ ਗਾਇਕ ਨੇ ਆਮ ਮਾਨਸਿਕਤਾ ਦੇ ਵਿੱਚ ਲਿਆ, ਉਹਦੇ 'ਚੋਂ ਨਿਕਲਿਆ ਕਿ ਮੇਰੇ ਅਤੇ ਬਲਜੀਤ ਸਿੰਘ ਦੇ ਲਿਖੇ ਲੇਖਾਂ ਨੇ ਇੰਨਾ ਕੰਮ ਨਹੀਂ ਸੀ ਕੀਤਾ, ਸਮਾਜ ਦੇ 'ਚ ਇੰਨਾ ਪ੍ਰਭਾਵ ਨਹੀਂ ਸੀ ਪਾਇਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਉਹਦੀ ਤਸਵੀਰ ਅਜਾਇਬ ਘਰ 'ਚ ਲਾਉਣੀ ਪਵੇ। ਪਰ ਇੱਕ ਗਾਇਕ ਨੇ ਨੌਜਵਾਨੀ ਜਿਹੜੀ ਸੀ ਉਹਦੀ ਮਾਨਸਿਕਤਾ ਨੂੰ ਪ੍ਰਭਾਵਿਤ ਜ਼ਰੂਰ ਕੀਤਾ, ਇਹ ਗੱਲ ਮੰਨਣੀ ਪਵੇਗੀ। ਹੁਣ ਜੇਕਰ ਉਸੇ ਸਮਾਜ ਦੇ ਵਿੱਚ ਇੱਕ ਨੌਜਵਾਨ ਗਾਇਕ ਜਿਹੜਾ ਹੈ, ਜੇਕਰ ਉਹ ਵਾਪਰੇ ਹੋਏ ਵਰਤਾਰੇ ਦੀ ਪੇਸ਼ਕਾਰੀ ਕੇਵਲ ਇੱਕ ਲਾਈਨ 'ਚ ਕਰਦਾ ਕਿ ਨਹੀਂ ਤਾਂ ਫਿਰ ਜਟਾਣਾ ਆਊਗਾ, ਉਹ ਨੌਜਵਾਨੀ ਦੇ ਉੱਪਰ ਕਿੰਨਾ ਵੱਡਾ ਅਸਰ ਛੱਡਦੀ ਹੈ। ਅਤੇ ਜੇ ਅੱਜ ਇਸੇ ਦਲਜੀਤ ਦਸਾਂਝ ਦੇ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਉੱਪਰ ਫਿਲਮ ਆ ਜਾਂਦੀ ਤਾਂ ਫਿਰ ਨੌਜਵਾਨੀ ਦੇ ਮਨਾਂ ਦੇ ਉੱਪਰ ਕਿਵੇਂ ਦਾ ਅਸਰ ਪਾਉਣਾ ਸੀ? ਗੱਲ ਕੀ ਸੀ, ਬੜਾ ਪਿਆਰਾ ਫੈਸਲਾ ਕੀਤਾ ਗਿਆ, ਉਹ ਗੀਤ ਗਾਓ, ਸਾਨੂੰ ਕੋਈ ਇਤਰਾਜ਼ ਨਹੀਂ, ਜਿਹੜਾ ਗੀਤ ਤੁਸੀਂ ਆਪਣੀ ਬੇਟੀ ਅਤੇ ਆਪਣੀ ਭੈਣ ਦੇ ਨਾਲ ਬੈਠ ਕੇ ਸੁਣ ਸਕਦੇ ਹੋ। ਗੱਲ ਕੇਵਲ ਇੰਨੀ ਹੋਈ। ਤਿੰਨ ਵਾਰੀ ਕਿਹਾ ਜਾਂਦਾ ਹੈ ਕਿ ਕਿਹਾ ਗਿਆ ਕਿ ਤੁਸੀਂ ਲੱਚਰ ਗੀਤ ਗਾਉਣੇ ਬੰਦ ਕਰ ਦਿਓ, ਪਰ ਜਦੋਂ ਅੱਗੋਂ ਇਹ ਜਵਾਬ ਮਿਲੇ ਕਿ ਮੈਂ ਤਾਂ ਗਾਉਣੇ ਆ ਕਿਉਂਕਿ ਮੈਂ ਉਹਨਾਂ ਨੂੰ ਪੈਸੇ ਭਰਦਾ, ਫਿਰ ਗੱਲ ਬਦਲ ਗਈ। ਸਿਰਜ ਇਸ ਕਰਕੇ ਦਿੱਤਾ ਗਿਆ, ਇੱਕ ਤਾਂ ਇਹਦੇ ਆਸਰੇ ਬੜੇ ਨਿਸ਼ਾਨੇ ਤੈਅ ਕੀਤੇ ਜਾਂਦੇ ਨੇ। ਪਹਿਲੀ ਗੱਲ, ਸਾਨੂੰ ਜਾਤੀਵਾਦ ਦੀ ਲੜਾਈ 'ਚ ਫਸਾ ਦਿੱਤਾ ਗਿਆ ਕਿ ਉਹ ਨੀਵੀਂ ਜਾਤੀ ਦਾ ਹੋਣ ਕਰਕੇ ਤਾਂ ਮਾਰਿਆ ਗਿਆ। ਮੈਂ ਇੱਕ ਹੋਰ ਗੱਲ ਵੀ ਦੱਸ ਦੇਵਾਂ, ਜਿਹੜੀ ਅਮਰਜੋਤ ਕੌਰ ਆ ਇਹ ਰਾਮਗੜੀਆ ਬਰਾਦਰੀ 'ਚੋਂ ਸੀ, ਅਤੇ ਜਦੋਂ 19 ਸਿੰਘਾਂ ਨੇ ਫੈਸਲਾ ਲਿਆ ਕਿ ਇਹ ਵਰਤਾਰਾ ਹੁਣ ਵਾਪਰੇਗਾ ਤਾਂ ਉਹਨਾਂ 19 ਸਿੰਘਾਂ ਦੇ ਵਿੱਚੋਂ ਸਰਦਾਰ ਹਰਦੇਵ ਸਿੰਘ ਦੇਵ ਵੀ ਰਾਮਗੜੀਆ ਬਰਾਦਰੀ 'ਚੋਂ ਸੀ। ਇਸ ਨੂੰ ਜਾਤੀ ਨਾਲ ਜੋੜ ਕੇ ਬਿਲਕੁਲ ਨਾ ਵੇਖਿਆ ਜਾਵੇ, ਗੱਲ ਕੇਵਲ ਅਤੇ ਕੇਵਲ ਲੱਚਰਤਾ ਤੱਕ ਸੀਮਤ ਹੈ। ਕਿ ਬਿਰਤਾਂਤ ਕਿਹੜਾ ਸਿਰਜਿਆ ਗਿਆ, ਗੱਲ ਉਸ ਬਿਰਤਾਂਤ ਦੀ ਹੈ ਕਿ ਸਾਰੀ ਸਮੁੱਚੀ ਕੌਮੀਅਤ ਨੂੰ ਇੱਕ ਲੱਚਰਤਾ ਦੇ ਦਾਇਰੇ 'ਚ ਲਿਆਉਣਾ, ਇੱਕ ਲਹਿਰ ਦੇ ਇੱਕ ਪਵਿੱਤਰ ਕਾਰਜ ਜਿਹੜੇ ਸੀ ਉਹਨਾਂ ਸਮੇਂ 'ਚ ਸਾਰਿਆਂ 'ਤੇ ਬਦਨਾਮੀ ਦਾ ਲੇਪ ਲਾ ਦੇਣਾ ਕਿ ਸਾਰੇ ਸ਼ਾਇਦ ਇਸੇ ਤਰ੍ਹਾਂ ਹੀ ਕਰਦੇ ਹੋਣਗੇ, ਤੀਜੀ ਗੱਲ ਕਿ ਉਸ ਸਮੇਂ ਜਿਹੜਾ ਉਸ ਸਮੇਂ ਦਾ ਲਟੇਰਾ ਅੰਸ਼ ਹੈ ਉਹਨੂੰ ਵੀ ਸਿੱਖਾਂ ਦੇ ਜੁਝਾਰੂ ਅੰਸ਼ ਦੇ ਨਾਲ ਜੋੜ ਦੇਣਾ, ਕਿੰਨੇ ਨਿਸ਼ਾਨੇ ਤੈਅ ਹੋਏ। ਅੱਜ ਸਾਨੂੰ ਪਰੋਸਿਆ ਕੀ ਜਾ ਰਿਹਾ, ਨਿਰਸੰਦੇਹ ਸਮਾਜ 'ਚ ਨੈਤਿਕਤਾ ਕੀ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਲੱਚਰਤਾ ਅਸ਼ਲੀਲਤਾ ਕਿਸੇ ਵੀ ਦਿਮਾਗ ਦੇ ਵਿੱਚ ਹੋ ਸਕਦੀ, ਪਰ ਸਮਾਜ ਦੇ ਵਿੱਚ ਉਹਨੂੰ ਪ੍ਰਗਟ ਕਰਨਾ ਅਨੈਤਿਕਤਾ ਹੈ, ਇਹ ਹੀਣਾਪਣ ਹੈ। ਹੁਣ ਜਦੋਂ ਅੱਜ ਖਾਸ ਕਰਕੇ ਜਦੋਂ ਮੈਂ ਇਹਦੇ ਫਿਲਮ ਦੇ ਬਾਰੇ ਬੜੇ ਰਿਵਿਊ ਪੜ੍ਹ ਰਿਹਾ ਸੀ ਤਾਂ ਇਹਦੇ ਪੜ੍ਹ ਕੇ ਮੈਨੂੰ ਬਹੁਤ ਚੀਜ਼ਾਂ ਨੇ ਸੋਚਣ ਲਈ ਮਜਬੂਰ ਕੀਤਾ। ਖਾਸ ਕਰਕੇ ਜੇ ਮੈਂ ਇਹਦਾ ਬੜਾ ਸੰਜੀਦਗੀ ਨਾਲ ਅਧਿਐਨ ਕਰਾਂ ਤਾਂ ਇਹ ਗੱਲਾਂ ਬੜੀਆਂ ਘਾਤਕ ਨੇ। ਪਹਿਲੀ ਗੱਲ ਤਾਂ ਇਹ, ਇਵੇਂ ਦਾ ਗਾਇਕ
ਜਿਹੜਾ ਲੱਚਰ ਗਾਉਂਦਾ ਹੈ ਉਹ ਸਮਾਜ 'ਚ ਪੈਦਾ ਕਿਉਂ ਹੁੰਦਾ ਹੈ? ਕਿਉਂਕਿ ਸਮਾਜ ਉਸ ਲੱਚਰਤਾ ਨੂੰ ਸੁਣਨ ਨਾਲ ਚਾਹੁੰਦਾ। ਪਹਿਲੀ ਗਲਤੀ ਸਾਡੇ 'ਚੋਂ ਸ਼ੁਰੂ ਹੁੰਦੀ ਹੈ। ਫਿਰ ਸਮਾਜ ਦੇ 'ਚੋਂ ਲੱਚਰਤਾ ਜਿਹੜੀ ਹੈ ਉਹਦਾ ਇੱਕ ਅੰਸ਼ ਜਿਹੜਾ ਉਹ ਸਾਡੀਆਂ ਬੀਬੀਆਂ 'ਚੋਂ ਵੀ ਆਉਂਦਾ। ਜਦੋਂ ਬੀਬੀਆਂ ਕਈ ਵਾਰੀ ਲੜਦੀਆਂ ਨੇ ਜਾਂ ਬੱਚਿਆਂ ਦੇ ਸਾਹਮਣੇ ਕੋਈ ਇਵੇਂ ਦੀ ਗੱਲ ਕਰਦੀਆਂ ਨੇ ਉਹ ਅੰਸ਼ ਸਾਡੇ 'ਚ ਆਉਂਦਾ। ਹੁਣ ਤੁਸੀਂ ਵੇਖੋ, ਜੇ ਸਾਡੇ ਵਿਆਹ ਸ਼ਾਦੀਆਂ ਦੇ ਉੱਪਰ ਕਿਸੇ ਵੀ ਅਨੈਤਿਕ ਰੂਪ ਦੇ ਵਿੱਚ ਵਰਤੀ ਗਈ ਸ਼ਬਦਾਵਲੀ, ਚਾਹੇ ਗਿੱਧੇ ਚਾਹੇ ਬੋਲੀਆਂ ਦੇ ਰੂਪ ਦੇ ਵਿੱਚ ਜੇਕਰ ਬੱਚਿਆਂ ਦੀ ਮਾਨਸਿਕਤਾ 'ਤੇ ਅਸਰ ਪਾਉਂਦੀ ਹੈ ਅਤੇ ਉਹੀ ਬੱਚੇ ਕੱਲ੍ਹ ਨੂੰ ਇੱਕ ਲੱਚਰ ਗਾਇਕ ਦਾ ਰੂਪ ਲੈਂਦੇ ਨੇ, ਅਤੇ ਜਿਹੜੀਆਂ ਸਾਡੀਆਂ ਭੈਣਾਂ ਅੱਜ ਇੰਸਟਾਗ੍ਰਾਮ 'ਤੇ ਰੀਲਾਂ ਬਣਾ ਰਹੀਆਂ ਨੇ ਇਹ ਭਵਿੱਖ ਦੇ ਵਿੱਚ ਕਿੰਨੇ ਚਮਕੀਲੇ ਅਤੇ ਭੜਕੀਲੇ ਪੈਦਾ ਕਰਨਗੀਆਂ? ਪਹਿਲੀ ਗੱਲ ਤਾਂ ਇਹ ਸਮਝਣ ਦੀ ਲੋੜ ਹੈ, ਕਿਉਂਕਿ ਮੀਡੀਆ ਦਾ ਯੁੱਗ ਹੈ। ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈ, ਜਿਸ ਨੂੰ ਬੜੀ ਸੰਜੀਦਗੀ ਦੇ ਨਾਲ ਸਮਝਣਾ ਪਵੇਗਾ। ਦੂਜੀ ਗੱਲ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਗਾਇਕ ਧਰਮ ਦੇ ਰੋਲ ਮਾਡਲ ਨਹੀਂ ਹੁੰਦੇ, ਪਰ ਕਿਸੇ ਹੱਦ ਤੱਕ ਨੌਜਵਾਨੀ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਜ਼ਰੂਰ ਕਰਦਾ ਗਾਇਕ। ਮੈਨੂੰ ਯਾਦ ਹੈ ਕਿ ਸਰਦਾਰ ਬਲਵਿੰਦਰ ਸਿੰਘ ਜਟਾਣਾ ਦੇ ਉੱਪਰ ਸਭ ਤੋਂ ਪਹਿਲਾਂ ਆਰਟੀਕਲ ਲਿਖਿਆ ਬਲਜੀਤ ਸਿੰਘ ਖਾਲਸਾ ਹੋਣਾ ਨੇ, ਉਹਨਾਂ ਦੀ ਕਿਤਾਬ ਸੀ ਕਿ ਹਿੰਦੁਸਤਾਨੀ ਅੱਤਵਾਦ, ਉਹਦੇ ਵਿੱਚ ਲਿਖਿਆ। ਉਹਦੇ ਤੋਂ ਬਾਅਦ ਜਦੋਂ ਪੂਲੇ ਨਿਹੰਗ ਦਾ ਸਾਰਾ ਵਰਤਾਰਾ ਵਾਪਰਿਆ ਅਤੇ ਬਲਵਿੰਦਰ ਸਿੰਘ ਜਟਾਣਾ ਦੇ ਉੱਪਰ ਮੈਂ ਇੱਕ ਬਹੁਤ ਲੰਮਾ ਲੇਖ ਲਿਖਿਆ ਅਤੇ ਕਿਤਾਬ ਵੀ ਲਿਖੀ ਅੱਤ ਦਾ ਅੰਤ। ਪਰ ਬਲਵਿੰਦਰ ਸਿੰਘ ਜਟਾਣਾ ਨੌਜਵਾਨਾਂ ਦੀ ਮਾਨਸਿਕਤਾ 'ਚ ਕਦੋਂ ਜਨਮ ਲੈਂਦਾ ਹੈ? ਜਦੋਂ ਸਿੱਧੂ ਮੂਸੇਵਾਲਾ ਆਪਣੇ ਗੀਤ 'ਚ ਉਹਦੀ ਗੱਲ ਕਰਦਾ। ਹੁਣ ਗੱਲ ਇਹ ਹੈ ਕਿ ਨਾਇਕ ਜਟਾਣਾ ਪਹਿਲਾਂ ਵੀ ਸੀ, ਨਾਇਕ ਹੁਣ ਵੀ ਹੈ, ਪਰ ਇੱਕ ਲੋਕ ਗਾਇਕ ਨੇ ਆਮ ਮਾਨਸਿਕਤਾ ਦੇ ਵਿੱਚ ਲਿਆਂਦਾ। ਉਹਦੇ 'ਚੋਂ ਨਿਕਲਿਆ ਕਿ ਮੇਰੇ ਅਤੇ ਬਲਜੀਤ ਸਿੰਘ ਦੇ ਲਿਖੇ ਲੇਖਾਂ ਨੇ ਇੰਨਾ ਕੰਮ ਨਹੀਂ ਸੀ ਕੀਤਾ, ਸਮਾਜ ਦੇ 'ਚ ਇੰਨਾ ਪ੍ਰਭਾਵ ਨਹੀਂ ਸੀ ਪਾਇਆ ਕਿ ਸਿੱਖਾਂ ਦੀ ਸਰਮੌਰ ਸੰਸਥਾ ਨੂੰ ਉਹਦੀ ਤਸਵੀਰ ਅਜਾਇਬ ਘਰ 'ਚ ਲਾਉਣੀ ਪਵੇ। ਪਰ ਇੱਕ ਗਾਇਕ ਨੇ ਨੌਜਵਾਨੀ ਜਿਹੜੀ ਸੀ ਉਹਦੀ ਮਾਨਸਿਕਤਾ ਨੂੰ ਪ੍ਰਭਾਵਿਤ ਜ਼ਰੂਰ ਕੀਤਾ, ਇਹ ਗੱਲ ਮੰਨਣੀ ਪਵੇਗੀ। ਹੁਣ ਜੇਕਰ ਉਸੇ ਸਮਾਜ ਦੇ ਵਿੱਚ ਇੱਕ ਨੌਜਵਾਨ ਗਾਇਕ ਜਿਹੜਾ ਜੇਕਰ ਉਹ ਵਾਪਰੇ ਹੋਏ ਵਰਤਾਰੇ ਦੀ ਪੇਸ਼ਕਾਰੀ ਕੇਵਲ ਇੱਕ ਲਾਈਨ 'ਚ ਕਰਦਾ ਕਿ ਨਹੀਂ ਤਾਂ ਫਿਰ ਜਟਾਣਾ ਆਊਗਾ, ਉਹ ਨੌਜਵਾਨੀ ਦੇ ਉੱਪਰ ਕਿੰਨਾ ਵੱਡਾ ਅਸਰ ਛੱਡਦੀ ਹੈ। ਅਤੇ ਜੇ ਅੱਜ ਇਸੇ ਦਲਜੀਤ ਦੋਸਾਂਝ ਦੇ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਉੱਪਰ ਫਿਲਮ ਆ ਜਾਂਦੀ ਤਾਂ ਫਿਰ ਨੌਜਵਾਨੀ ਦੇ ਮਨਾਂ ਦੇ ਉੱਪਰ ਕਿਵੇਂ ਦਾ ਅਸਰ ਪਾਉਣਾ ਸੀ? ਸਟੇਟ ਕਦੀ ਨਹੀਂ ਸੀ ਚਾਹੁੰਦੀ ਕਿ ਜੇਕਰ ਇੱਕ ਨੌਜਵਾਨ ਸਿੱਖ ਗਾਇਕ ਦੇ ਮੂੰਹ 'ਚੋਂ ਇੱਕ ਗੱਲ ਨਿਕਲੀ ਨੇ, ਇੱਕ ਸ਼ਹਾਦਤ ਨੂੰ ਨੌਜਵਾਨਾਂ ਦੇ ਮਨਾਂ ਦੇ ਵਿੱਚ ਪੁਨਰ ਸਥਾਪਿਤ ਕਰ ਦਿੱਤਾ ਹੈ, ਅਤੇ ਦੂਜਾ ਜਿਹੜਾ ਸ਼ਹੀਦ ਹੈ ਉਹਦੀ ਸਥਾਪਤੀ ਕਿਉਂ ਹੋਣ ਦਿੱਤੀ ਜਾਵੇ? ਫਿਰ ਸਥਾਪਤੀ ਕਿਸ ਦੀ ਕਰਨੀ ਸੀ? ਇਹ ਸਾਰਾ ਇੱਕ ਬਹੁਤ ਵੱਡਾ ਬਿਰਤਾਂਤ ਸਿਰਜਿਆ ਜਾਂਦਾ, ਗੱਲਾਂ ਛੋਟੀਆਂ ਜਿਹੀਆਂ ਨਹੀਂ ਹੁੰਦੀਆਂ। ਇਸੇ ਹੀ ਪੈਟਰਨ ਦੇ ਉੱਪਰ ਪਹਿਲਾਂ ਇੱਕ ਗਾਇਕ ਜੋੜੀ ਦੀ ਪੰਜਾਬੀ 'ਚ ਫਿਲਮ ਆ ਜਾਣੀ ਜੋੜੀ, ਉਹਦੇ ਵਿੱਚ ਵੀ ਉਸ ਗਾਇਕ ਨੂੰ ਗੋਲੀਆਂ ਦੇ ਨਾਲ ਮਰਿਆ ਜਾਣਾ ਵਿਖਾਉਣਾ, ਮੁੜ ਕੇ ਬਾਲੀਵੁੱਡ ਦੇ ਵਿੱਚ ਆ ਜਾਣੀ। ਕਾਰਨ ਕੀ ਸੀ? ਕਿ ਬਾਲੀਵੁੱਡ ਜਿਹੜਾ ਉਹ ਪੂਰਾ ਨੈਸ਼ਨਲ ਮੀਡੀਆ ਹੈ, ਅਤੇ ਸਿੱਖਾਂ ਨੂੰ ਉਸ ਮੀਡੀਆ 'ਚ ਬਦਨਾਮ ਕੀਤਾ ਜਾਵੇ ਕਿ ਕਿੰਨੇ ਕਰੂਰ ਨੇ, ਅਤੇ ਆਧਾਰ ਕੀ ਬਣਾਇਆ ਗਿਆ? ਜਾਤੀਵਾਦ, ਜੀ ਨੀਵੀਂ ਜਾਤੀ ਦੇ ਵਿੱਚੋਂ ਸੀ ਤਾਂ ਕਰਕੇ। ਬਿਲਕੁਲ ਇਹ ਕਿਤੇ ਕਾਰਨ ਹੀ ਨਹੀਂ ਹੈਗਾ। ਕਾਰਨ ਸੀ ਕੇਵਲ ਅਤੇ ਕੇਵਲ ਲੱਚਰ ਗਾਇਕੀ, ਕਿਉਂਕਿ ਉਸ ਵਰਤਾਰੇ ਨਾਲ ਸੰਬੰਧਿਤ ਬਹੁਤ ਸਾਰੇ ਸਿੰਘ ਜਿਹੜੇ ਨੇ ਜਿਉਂਦੇ ਜਾਗਦੇ ਨੇ। ਭਾਈ ਲਵਿਸ਼ਿੰਦਰ ਸਿੰਘ ਇੰਗਲੈਂਡ 'ਚ ਬੈਠੇ ਨੇ, ਉਹਨਾਂ ਦੇ ਇੰਟਰਵਿਊ ਮੀਡੀਆ 'ਤੇ ਪਈਆਂ ਨੇ, ਉਹ ਕਹਿੰਦੇ ਕਿ ਸਾਨੂੰ ਤਾਂ ਇਸ ਸਾਰੇ ਵਰਤਾਰੇ ਤੋਂ ਕਈ ਮਹੀਨੇ ਬਾਅਦ ਪਤਾ ਲੱਗਾ ਕਿ ਕਿਹੜੀ ਬਰਾਦਰੀ ਦੇ ਵਿੱਚੋਂ। ਦੂਜੀ ਗੱਲ, ਬੀਬਾ ਅਮਰਜੋਤ ਕੌਰ
ਜਿਹੜੀ ਉਹਦੇ ਨਾਲ ਗਾਇਕ ਜੋੜੀ ਸੀ। ਹੁਣ ਫਿਲਮ ਨੇ ਮਨਾਂ ਦੇ ਵਿੱਚ ਸਿਰਜਿਆ ਕੀ ਕਿ ਪਹਿਲਾਂ ਔਰਤ ਨੂੰ ਗੋਲੀ ਮਾਰੀ ਗਈ? ਬਿਲਕੁਲ ਨਹੀਂ, ਪਹਿਲਾਂ ਗੋਲੀ ਗਾਇਕ ਨੂੰ ਮਾਰੀ ਗਈ, ਗਾਇਕਾ ਚੱਲਦੀਆਂ ਗੋਲੀਆਂ ਦੇ ਵਿੱਚ ਆ ਗਈ ਜਿਹਦੇ ਕਰਕੇ ਉਹਦੀ ਮੌਤ ਹੋਈ। ਇਹ ਅਸਲ ਤੱਥ ਹੈ ਜਿਹੜੇ ਮੌਕੇ ਦੇ ਗਵਾਹ ਨੇ। ਦੂਜੀ ਗੱਲ, ਜਦੋਂ ਇਸ ਸਾਰੇ ਵਰਤਾਰੇ ਦੇ ਵਾਸਤੇ ਗੁਰੂ ਨਾਨਕ ਜਿਨੀ ਕਾਲਜ ਦੇ ਵਿੱਚ ਮੀਟਿੰਗ ਹੋਈ ਅਤੇ ਉਸ ਮੀਟਿੰਗ ਦੇ ਵਿੱਚ ਇੱਕ ਗੱਲ ਬੜੀ ਸਾਹਮਣੇ ਆਈ ਜਿਹਨੂੰ ਸਾਨੂੰ ਧਿਆਨ ਦੇ ਨਾਲ ਵੇਖਣ ਦੀ ਲੋੜ ਹੈ। ਮੈਂ ਕਿਹਾ ਸੀ ਕਿ ਇਸ ਸਾਰੇ ਵਰਤਾਰੇ ਤੁਸੀਂ ਫਿਲਮ ਦੇ ਰੂਪ 'ਚ ਨਾ ਵੇਖੋ, ਠੀਕ ਹੈ ਇੱਕ ਗਾਇਕ ਸੀ ਦੁਨੀਆ ਤੋਂ ਚਲਾ ਗਿਆ, ਕਿਸੇ ਦੇ ਮਨ ਦੇ ਵਿੱਚ ਉਹਦੇ ਪ੍ਰਤੀ ਚੰਗੀ ਭਾਵਨਾ ਹੋ ਸਕਦੀ, ਕਿਸੇ ਪ੍ਰਤੀ ਮਾੜੀ ਹੋ ਸਕਦੀ ਹੈ, ਪਰ ਸਮਾਜ ਦੇ ਵਿੱਚ ਵਰਤਾਰੇ ਨੂੰ ਸਮਝਣਾ ਅਤੇ ਸੰਜੀਦਗੀ ਨਾਲ ਅਧਿਐਨ ਕਰਨਾ ਬੜਾ ਜ਼ਰੂਰੀ ਹੈ। ਉਹਨਾਂ ਸਮਿਆਂ 'ਚ ਆਪਾਂ ਸਾਰਿਆਂ ਨੇ ਵੇਖਿਆ ਖਾੜਤੂਵਾਦ ਦੀਆਂ ਦੋ ਧਰਾਵਾਂ ਇਕਸਾਰ ਚੱਲ ਰਹੀਆਂ ਨੇ। ਇੱਕ ਤਾਂ ਨੇ ਉਹ ਜਿਹੜੇ ਸੱਚਮੁੱਚ ਹਲੇਮੀ ਰਾਜ ਦੇ ਸੰਕਲਪ ਦੇ ਵਾਸਤੇ ਘਰਾਂ 'ਚੋਂ ਨਿਕਲੇ ਹੋਏ ਨੇ। ਇਸ ਸਾਰੇ ਵਰਤਾਰੇ ਦੇ ਵਿੱਚ ਇੱਕ ਆਗੂ ਨੇ ਭਾਈ ਗੁਰਜੀਤ ਸਿੰਘ ਹਰੀਹਰ ਚੋਕ, ਫੈਡਰੇਸ਼ਨ ਦੇ ਪ੍ਰਧਾਨ। ਹੁਣ ਕੁਝ ਲੋਕਾਂ ਨੇ ਇਹ ਕਹਿਤਾ ਜੀ ਖਾੜਕੂ ਨੇ ਪੈਸੇ ਮੰਗੇ ਸੀ ਮੌਤ ਦਾ ਕਾਰਨ ਬਣੇ, ਜਾਂ ਫਿਰ ਕੁਝ ਗਾਇਕਾਂ ਨੇ ਖਾੜਕੂ ਨੂੰ ਪੈਸੇ ਦਿੱਤੇ। ਮੈਂ ਹਰੀਹਰ ਚੋਕ ਉਹਨਾਂ ਦੇ ਪਰਿਵਾਰ ਦੇ ਬਾਰੇ ਦੱਸ ਦੇਵਾਂ ਕਿ 1982 ਦੇ ਵਿੱਚ ਉਹਨਾਂ ਦੇ ਘਰ 'ਚ 4 ਫੋਰ ਟਰੈਕਟਰ ਸੀ, 150 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਨੇ। ਸੋ ਉਹ ਕੋਈ ਆਮ ਪਰਿਵਾਰ 'ਚੋਂ ਨਹੀਂ ਸੀ। ਹੁਣ ਉਹਦੇ ਬਰਾਬਰ ਇੱਕ ਹਕੂਮਤ ਦੀ ਸਰਪ੍ਰਸਤੀ ਵਾਲੀ ਲਹਿਰ ਚੱਲ ਰਹੀ ਸੀ, ਉਹ ਲਹਿਰ ਇਹ ਸੀ ਲੁਟੇਰੇ ਜਿਹੜੇ ਖਾੜਕੂਆਂ ਦੇ ਨਾਮ ਦੇ ਉੱਪਰ ਚਿੱਠੀਆਂ ਪਾਉਂਦੇ ਸੀ ਅਤੇ ਲੋਕਾਂ ਕੋਲ ਪੈਸੇ ਲੈਂਦੇ ਸੀ। ਨਾਮ ਖਾੜਕੂਆਂ ਦਾ ਲੱਗਦਾ ਸੀ, ਬਦਨਾਮ ਉਹ ਹੁੰਦੇ ਸੀ। ਹੋ ਸਕਦਾ ਕਿ ਇਹਨੂੰ ਕਿਸੇ ਲੁਟੇਰੇ ਨੇ ਚਿੱਠੀ ਪਾਈ ਹੋਵੇ ਇਸ ਗਾਇਕ ਨੂੰ, ਉਸ ਲੁਟੇਰੇ ਨੇ ਪੈਸੇ ਲੈ ਕੇ ਬਖਸ਼ ਵੀ ਦਿੱਤਾ ਹੋਵੇ ਅਤੇ ਨਾਮ ਸਿੰਘਾਂ ਦਾ ਲਿਆ ਹੋਵੇ ਕਿ ਅਸੀਂ ਉਹਨਾਂ ਸਿੰਘਾਂ ਦੀ ਜਥੇਬੰਦੀ 'ਚੋਂ ਆਏ। ਅਤੇ ਜਦੋਂ ਇਹ ਕਨੇਡਾ ਗਿਆ ਅਤੇ ਉੱਥੇ ਕਿਸੇ ਨੇ ਪੁੱਛਿਆ ਕਿ ਪਤਾ ਲੱਗਾ ਤੈਨੂੰ ਕੋਈ ਧਮਕੀ ਆਈ ਕੁਛ ਹੋਈ, ਕਹਿੰਦਾ ਨਹੀਂ ਕੋਈ ਗੱਲ ਨਹੀਂ, ਮੈਨੂੰ ਗੁਰਜੀਤ ਸਿੰਘ ਹੁਣਾਂ ਨੇ ਮੇਰੇ ਕੋਲ ਪੈਸੇ ਲੈ ਲਏ ਸੀ, ਪੈਸੇ ਹੀ ਮੰਗਦੇ ਸੀ। ਇਹ ਗੱਲ ਕਿਸੇ ਤਰ੍ਹਾਂ ਗੁਰਜੀਤ ਸਿੰਘ ਹੁਣਾਂ ਤੱਕ ਪਹੁੰਚ ਗਈ। ਜਦੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਕਮਰਾ ਨੰਬਰ 62 ਦੇ ਵਿੱਚ ਮੀਟਿੰਗ ਹੋਈ, ਸ਼ਾਇਦ 68 ਦੇ ਵਿੱਚ ਜਦੋਂ ਮੀਟਿੰਗ ਹੋਈ, 19 ਸਿੰਘ ਬੈਠੇ ਸੀ ਔਰ ਉਹਨਾਂ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਨੇ ਕਿਹਾ ਕਿ ਪਹਿਲੀ ਗੱਲ ਤਾਂ 3 ਵਾਰੀ, ਵੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ 3 ਵਾਰੀ ਉਸ ਨੂੰ ਬਕਾਇਦਾ ਤੌਰ 'ਤੇ ਲਿਖਤੀ ਤੌਰ 'ਤੇ ਚਿੱਠੀਆਂ ਭੇਜ ਕੇ ਇਸ ਗੱਲੋਂ ਆਗਾਹ ਕੀਤਾ ਗਿਆ ਕਿ ਤੁਸੀਂ ਲੱਚਰ ਗਾਇਕੀ ਛੱਡ ਦੇਵੋ, ਉਹ ਗੀਤ ਗਾਓ, ਸਾਨੂੰ ਤੁਹਾਡੇ 'ਤੇ ਕੋਈ ਇਤਰਾਜ਼ ਨਹੀਂ। ਕਿਉਂਕਿ ਜਦੋਂ ਫੈਡਰੇਸ਼ਨ ਦੀ ਮੋਗੇ ਦੇ ਵਿੱਚ ਇੱਕ ਕਨਵੈਨਸ਼ਨ ਹੋਈ ਸੀ, ਉਸ ਕਨਵੈਨਸ਼ਨ ਦੇ ਵਿੱਚ ਫੈਡਰੇਸ਼ਨ ਦੇ ਕੋਲ ਸਾਰੇ ਗਾਇਕ ਆਏ ਸੀ, ਮੁਹੰਮਦ ਸਦੀਕ, ਸੁਰਿੰਦਰ ਸ਼ਿੰਦਾ, ਜਿੰਨੇ ਵੀ ਕੁਲਦੀਪ ਮਾਣਕ, ਜਿੰਨੇ ਵੀ ਨਾਮਵਰ ਗਾਇਕ ਸੀ, ਉਹਨਾਂ ਨੇ ਕਿਹਾ ਸੀ ਸਾਨੂੰ ਪਤਾ ਲੱਗਿਆ ਕਿ ਸਿੱਖ ਜਥੇਬੰਦੀਆਂ ਸਮਾਜ ਸੁਧਾਰ ਦੀ ਲਹਿਰ ਸ਼ੁਰੂ ਕਰਨ ਲੱਗੀਆਂ ਨੇ ਅਤੇ ਸਾਡੇ ਵਾਸਤੇ ਕੋਈ ਸੈਂਸਰ ਬੋਰਡ ਬਣਾ ਦਿਓ, ਅਸੀਂ ਕੀ ਗਾਉਣਾ ਅਤੇ ਕੀ ਨਹੀਂ ਗਾਉਣਾ। ਅਖਬਾਰ 'ਚ ਖਬਰ ਆਈ ਸੀ ਬਕਾਇਦਾ ਤੌਰ 'ਤੇ ਕਿ ਸਿੱਖ ਜਥੇਬੰਦੀਆਂ ਨੇ ਗਾਇਕਾਂ ਵਾਸਤੇ ਸੈਂਸਰ ਬੋਰਡ ਤਿਆਰ ਕੀਤਾ। ਬਿਲਕੁਲ ਐਵੇਂ ਦੀ ਗੱਲ ਨਹੀਂ, ਕੋਈ ਸੈਂਸਰ ਬੋਰਡ ਤਿਆਰ ਨਹੀਂ ਕੀਤਾ। ਗੱਲ ਕੀ ਸੀ, ਬੜਾ ਪਿਆਰਾ ਫੈਸਲਾ ਕੀਤਾ ਗਿਆ, ਉਹ ਗੀਤ ਗਾਓ, ਸਾਨੂੰ ਕੋਈ ਇਤਰਾਜ਼ ਨਹੀਂ ਜਿਹੜਾ ਗੀਤ ਤੁਸੀਂ ਆਪਣੀ ਬੇਟੀ ਅਤੇ ਆਪਣੀ ਭੈਣ ਦੇ ਨਾਲ ਬੈਠ ਕੇ ਸੁਣ ਸਕਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ। ਉਹ ਗੀਤ ਗਾਓ ਜਿਹੜਾ ਗੀਤ ਤੁਸੀਂ ਆਪਣੀ ਬੇਟੀ ਆਪਣੀ ਭੈਣ ਦੇ ਸਾਹਮਣੇ ਬੈਠ ਕੇ ਸੁਣ ਸਕਦੇ ਹੋ। ਗੱਲ ਕੇਵਲ ਇੰਨੀ ਹੋਈ। 3 ਵਾਰੀ ਕਿਹਾ ਜਾਂਦਾ ਹੈ ਕਿ ਕਿਹਾ ਗਿਆ ਕਿ ਤੁਸੀਂ ਲੱਚਰ ਗੀਤ ਗਾਉਣੇ ਬੰਦ ਕਰ ਦਿਓ, ਪਰ ਜਦੋਂ ਅੱਗੋਂ ਇਹ ਜਵਾਬ ਮਿਲੇ ਕਿ ਮੈਂ ਤਾਂ ਗਾਉਣੇ ਆ ਕਿਉਂਕਿ ਮੈਂ ਉਹਨਾਂ ਨੂੰ ਪੈਸੇ ਭਰਦਾ, ਫਿਰ ਗੱਲ ਬਦਲ ਗਈ, ਫਿਰ ਇਹ ਫੈਸਲਾ ਲੈਣਾ ਪਿਆ। ਪਰ ਹੁਣ ਇਹਨੂੰ ਇੱਕਦਮ ਇਸ ਤਰ੍ਹਾਂ ਨਾਇਕ ਦੇ ਰੂਪ 'ਚ ਕਿਉਂ ਪ੍ਰਗਟ ਕੀਤਾ ਗਿਆ? ਜੇਕਰ ਤੁਸੀਂ ਦਾ ਪਰਿਵਾਰ ਵੇਖੋ ਤਾਂ ਉਹ ਪਰਿਵਾਰ ਦੇ ਵਿੱਚ ਵੀ ਹਿੰਸਾ,
ਉਹ ਆਪਣੀ ਪਤਨੀ 'ਤੇ ਵੀ ਹੱਥ ਚੁੱਕਦਾ, ਸ਼ਰਾਬ ਵੀ ਪੀਂਦਾ, ਬੀੜੀ ਦਾ ਸੇਵਨ ਵੀ ਕਰਦਾ। ਜਿਹੜੀ ਇੱਕ ਪਤਨੀ ਦੇ ਹੁੰਦਿਆਂ ਉਹਨੇ ਦੂਜੀ ਪਤਨੀ ਲਿਆਂਦੀ ਹੈ, ਉਹਦਾ ਵੀ ਉਹੀ ਹਾਲ ਕਰਦਾ। ਉਹਨੂੰ ਨਾਇਕ ਕਿਉਂ ਸਿਰਜ ਦਿੱਤਾ ਗਿਆ? ਸਾਰੇ ਪੰਜਾਬੀਆਂ ਦੀ ਮਾਨਸਿਕਤਾ ਇੱਥੇ ਲੈ ਕੇ ਕਿਉਂ ਖੜੀ ਕਰ ਦਿੱਤੀ ਗਈ ਕਿ ਸਾਰੇ ਪੰਜਾਬੀ ਉਸਨੂੰ ਸੁਣਦੇ ਸੀ? ਜਦੋਂ ਕਿ ਸਾਰੇ ਬਜ਼ੁਰਗਾਂ ਨੂੰ ਪਤਾ ਪਿੰਡਾਂ ਦੇ ਵਿੱਚ ਇੱਕ ਦੋ ਟਰੱਕ ਡਰਾਈਵਰ ਜਾਂ ਇੱਕ ਦੋ ਜਾਣੇ ਹੁੰਦੇ ਸੀ ਜਿਹੜੇ ਉਹਦੇ ਬਹੁਤੇ ਸੁਣਨ ਵਾਲੇ ਹੁੰਦੇ ਸੀ, ਸਾਰੇ ਨਹੀਂ ਸੀ ਸੁਣਦੇ। ਪਰ ਸਿਰਜ ਕਿਉਂ ਦਿੱਤਾ ਗਿਆ? ਸਿਰਜ ਇਸ ਕਰਕੇ ਦਿੱਤਾ ਗਿਆ, ਇੱਕ ਤਾਂ ਇਹਦੇ ਆਸਰੇ ਬੜੇ ਨਿਸ਼ਾਨੇ ਤੈਅ ਕੀਤੇ ਜਾਂਦੇ ਨੇ। ਪਹਿਲੀ ਗੱਲ, ਸਾਨੂੰ ਜਾਤੀਵਾਦ ਦੀ ਲੜਾਈ 'ਚ ਫਸਾ ਦਿੱਤਾ ਗਿਆ ਕਿ ਉਹ ਨੀਵੀਂ ਜਾਤੀ ਦਾ ਹੋਣ ਕਰਕੇ ਤਾਂ ਮਾਰਿਆ ਗਿਆ। ਮੈਂ ਇੱਕ ਹੋਰ ਗੱਲ ਵੀ ਦੱਸ ਦੇਵਾਂ, ਜਿਹੜੀ ਅਮਰਜੋਤ ਕੌਰ ਹੈ ਇਹ ਰਾਮਗੜੀਆ ਬਰਾਦਰੀ 'ਚੋਂ ਸੀ, ਅਤੇ ਜਦੋਂ 19 ਸਿੰਘਾਂ ਨੇ ਫੈਸਲਾ ਲਿਆ ਕਿ ਇਹ ਵਰਤਾਰਾ ਹੁਣ ਵਾਪਰੇਗਾ, ਅਤੇ ਉਹਨਾਂ 19 ਸਿੰਘਾਂ ਦੇ ਵਿੱਚੋਂ ਸਰਦਾਰ ਹਰਦੇਵ ਸਿੰਘ ਦੇਵ ਵੀ ਰਾਮਗੜੀਆ ਬਰਾਦਰੀ 'ਚੋਂ ਸੀ। ਇਸ ਨੂੰ ਜਾਤੀ ਨਾਲ ਜੋੜ ਕੇ ਬਿਲਕੁਲ ਨਾ ਵੇਖਿਆ ਜਾਵੇ, ਗੱਲ ਕੇਵਲ ਅਤੇ ਕੇਵਲ ਲੱਚਰਤਾ ਤੱਕ ਸੀਮਤ ਹੈ। ਦੂਜੀ ਗੱਲ, ਇਹ ਬਦਨਾਮ ਕਰ ਦਿੱਤਾ ਗਿਆ ਕਿ ਲਹਿਰ ਦੇ ਨਾਲ ਜੁੜੇ ਹੋਏ ਖਾੜਕੂ ਕੇਵਲ ਅਤੇ ਕੇਵਲ ਪੈਸੇ ਲੈ ਕੇ ਬੰਦਾ ਬਖਸ਼ ਦਿੰਦੇ ਸੀ, ਅਤੇ ਪੈਸੇ ਨਾ ਦੇਵੇ ਤਾਂ ਬੰਦਾ ਮਾਰ ਦਿੱਤੇ ਸੀ। ਤੀਜੀ ਗੱਲ, ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਹ ਸੁਨੇਹਾ ਦਿੱਤਾ ਗਿਆ ਕਿ ਜੇਕਰ ਕੋਈ ਗਾਇਕ ਉਹਨਾਂ ਨੂੰ ਫਰੌਤੀ ਨਹੀਂ ਸੀ ਦਿੰਦਾ ਤਾਂ ਉਹਦਾ ਇਹ ਹਸ਼ਰ ਕਰਦੇ ਸੀ। ਸੋ ਸਾਰਾ ਜਿਹੜਾ ਬਰਤਾਂਤ ਕੀ ਸਿਰਜਿਆ ਗਿਆ, ਪਰ ਹੁਣ ਜੇ ਇਹੀ ਬਰਤਾਂਤ ਜਸਵੰਤ ਸਿੰਘ ਖਾਲੜਾ ਦੀ ਫਿਲਮ ਆਈ ਹੁੰਦੀ, ਇਹੀ ਨਾਇਕ ਹੁੰਦਾ, ਤਾਂ ਫਿਰ ਬਰਤਾਂਤ ਕੀ ਹੁੰਦਾ? ਔਰ ਤੁਸੀਂ ਕਦੀ ਇਹਨੂੰ ਸੰਜੀਦਗੀ ਦੇ ਨਾਲ ਸੋਚਣ ਦਾ ਯਤਨ ਕਰੋ ਕਿ ਇੱਕ ਰਾਜ ਕਰ ਰਹੀ ਧਿਰ ਦਾ ਜਿਹੜਾ ਆਗੂ ਹੈ ਉਹਦੀ ਪਤਨੀ ਹੀ ਉਹਦੇ 'ਚ ਨਾਇਕ ਆ? ਇਹ ਸਾਰੀਆਂ ਗੱਲਾਂ ਨੂੰ ਸੋਚਣ ਦਾ ਯਤਨ ਕਰੋ। ਗੱਲ ਚਮਕੀਲੇ ਦੀ ਨਹੀਂ ਹੈ, ਗੱਲ ਹੋਰ ਕੋਈ ਵੀ ਨਹੀਂ ਹੈ, ਗੱਲ ਇਹ ਹੈ ਕਿ ਬਰਤਾਂਤ ਕਿਹੜਾ ਸਿਰਜਿਆ ਗਿਆ। ਗੱਲ ਉਸ ਬਰਤਾਂਤ ਦੀ ਹੈ ਕਿ ਸਾਰੀ ਸਮੁੱਚੀ ਕੌਮੀਅਤ ਨੂੰ ਇੱਕ ਲੱਚਰਤਾ ਦੇ ਦਾਇਰੇ 'ਚ ਲੈ ਆਉਣਾ, ਇੱਕ ਲਹਿਰ ਦੇ ਇੱਕ ਪਵਿੱਤਰ ਕਾਰਜ ਜਿਹੜੇ ਸੀ ਉਹਨਾਂ ਸਮੇਂ 'ਚ ਸਾਰਿਆਂ 'ਤੇ ਬਦਨਾਮੀ ਦਾ ਲੇਪ ਲਾ ਦੇਣਾ ਕਿ ਸਾਰੇ ਸ਼ਾਇਦ ਇਸੇ ਤਰ੍ਹਾਂ ਹੀ ਕਰਦੇ ਹੋਣਗੇ। ਤੀਜੀ ਗੱਲ ਕਿ ਉਸ ਸਮੇਂ ਜਿਹੜਾ ਉਸ ਸਮੇਂ ਦਾ ਲਟੇਰਾ ਅੰਸ਼ ਹੈ ਉਹਨੂੰ ਵੀ ਸਿੱਖਾਂ ਦੇ ਜੁਝਾਰੂ ਅੰਸ਼ ਦੇ ਨਾਲ ਜੋੜ ਦੇਣਾ, ਕਿੰਨੇ ਨਿਸ਼ਾਨੇ ਤੈਅ ਹੋਏ। ਸੋ ਮੈਂ ਇਹ ਕਹਿੰਦਾ ਹੁੰਦਾ ਕਿ ਹਰ ਗੱਲ ਨੂੰ ਜਿਹੜਾ ਵਾਪਰ ਰਿਹਾ ਵਰਤਾਰਾ ਉਹਨੂੰ ਸੰਜੀਦਗੀ ਦੇ ਨਾਲ ਜ਼ਰੂਰ ਵੇਖੀਏ। ਜੇ ਤੁਸੀਂ ਸੰਜੀਦਗੀ ਦੇ ਨਾਲ ਨਹੀਂ ਵੇਖਦੇ, ਵੇਖੋ ਸਾਡੇ ਕੋਲ ਪੈਰਾਮੀਟਰ ਧਰਮ ਹੈ, ਮੈਂ ਅੱਜ ਵੀ ਕਹਿੰਦਾ ਕਿ ਉਹਦੇ ਤੋਂ ਵੱਧ ਅਸ਼ਲੀਲਤਾ ਗਾਈ ਜਾ ਰਹੀ ਹੈ, ਉਹਦੇ ਤੋਂ ਵੱਧ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਉਹਦੇ ਤੋਂ ਵੱਧ ਅਸ਼ਲੀਲਤਾ ਅਸੀਂ ਵੇਖ ਰਹੇ ਹਾਂ, ਪਰ ਹੌਲੀ ਹੌਲੀ ਅਸੀਂ ਇਸ ਅਸ਼ਲੀਲਤਾ ਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਲਿਆ। ਅਤੇ ਮੈਂ ਫਿਰ ਕਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਅਸ਼ਲੀਲਤਾ ਨੂੰ ਪ੍ਰਵਾਨ ਕੀਤਾ ਸਾਡੀ ਅਗਲੀ ਪੀੜ੍ਹੀ ਕਿਵੇਂ ਦੀ ਹੋਵੇਗੀ, ਇਹ ਗੱਲ ਸਾਨੂੰ ਸੋਚਣੀ ਪਵੇਗੀ ਕਿ ਜਿਸ ਅਸ਼ਲੀਲਤਾ ਨੂੰ ਪ੍ਰਵਾਨ ਕੀਤਾ ਉਸ ਅਸ਼ਲੀਲਤਾ ਦੇ ਵਿੱਚੋਂ ਅਗਲੀ ਪੀੜ੍ਹੀ ਦਾ ਸਰੂਪ ਕੀ ਹੋਵੇਗਾ? ਕਿ ਭੈਣ ਅਤੇ ਭਰਾ ਰਲ ਕੇ ਜੋ ਕੁਝ ਚੱਲ ਰਿਹਾ ਉਹਨੂੰ ਵੇਖਣਗੇ, ਇਹਨੂੰ ਸੁਣਨਗੇ, ਇਹ 'ਤੇ ਅਮਲ ਕਰਨਗੇ, ਜਾਂ ਫਿਰ ਨੈਤਿਕ ਕਦਰਾਂ ਕੀਮਤਾਂ ਤੋਂ ਬਿਲਕੁਲ ਦੂਰ ਚਲੇ ਜਾਣਗੇ? ਉਹਦੇ 'ਚ ਦੋਸ਼ੀ ਅਸੀਂ ਸਾਰੇ ਵੀ ਹਾਂ। ਮੈਂ ਆਪਣੇ ਆਪ ਨੂੰ ਇਸ ਸਮੇਤ ਤੁਹਾਡੇ ਗਿਣਦਾ, ਅਸੀਂ ਸਾਰੇ ਹਾਂ। ਉਹਦਾ ਕਾਰਨ ਕੀ ਹੈ ਕਿ ਧਰਮ ਦੇ ਵਿੱਚ ਜਿਹੜੀ ਆਗੂ ਪ੍ਰਣਾਲੀ ਨੇ ਧਰਮ ਨੂੰ ਸਹੀ ਸੇਧ ਦੇਣੀ ਹੁੰਦੀ ਸੀ, ਉਹ ਸਾਡੇ 'ਚੋਂ ਆਗੂ ਪ੍ਰਣਾਲੀ ਖਤਮ ਹੋ ਚੁੱਕੀ। ਮੈਂ ਸਰਦਾਰ ਹਰੀ ਸਿੰਘ ਭੰਗੀ ਦੇ ਵੇਲੇ ਦੀ ਘਟਨਾ ਦੱਸਦਾ ਤੁਹਾਨੂੰ। ਸਰਦਾਰ ਹਰੀ ਸਿੰਘ ਭੰਗੀ ਨੇ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਅਗਵਾਹ ਕੀਤੀਆਂ ਹੋਈਆਂ ਬਹੁਤ ਸਾਰੀਆਂ ਮੁਸਲਮਾਨ ਬੱਚੀਆਂ ਜਿਹੜੀ ਅਸੀਂ ਛਡਾ ਲਈਆਂ। ਜਦੋਂ ਸਾਰੀਆਂ ਬੱਚੀਆਂ ਛਡਾ ਕੇ ਇਕੱਠੀਆਂ ਕੀਤੀਆਂ, ਪਰਿਵਾਰ ਬੁਲਾਏ, ਪਰਿਵਾਰ ਬੁਲਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਆਪੋ ਆਪਣੀਆਂ ਬੱਚੀਆਂ ਤੁਸੀਂ ਆਪਣੇ ਘਰਾਂ 'ਚ ਲੈ ਜਾਓ, ਅਬਦਾਲੀ ਇਹਨਾਂ ਨੂੰ ਗਜ਼ਨੀ ਲੈ ਕੇ ਜਾ ਰਿਹਾ ਸੀ, ਅਸੀਂ ਛਡਾ ਦਿੱਤੀਆਂ। ਹੁਣ ਪਰਿਵਾਰ ਜਿਹੜੇ ਨੇ ਉਹ ਆਪੋ ਆਪਣੇ ਪੁਜਾਰੀਆਂ ਦੇ ਦਾਇਰੇ ਦੇ ਹੇਠ ਨੇ, ਉਹਨਾਂ ਦੇ ਪ੍ਰਭਾਵ ਦੇ ਹੇਠ ਨੇ, ਕਹਿੰਦੇ ਨਹੀਂ।
ਇਹ ਇੱਕ ਦੋ ਰਾਤਾਂ ਅਬਦਾਲੀ ਦੇ ਕੈਂਪ 'ਚ ਰਹਿ ਆਈਆਂ ਨੇ, ਇਹ ਅਪਵਿੱਤਰ ਹੋ ਗਈਆਂ ਨੇ। ਇਹਨਾਂ ਦੀ ਅਗਨੀ ਪ੍ਰੀਖਿਆ ਲਵਾਂਗੇ, ਜਿਹੜੀ ਜਿਹੜੀ ਪਵਿੱਤਰ ਹੋਵੇਗੀ ਉਹ ਘਰ ਜਾ ਸਕਦੀ ਹੈ, ਜਿਹੜੀ ਅਪਵਿੱਤਰ ਹੋਵੇਗੀ ਉਹ ਨਹੀਂ ਜਾ ਸਕਦੀ। ਹੁਣ ਅਗਨੀ ਪ੍ਰੀਖਿਆ ਕੀ ਹੈ? ਇੱਕ ਅੱਗ ਬਾਲਾਂਗੇ, ਉਹਦੇ ਵਿੱਚੋਂ ਤੁਰ ਕੇ ਲੰਘਣਾ ਪਵੇਗਾ। ਜਿਹੜੀ ਜਿਉਂਦੀ ਲੰਘ ਗਈ ਉਹ ਪਵਿੱਤਰ ਹੈ, ਜਿਹੜੀ ਨਾ ਜਿਉਂਦੀ ਲੰਘੀ ਉਹ ਅਪਵਿੱਤਰ ਹੈ। ਹੁਣ ਜਦੋਂ ਇਹ ਫੈਸਲਾ ਕੀਤਾ ਗਿਆ ਤੇ ਸਰਦਾਰ ਹਰੀ ਸਿੰਘ ਭੰਗੀ ਕਹਿੰਦੇ ਨੇ ਬਿਲਕੁਲ ਮੈਂ ਇਸ ਫੈਸਲੇ ਨਾਲ ਸਹਿਮਤ ਹਾਂ, ਇਹ ਫੈਸਲਾ ਬਹੁਤ ਚੰਗਾ ਹੈ। ਇਹ ਸਾਨੂੰ ਵੇਖਣਾ ਚਾਹੀਦਾ ਕਿ ਪਵਿੱਤਰ ਕੌਣ ਹੈ, ਪਵਿੱਤਰ ਕੌਣ ਹੈ। ਜਿਹੜੀ ਪਵਿੱਤਰ ਹੈ ਉਹਨੂੰ ਘਰ 'ਚ ਨਹੀਂ ਲੈ ਕੇ ਜਾਣਾ ਚਾਹੀਦਾ। ਔਰ ਕਹਿੰਦਾ ਮੈਂ ਤਾਂ ਇਸ ਗੱਲ ਤੋਂ ਬਹੁਤ ਖੁਸ਼ੀ ਹੋਇਆ ਕਿ ਤੁਹਾਡਾ ਧਾਰਮਿਕ ਆਗੂ ਕਿੰਨਾ ਪਵਿੱਤਰ ਹੋਵੇਗਾ ਜਿਹੜਾ ਇਹ ਫੈਸਲਾ ਲੈਣ ਦੀ ਸਮਰੱਥਾ ਰੱਖਦਾ। ਉਹਨਾਂ ਕਿਹਾ ਜੀ ਆਹ ਸਾਡੇ ਪੁਜਾਰੀ ਜੀ ਧਾਰਮਿਕ ਆਗੂ ਨੇ। ਕਹਿੰਦੇ ਫਿਰ ਪੁਜਾਰੀ ਜੀ ਤੁਸੀਂ ਕਿੰਨੇ ਪਵਿੱਤਰ ਹੋਵੋਗੇ ਕਿ ਤੁਸੀਂ ਇਸ ਅਗਨੀ ਪ੍ਰੀਖਿਆ ਦੇ ਵਿੱਚੋਂ ਚੋਣ ਕਰਨ ਦੀ ਸਮਰੱਥਾ ਰੱਖਦੇ ਹੋ ਕਿ ਕਿਹੜੀ ਪਵਿੱਤਰ ਹੈ ਅਤੇ ਕਿਹੜੀ ਪਵਿੱਤਰ ਹੈ? ਤੁਸੀਂ ਕਿੰਨੇ ਪਵਿੱਤਰ ਹੋਵੋਗੇ? ਮੈਂ ਤੁਹਾਡੀ ਪਵਿੱਤਰਤਾ ਦੇ ਬਲਹਾਰੇ ਜਾਂਦਾ, ਅੱਗ ਬਾਲਣ ਲੱਗਾ, ਪਹਿਲਾਂ ਤੁਸੀਂ ਲੰਘ ਕੇ ਦਿਖਾ ਦਿਓ, ਬਾਅਦ 'ਚ ਇਹਨਾਂ ਦੀ ਪ੍ਰੀਖਿਆ ਲੈ ਲਿਓ। ਹੁਣ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਿਸੇ ਨੂੰ ਕਹਿਣਾ ਬਹੁਤ ਸੌਖਾ ਹੁੰਦਾ, ਜਦੋਂ ਗੱਲ ਆਪਣੇ 'ਤੇ ਆਉਂਦੀ ਹੈ ਫਿਰ ਉਹਨੂੰ ਨਿਭਾਉਣਾ ਬਹੁਤ ਔਖਾ ਹੁੰਦਾ। ਸੋ ਇਹ ਸਾਡੇ ਧਰਮ ਦਾ ਅੰਸ਼ ਹੁੰਦਾ, ਧਰਮ ਦਾ ਗੁਣ ਹੁੰਦਾ। ਮੈਂ ਫਿਰ ਵਾਰ ਵਾਰ ਕਹਿ ਰਿਹਾ ਕਿ ਹੋ ਸਕਦਾ ਕਿਸੇ ਨੂੰ ਕੋਈ ਗਾਇਕ ਪਸੰਦ ਹੋਵੇ, ਪਰ ਮੇਰਾ ਨਿਸ਼ਾਨਾ ਕਿਸੇ ਗਾਇਕ ਨੂੰ ਨਿੰਦਣਾ ਜਾਂ ਸਲਾਉਣਾ ਨਹੀਂ। ਮੇਰਾ ਨਿਸ਼ਾਨਾ ਹੈ ਕਿ ਇੱਕ ਗਾਇਕ ਦੀ ਜੀਵਨ ਨੂੰ ਲੈ ਕੇ ਜਿਹੜਾ ਵਰਦਾਨ ਸਿਰਜਿਆ ਗਿਆ ਉਹ ਕੀ ਹੈ, ਜਿਹੜਾ ਪ੍ਰਭਾਵ ਸਿਰਜਿਆ ਗਿਆ ਉਹ ਕੀ ਹੈ, ਜਿਹੜੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਕੀਤੇ ਗਏ ਉਹ ਕੀ ਹੈ। ਕੋਈ ਜਾਤੀਵਾਦ ਨਹੀਂ ਸੀ ਇਹਦੇ ਵਿੱਚ। ਜਾਤੀਵਾਦ ਤੁਸੀਂ ਵੇਖੋ ਸੋਸ਼ਲ ਮੀਡੀਆ 'ਤੇ ਭਾਰੂ ਹੈ ਵੀ ਨੀਵੀਂ ਜਾਤ ਦਾ ਜ਼ਿਆਦਾ ਤਰੱਕੀ ਕਰ ਗਿਆ ਸੀ, ਵੱਡੀ ਜਾਤੀ ਵਾਲਿਆਂ ਨੇ ਮਾਰ ਦਿੱਤਾ, ਇਵੇਂ ਦੀ ਕੋਈ ਗੱਲ ਨਹੀਂ ਸੀ। ਸੋ ਇਹ ਸਾਰੀਆਂ ਗੱਲਾਂ ਵੇਖਣ ਵਾਲੀਆਂ ਨੇ ਅਤੇ ਇਹਨਾਂ ਤੋਂ ਬਚਣ ਦੀ ਲੋੜ ਹੈ ਕਿ ਅਸੀਂ ਇਵੇਂ ਦੀਆਂ ਗੱਲਾਂ 'ਚ ਆ ਕੇ ਸਮਾਜ 'ਚ ਪਾੜਾ ਨਾ ਪਾਈਏ। ਸਾਡੇ 'ਚ ਬੜੀ ਸਪਸ਼ਟ ਗੱਲ ਹੈ ਕਿ ਤੂੰ ਸਰਬਾ ਸਾਂਝਾ ਸਾਹਿਬ ਬਾਪ ਹਮਾਰਾ। ਇੱਥੇ ਜਾਤੀਵਾਦ ਦੀ ਕੋਈ ਗੱਲ ਨਹੀਂ, ਇੱਥੇ ਤਾਂ ਬੜਾ ਸਪਸ਼ਟ ਹੈ ਕਿ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਰਹੇ। ਜੋਤ ਦੀ ਗੱਲ ਕਰੋ ਕਿ ਹਰ ਇਨਸਾਨ ਹੈ, ਜਾਤੀ 'ਤੇ ਕੋਈ ਗੱਲ ਹੀ ਨਹੀਂ ਹੈ ਸਾਡੇ ਧਰਮ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਇਵੇਂ ਦੀ ਗੱਲ ਨਹੀਂ ਹੈ। ਈਵਨ ਪੰਜਾਬ ਦੇ ਵਿੱਚ ਵੀ ਕਿਤੇ ਕੋਈ ਇੱਕਾ ਦੁੱਕਾ ਘਟਨਾ ਵਾਪਰ ਜਾਵੇ ਤਾਂ ਮੈਨੂੰ ਪਤਾ ਨਹੀਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੰਜਾਬ ਤੋਂ ਬਾਹਰ ਜੋ ਕੁਛ ਹੋ ਰਿਹਾ ਅਤੇ ਪੰਜਾਬ ਤੋਂ ਬਾਹਰ ਦੇ ਲੋਕ ਜਿਸ ਤਰ੍ਹਾਂ ਇਸ ਫਿਲਮ ਦੇ ਆਧਾਰ ਦੇ ਉੱਪਰ ਜਾਤੀਵਾਦ ਦੇ ਵਿੱਚ ਸਿੱਖਾਂ ਨੂੰ ਉਲਝਾਉਣ ਦਾ ਯਤਨ ਕਰ ਰਹੇ ਨੇ, ਪੰਜਾਬੀਆਂ ਨੂੰ ਉਲਝਾਉਣ ਦਾ ਯਤਨ ਕਰਦੇ ਨੇ, ਇਹ ਬਹੁਤ ਮਾੜਾ ਵਰਤਾਰਾ ਹੈ। ਸਾਨੂੰ ਇਵੇਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸੋ ਧਰਮ ਜਦੋਂ ਆ ਜਾਂਦਾ, ਦਇਆ ਅਤੇ ਧਰਮ ਜਦੋਂ ਇਕੱਠੇ ਹੋ ਜਾਂਦੇ ਨੇ, ਫਿਰ ਤੁਹਾਡੇ 'ਚ ਆ ਜਾਂਦੀ ਹਿੰਮਤ। ਤੀਸਰੇ ਪਿਆਰੇ ਹਿੰਮਤ ਸਿੰਘ ਜੀ, ਹਿੰਮਤ ਉਦੋਂ ਆਵੇਗੀ ਜਦੋਂ ਤੁਹਾਡੇ ਕੋਲ ਦਇਆ ਅਤੇ ਧਰਮ ਦੋਵੇਂ ਗੁਣ ਬਰਾਬਰ ਇਕਸਾਰ ਹੋਣਗੇ। ਅਤੇ ਹਿੰਮਤ ਜਿਹੜੀ ਹੈ, ਹਿੰਮਤ ਇਵੇਂ ਦੀ ਚੀਜ਼ ਹੈ ਕਿ ਫਿਰ ਤੁਹਾਡੇ ਮਨ ਦੇ ਵਿੱਚੋਂ ਭੈ ਜਿਹੜਾ ਉਹ ਦੂਰ ਹੋ ਜਾਂਦਾ। ਜਿੰਨਾ ਚਿਰ ਤੁਸੀਂ ਹਿੰਮਤੀ ਨਹੀਂ ਹੋ, ਤੁਸੀਂ ਡਰ ਦੇ ਦਾਇਰੇ 'ਚ, ਇੱਕ ਭੈ ਦੇ ਦਾਇਰੇ 'ਚ। ਪਰ ਜਦੋਂ ਅਸੀਂ ਹਿੰਮਤੀ ਹੋ ਜਾਂਦੇ ਹਾਂ, ਵੇਖੀਏ ਆਪਣੇ ਰਾਜ ਦੇ ਵਿੱਚ ਸਿੱਖਾਂ ਨੇ ਕਿਵੇਂ ਦੀਆਂ ਹਿੰਮਤਾਂ ਕੀਤੀਆਂ, ਜਿਨ੍ਹਾਂ ਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ, ਜਿਨ੍ਹਾਂ ਦੇ ਬਾਰੇ ਇਨਸਾਨ ਸੋਚ ਕੇ ਹੈਰਾਨ ਰਹਿ ਜਾਂਦਾ ਕਿ ਸਿੱਖ ਕਿਵੇਂ ਦੀ ਹਿੰਮਤ ਵਾਲੇ ਹੋਣਗੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾਇਆ। ਵਿਸਥਾਰ ਬਹੁਤ ਲੰਬਾ ਹੈ, ਮੈਂ ਸ਼ੋਰਟ 'ਚ ਆ ਜਾਵਾਂ। ਅਤੇ ਭੰਗੀਆਂ ਵਾਲੀ ਮਿਸਲ ਦੇ ਜਥੇਦਾਰ ਸਰਦਾਰ ਸਾਧੂ ਸਿੰਘ, ਅਕਾਲੀ ਫੂਲਾ ਸਿੰਘ ਸਾਰੇ ਉੱਥੇ ਖੜ੍ਹੇ ਨੇ। ਤੋਪ ਜਿਹੜੀ ਉੱਥੇ ਬੀੜੀ ਗਈ, ਜਿਹੜਾ ਮੀਰ ਆਤਿਸ਼ ਸੀ, ਤੋਪਜੀ ਸਿੰਘ ਸੀ, ਉਹਨੇ ਸਾਹਮਣੇ ਕਿਲ੍ਹੇ ਦੇ ਉੱਪਰ
ਸ਼ਿਸ਼ਤ ਲੈ ਕੇ ਇਹ ਦੱਸ ਦਿੱਤਾ ਗਿਆ ਕਿ ਕਿਲ੍ਹੇ ਦੀ ਫਸੀਲ ਦੇ ਉੱਪਰ ਇੱਕੋ ਜਗ੍ਹਾ ਦੇ ਉੱਪਰ 12 ਕੁ ਗੋਲੇ ਦਾਗੇ ਜਾਣ ਅਤੇ ਕਿਲ੍ਹੇ ਦੇ ਅੰਦਰ ਮੂਰਾ ਪੈ ਜਾਵੇਗਾ, ਕੰਧ ਦੇ ਵਿੱਚ ਅੰਦਰ ਕੌਣ ਜਾਵੇਗਾ? ਅਕਾਲੀ ਫੂਲਾ ਸਿੰਘ ਕਹਿੰਦੇ ਅੰਦਰ ਮੈਂ ਜਾਵਾਂਗਾ। ਉਹਨਾਂ ਦਾ ਜਥਾ ਅੰਦਰ ਜਾਣ ਨੂੰ ਤਿਆਰ ਹੈ, ਤੋਪ ਨੇ ਗੋਲਾ ਦਾਗਿਆ। ਹੁਣ ਇਹ ਗੱਲ ਕਿਸੇ ਸਿੱਖ ਇਤਿਹਾਸਕਾਰ ਨੇ ਨਹੀਂ ਲਿਖੀ, ਇਹ ਗੱਲ ਇੱਕ ਮੁਸਲਮਾਨ ਇਤਿਹਾਸਕਾਰ ਉਹ ਜਿਹੜਾ ਲਿਖਦਾ ਸੈਯਦ ਮੁਹੰਮਦ ਗਿਲਾਨੀ, ਕਿਤਾਬ ਦਾ ਨਾਮ ਹੈ ਜੰਗਨਾਮਾ ਮੁਲਤਾਨ, ਉਰਦੂ ਦੇ ਵਿੱਚ ਛਪੀ ਹੋਈ, ਪਾਕਿਸਤਾਨ 'ਚ ਆਮ ਮਿਲਦੀ ਹੈ। ਉਹ ਲਿਖਦਾ ਕਹਿੰਦਾ ਕਿ ਮੈਂ ਮੁਲਤਾਨ ਦੇ ਨਵਾਬ ਮੁਜ਼ੱਫਰ ਖਾਨ ਦਾ ਸੂਹੀਆ ਸੀ ਅਤੇ ਉਸ ਨਵਾਬ ਦੇ 5 ਪੁੱਤ ਮੈਦਾਨੇ ਜੰਗ 'ਚ ਲੜ ਰਹੇ ਸੀ ਆਪਣੇ ਬਾਪ ਦੇ ਨਾਲ। ਕਹਿੰਦਾ ਜਦੋਂ ਪਹਿਲਾ ਗੋਲਾ ਚੱਲਿਆ ਨਾ ਸਿੱਖਾਂ ਦੀ ਤੋਪ ਦਾ, ਕਹਿੰਦਾ ਮੁਲਤਾਨ ਦੀਆਂ ਕੰਧਾਂ ਹਿੱਲ ਗਈਆਂ, ਕਹਿੰਦਾ ਅੰਦਰ ਡਰ ਪੈ ਗਿਆ ਵੀ ਹੁਣ ਸਿੱਖ ਕਿਲ੍ਹੇ 'ਚ ਵੜ ਜਾਣਗੇ। ਦੂਜਾ ਗੋਲਾ ਚੱਲਿਆ, ਤੀਜਾ ਗੋਲਾ ਉਸੇ ਜਗ੍ਹਾ 'ਤੇ ਆ ਕੇ ਵੱਜਿਆ। ਅਖੀਰ ਕਹਿੰਦਾ ਗੋਲੇ ਚੱਲਣੇ ਹਟ ਗਏ, ਸ਼ਾਂਤੀ ਵਰਤ ਗਈ, ਪਰ ਕਹਿੰਦਾ ਸਿੱਖਾਂ 'ਚ ਭੱਜ ਦੌੜ ਮੱਚ ਗਈ ਅਤੇ ਕਹਿੰਦਾ ਮੈਂ ਬਤੌਰ ਸੂਈਆ ਖਬਰਾਂ ਭੇਜ ਰਿਹਾ ਸੀ ਅਤੇ ਮੈਂ ਸੋਚਿਆ ਗੱਲ ਕੀ ਹੋਈ, ਸਿੱਖਾਂ 'ਚ ਭੱਜ ਦੌੜ ਕਿਉਂ ਮੱਚੀ ਹੈ? ਕਹਿੰਦਾ ਮੈਂ ਇੱਕ ਸਿੱਖ ਨੂੰ ਪੁੱਛਿਆ, ਖਾਲਸਾ ਜੀ ਕੀ ਗੱਲ ਹੋਈ ਹੈ, ਇੰਨੀ ਭੱਜ ਦੌੜ ਕਿਉਂ ਮੱਚ ਗਈ ਹੈ? ਕਹਿੰਦਾ ਜੀ ਜਿਹੜੀ ਤੋਪ ਅਸੀਂ ਬੀੜੀ ਹੋਈ ਸੀ, ਜਿਸ ਤੋਪ ਦੇ ਨਾਲ ਅਸੀਂ ਮੁਲਤਾਨ ਦੇ ਕਿਲ੍ਹੇ ਦੀ ਫਸੀਲ ਦੇ ਵਿੱਚ ਮੋਰਾ ਪਾਉਣਾ ਸੀ, ਉਸ ਤੋਪ ਦਾ ਇੱਕ ਪਹੀਆ ਟੁੱਟ ਗਿਆ, ਮੌਕੇ ਦੇ ਉੱਪਰ ਉਹਦੀ ਮੁਰੰਮਤ ਨਹੀਂ ਹੋ ਸਕਦੀ, ਅਤੇ ਜੇਕਰ ਹੁਣ ਲਗਾਤਾਰ ਉੱਥੇ ਬੰਬਾਂ ਦੀ ਵਰਖਾ ਨਾ ਰੱਖੀ ਤਾਂ ਕਿਲ੍ਹਾ ਫਤਿਹ ਨਹੀਂ ਹੋਣਾ। ਕਹਿੰਦਾ ਫਿਰ ਕਹਿੰਦਾ ਸਾਡਾ ਆਤਿਸ਼ਬਾਰ ਤੋਪਜੀ ਸਿੰਘ ਕਹਿੰਦਾ ਹੈ ਕਿ ਤੋਪ ਦੇ ਪਹੀਏ ਦੀ ਜਗ੍ਹਾ ਇੱਕ ਸਿੱਖ ਬਹਿ ਕੇ ਆਪਣਾ ਮੋਢਾ ਦੇਵੇ ਅਤੇ ਮੈਂ ਤੋਪ ਨੂੰ ਅੱਗ ਦੇਵਾਂਗਾ, ਗੋਲਾ ਚੱਲੇਗਾ, ਜਿਹੜੀ ਉਹਦੀ ਰੀਕੋਇਲਿੰਗ ਹੈ ਉਹਦੇ ਨਾਲ ਜਿਹੜਾ ਜਿੰਨੇ ਮੋਢਾ ਦਿੱਤਾ ਹੋਵੇਗਾ, ਤੁਸੀਂ ਵੇਖਦੇ ਹੋ 12 ਬੋਰ ਤੁਸੀਂ ਚਲਾਈ ਹੋਵੇਗੀ ਕਿੰਨਾ ਝਟਕਾ ਲੱਗਦਾ, 315 ਚਲਾਉਂਦੇ ਹੋ ਕਿੰਨਾ ਝਟਕਾ ਲੱਗਦਾ। ਉਹ ਕਹਿੰਦਾ ਕਿ ਜਿਹਦੇ ਵਿੱਚ ਹੁਣ ਘੱਟੋ ਘੱਟ 12-13 ਕਿਲੋ ਬਰੂਦ ਪੈਂਦਾ ਹੋਵੇ ਅਤੇ ਕੁਛ ਗ੍ਰਾਮਾਂ 'ਚ ਹੁੰਦਾ, ਉਹਦਾ ਝਟਕਾ ਕਿੰਨਾ ਹੋਵੇਗਾ? ਕਹਿੰਦਾ ਕਿ ਜਦੋਂ ਉਹਦੀ ਰੀਕੋਇਲਿੰਗ ਹੋਵੇਗੀ, ਝਟਕਾ ਲੱਗੇਗਾ ਅਤੇ ਜਿੰਨੇ ਮੋਢਾ ਦਿੱਤਾ ਹੋਵੇਗਾ ਉਹਦਾ ਸਰੀਰ ਤੁੰਬੇ ਤੁੰਬੇ ਹੋ ਕੇ ਉੱਠ ਜਾਵੇਗਾ, ਕਿ ਇੱਕ ਗੋਲਾ ਚਲਾਉਣ ਲਈ ਇੱਕ ਜਾਨ ਦੇਣੀ ਪੈਣੀ, ਗੋਲਾ 13-14 ਚਲਾਉਣੇ ਪੈਣੇ ਨੇ ਅਤੇ 13-14 ਮੈਨੂੰ ਚਾਹੀਦੇ ਨੇ। ਕਹਿੰਦਾ ਮੈਂ ਬੜਾ ਖੁਸ਼ ਹੋਇਆ, ਮੈਂ ਬੜਾ ਹੱਸਿਆ ਵੀ ਬਹਾਦਰੀ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਮਰਨਾ ਬਹੁਤ ਔਖਾ। ਕਹਿੰਦਾ ਹੁਣ ਭੱਜ ਦੌੜ ਤਾਂ ਮੱਚੀ ਹੈ ਕਿ ਤੋਪਜੀ ਸਿੰਘ ਨੇ ਕਹਿ ਦਿੱਤਾ ਕਿ ਜੇਕਰ ਤੋਪ ਚਲਾਉਣੀ ਹੈ ਇੱਕ ਇੱਕ ਮੋਢਾ ਦੇਣਾ ਪਵੇਗਾ, ਹੁਣ ਮੋਢਾ ਦੇਣ ਤੋਂ ਭੱਜਦੇ ਹੋਣੇ ਆ। ਪਰ ਕਹਿੰਦਾ ਜਦੋਂ ਲਾਗੇ ਜਾ ਕੇ ਵੇਖਿਆ ਨਜ਼ਾਰਾ ਹੀ ਹੋਰ ਸੀ, ਕਹਿੰਦਾ ਲੜਾਈ ਇਸ ਗੱਲ ਦੀ ਹੋ ਰਹੀ ਹੈ, ਪਹਿਲਾ ਮੋਢਾ ਮੈਂ ਦੇਣਾ, ਉਹ ਦੂਜੇ ਨੂੰ ਖਿੱਚ ਰਿਹਾ ਵੀ ਪਹਿਲਾ ਮੋਢਾ ਮੈਂ ਦੇਣਾ, ਕਹਿੰਦਾ ਨਹੀਂ ਤੂੰ ਬਾਅਦ 'ਚ ਦਈ, ਪਹਿਲਾ ਮੋਢਾ ਮੈਂ ਦੇਣਾ, ਦੂਜਾ ਕਹਿ ਰਿਹਾ ਮੈਂ ਦੇਣਾ। ਕਹਿੰਦਾ ਇਸ ਸਾਰੀ ਲੜਾਈ ਦੇ 'ਚ ਇੱਕ ਸਿੱਖ ਨੇ ਹੱਥ ਖੜਾ ਕੀਤਾ ਉਹਨਾਂ ਦੇ ਜਾਇਦਾਦ ਨੇ, ਕਹਿੰਦਾ ਸਿੰਘੋ ਸ਼ਾਂਤ, ਕਹਿੰਦਾ ਸਾਰੇ ਰੁੱਕ ਗਏ, ਕਹਿੰਦਾ ਕਤਾਰ 'ਚ ਲੈ ਜਾਓ, ਸਾਰੇ ਇੱਕ ਕਤਾਰ 'ਚ ਖੜੇ ਹੋ ਗਏ। ਕਹਿੰਦਾ ਤੁਹਾਡਾ ਜਥੇਦਾਰ ਕੌਣ ਹੈ? ਕਹਿੰਦੇ ਖਾਲਸਾ ਜੀ ਤੁਸੀਂ। ਕਹਿੰਦਾ ਫਿਰ ਮੇਰੇ ਪਿੱਛੇ ਲੱਗ ਜਾਓ, ਪਹਿਲਾ ਮੋਢਾ ਮੈਂ ਦੇਣਾ। ਇਹ ਸਿੱਖਾਂ ਦੇ ਆਗੂ ਹੁੰਦੇ ਸੀ, ਇਹ ਸਿੱਖਾਂ ਦੇ ਲੀਡਰ ਹੁੰਦੇ ਸੀ। ਕਹਿੰਦਾ ਮੈਂ ਵੇਖਿਆ 13 ਸਰੀਰਾਂ ਨੇ ਮੋਢੇ ਦਿੱਤੇ ਅਤੇ ਹਵਾ ਦੇ ਵਿੱਚ ਰੂੰ ਦੇ ਤੁੰਬਿਆਂ ਵਾਂਗ ਉੱਡ ਗਏ, ਕਿਸੇ ਨੇ ਸੀ ਨਹੀਂ ਕੀਤੀ, ਇਹ ਹਿੰਮਤ ਕਿੱਥੋਂ ਆਈ? ਇਹ ਉਸ ਗੁਰੂ ਦੀ ਬਖਸ਼ਿਸ਼ ਦੇ ਸਦਕਾ ਜਿਹਨੇ ਦਇਆ ਦੇ ਵਿੱਚੋਂ ਧਰਮ ਨੂੰ ਪੈਦਾ ਕਰਕੇ ਤੁਹਾਡੀ ਝੋਲੀ 'ਚ ਪਾ ਦਿੱਤਾ ਸੀ। ਅਤੇ ਜਦੋਂ ਹਿੰਮਤ ਆ ਗਈ, ਹਿੰਮਤ ਦੇ ਵਿੱਚ ਉਹਨਾਂ ਚਿਰ ਤੱਕ ਤੁਸੀਂ ਵੱਡਾ ਕਾਰਨਾਮਾ ਕਰ ਹੀ ਨਹੀਂ ਸਕਦੇ ਜਿੰਨਾ ਚਿਰ ਮੋਹ ਕੰਮ ਨਾ ਹੋ ਜਾਵੇ, ਜਿੰਨਾ ਚਿਰ ਮੋਹ ਨਾ ਘੱਟ ਜਾਵੇ। ਜੇ ਮੈਨੂੰ ਮੋਹ ਹੋਵੇ ਕਿ ਨਹੀਂ ਮੈਂ ਤਾਂ ਆਪਣੇ ਬੱਚੇ ਦੇ ਵਾਸਤੇ ਆਹ ਕਰਨਾ, ਮੈਂ ਮੋਢਾ ਕਿਉਂ ਦੇਵਾਂਗਾ? ਮੈਂ ਪਰਿਵਾਰ ਦੇ ਬਾਰੇ ਸੋਚਾਂਗਾ, ਮੈਂ ਤਾਂ ਪਰਿਵਾਰ ਦੇ ਬਾਰੇ ਸੋਚਾਂਗਾ ਨਾ। ਨਹੀਂ, ਮੇਰਾ ਪਰਿਵਾਰ ਹੈ ਪਿੱਛੇ, ਮੈਂ ਮੋਢਾ ਕਿਉਂ ਦੇਵਾਂ? ਮੇਰੀ ਘਰਵਾਲੀ ਕੀ ਕਰੇਗੀ? ਮੇਰਾ ਬੱਚਾ ਕੀ ਕਰੇਗਾ? ਉਹ ਹਿੰਮਤ ਜਦੋਂ ਆਈ ਅਤੇ ਉਹਨਾਂ ਚਿਰ ਤੱਕ ਹਿੰਮਤ ਦਾ ਪ੍ਰਤੱਖ ਮੁਜ਼ਾਹਰਾ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਮੋਹ ਕੰਮ ਨਾ ਹੋ ਜਾਵੇ। ਅਤੇ ਮੇਰੀ ਉਹ ਭੈਣੋ, ਮੈਂ ਬਾਰ ਬਾਰ
ਤੁਹਾਨੂੰ ਸੰਬੋਧਿਤ ਹੋ ਰਿਹਾ ਹੈ ਕਿਉਂਕਿ ਸਮੇਂ ਦੀ ਲੋੜ ਹੈ ਮੇਰੀ ਭੈਣ। ਜੇਕਰ ਤੁਸੀਂ ਸੱਚਮੁੱਚ ਇਸ ਸਮਾਜ ਦੇ ਵਿੱਚ ਜਿਹਨੂੰ ਜਗਤ ਜਲੰਦਾ 'ਚ ਕਹਿ ਰਹੇ ਹਾਂ, ਇਸ ਸਮਾਜ ਦੇ ਵਿੱਚ, ਇਸ ਯੁੱਗ ਦੇ ਵਿੱਚ ਜੇਕਰ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਪਛਾਣ ਲਿਆ ਨਾ, ਕਿਉਂਕਿ ਮੈਨੂੰ ਬੜਾ ਦੁੱਖ ਲੱਗਾ ਕਿ ਜਦੋਂ ਬਹੁਤ ਸਾਰੇ ਅਸ਼ਲੀਲ ਨਾਇਕ ਸਾਡੇ 'ਤੇ ਪਰੋਸੇ ਜਾ ਰਹੇ ਨੇ ਅਤੇ ਸਾਡੀਆਂ ਭੈਣਾਂ ਹੀ ਉਹਨਾਂ ਦੇ ਹੱਕ 'ਚ ਖੜੀਆਂ ਹੋਈਆਂ ਨੇ, ਮੈਨੂੰ ਬਹੁਤ ਦੁੱਖ ਲੱਗਾ ਇਸ ਵਕਤ। ਠੀਕ ਹੈ, ਫਿਲਮਾਂ ਬਣਦੀਆਂ ਰਹਿੰਦੀਆਂ, ਚੱਲਦੀਆਂ ਰਹਿੰਦੀਆਂ, ਆਉਂਦੀਆਂ ਰਹਿੰਦੀਆਂ, ਜਾਂਦੀਆਂ ਰਹਿੰਦੀਆਂ, ਪਰ ਸਾਡੀ ਆਪਣੀ ਕੌਮ ਦਾ ਹੀ ਇੱਕ ਵਰਗ, ਖਾਸ ਕਰਕੇ ਸਾਡੀਆਂ ਬੀਬੀਆਂ ਜਿਨ੍ਹਾਂ ਦੇ ਨਾਲ ਉਸ ਸਮੇਂ ਦੇ ਉਸ ਜਿਹੜਾ ਕਲਾਕਾਰ ਹੈ ਉਹਦੇ ਵੱਲੋਂ ਬਹੁਤ ਜ਼ਿਆਦਾ ਅਨਿਆਂ ਕੀਤਾ ਗਿਆ, ਉਹੀ ਉਹਦੇ ਹੱਕ 'ਚ ਖੜੀਆਂ ਹੋ ਜਾਣ, ਤਾਂ ਇਹ ਸਮਾਜ ਦਾ ਬਹੁਤ ਬੁਰਾ ਵਰਤਾਰ ਹੈ। ਕਿਸੇ ਨਾਲ ਹਮਦਰਦੀ ਹੋ ਸਕਦੀ, ਮੈਂ ਨਹੀਂ ਕਹਿੰਦਾ, ਪਰ ਗੁਣ ਅਤੇ ਔਗੁਣ ਇਹ ਦੋਵੇਂ ਪੱਖ ਵਿਚਾਰਨੇ ਪੈਣਗੇ। ਸਮਾਜ ਨੂੰ ਦਿੱਤਾ ਕੀ ਅਤੇ ਸਮਾਜ ਦੇ ਵਿੱਚ ਨੁਕਸਾਨ ਕੀ ਕੀਤਾ। ਸੋ ਇਹ ਜਿਹੜੀ ਹਿੰਮਤ ਹੈ, ਹਿੰਮਤ ਦਾ ਪ੍ਰਤੱਖ ਅਤੇ ਪ੍ਰਗਟ ਰੂਪ ਤਾਂ ਸਾਹਮਣੇ ਆ ਸਕਦਾ ਜੇ ਮੋਹ ਕੰਮ ਹੋ ਜਾਵੇ। ਜੇ ਬੰਦਾ ਸਮਾਜ ਦੇ ਵਿੱਚ ਮੋਹ ਦੇ ਨਾਲ ਜੁੜਿਆ ਹੋਇਆ, ਹਿੰਮਤ ਸਾਹਮਣੇ ਨਹੀਂ ਆਵੇਗੀ। ਗੱਲ ਮੀਰ ਮੰਨੂ ਆਪਣੇ ਕਾਜ਼ੀ ਅਬਦੁਲ ਰਜ਼ਾਕ ਨੂੰ ਇੱਕ ਸਵਾਲ ਕਰਦਾ, ਕਹਿੰਦਾ ਅਬਦੁਲ ਰਜ਼ਾਕ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ। ਪਿੰਡਾਂ ਦੇ ਵਿੱਚ ਅਸੀਂ ਸਿਰ ਜਿਹੜੇ ਸਿੱਖ ਸੀ ਉਹ ਅਨੇਕਾਂ ਦੀ ਗਿਣਤੀ 'ਚ ਮਾਰ ਦਿੱਤੇ, ਜੰਗਲਾਂ 'ਚ ਅਜੇ ਵੀ ਜਿਉਂਦੇ ਨੇ, ਇਹਨਾਂ ਨੂੰ ਜੰਗਲਾਂ ਦੇ ਵਿੱਚ ਇਹਨਾਂ ਦੀ ਮਦਦ ਕੌਣ ਕਰਦਾ? ਕਹਿੰਦਾ ਕਿ ਜਿਹੜੀਆਂ ਘਰਾਂ ਦੇ ਵਿੱਚ ਬੀਬੀਆਂ ਬੈਠੀਆਂ ਨੇ, ਜਦੋਂ ਇਹ ਆਪਣੀ ਰੋਟੀ ਪਕਾਉਣ ਦੇ ਵਾਸਤੇ ਚੱਕੀ ਪੀਸਦੀਆਂ ਨੇ ਅਤੇ ਥੋੜ੍ਹਾ ਬਹੁਤਾ ਪ੍ਰਸ਼ਾਦਾ ਬਣਾ ਕੇ ਉਹਨਾਂ ਨੂੰ ਵੀ ਜੰਗਲਾਂ 'ਚ ਪਹੁੰਚਾ ਦਿੰਦੀਆਂ ਨੇ, ਕਹਿੰਦਾ ਫਿਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ। ਗ੍ਰਿਫਤਾਰ ਕਰ ਲਿਆ ਗਿਆ। ਲਾਹੌਰ ਦੀ ਜੇਲ੍ਹ ਦੇ ਵਿੱਚ ਤਕਰੀਬਨ 350 ਤੋਂ ਵੱਧ ਬੀਬੀ ਕੈਦ ਹੈ। ਵਿਸਾਖ ਦਾ ਮਹੀਨਾ, ਗਰਮੀਆਂ ਦੇ ਦਿਨ, ਇਹਨਾਂ ਬੀਬੀਆਂ ਦੀ ਆਗੂ ਪਤਾ ਕੌਣ ਹੈ? ਲੱਖੀ ਸ਼ਾਹ ਵਣਜਾਰਾ। ਲੱਖੀ ਸ਼ਾਹ ਵਣਜਾਰਾ ਦੀ ਬੇਟੀ ਬੀਬੀ ਸੀਤੋ ਬਾਈ, ਖੰਡੇ ਬਾਟੇ ਦੀ ਪਾਹੁਲ ਛੱਕ ਕੇ ਬਣੀ ਸੀ ਬੀਬੀ ਬਸੰਤ ਕੌਰ। ਆਨੰਦ ਕਾਰਜ ਹੋਇਆ ਸੀ ਭਾਈ ਮਨੀ ਸਿੰਘ ਦੇ ਨਾਲ, ਅਤੇ ਭਾਈ ਮਨੀ ਸਿੰਘ ਦੀ ਧਰਮ ਪਤਨੀ ਬੀਬੀ ਬਸੰਤ ਕੌਰ ਲੱਖੀ ਸ਼ਾਹ ਵਣਜਾਰਾ ਦੀ ਬੇਟੀ ਹੈ, ਜਿਹੜੀ ਇਹਨਾਂ ਬੀਬੀਆਂ ਦੇ ਜੱਥੇ ਦੀ ਮੁਖੀ ਹੈ। ਇਹਨਾਂ ਬੀਬੀਆਂ ਨੂੰ ਕਿਹਾ ਗਿਆ, ਸਾਰੀਆਂ ਨੂੰ ਇਕੱਠੀਆਂ ਕਰਕੇ ਕਾਜ਼ੀ ਅਬਦੁਲ ਰਜ਼ਾਕ ਕਹਿੰਦਾ, ਮੋਮਿਨ ਖਾਨ ਉੱਥੇ ਖੜ੍ਹਾ, ਮੀਰ ਮੰਨੂ ਉੱਥੇ ਖੜ੍ਹਾ, ਇਹ ਸਾਰੇ ਕਹਿੰਦੇ ਨੇ ਕਿ ਜਿਹੜੀ ਜਿਹੜੀ ਵੀ ਦੀਨੇ ਇਸਲਾਮ ਕਬੂਲ ਕਰ ਲਵੇ ਉਹ ਹੀ ਰਾਜੇ ਦੇ ਹਰਮ 'ਚ ਰਾਣੀ ਬਣ ਕੇ ਰਹਿ ਸਕਦੀ ਹੈ। ਕਿੰਨੀ ਸੌਖੀ ਹੈ ਜ਼ਿੰਦਗੀ, ਜੇ ਜਿਉਣੀ ਹੋਵੇ ਦੀਨੇ ਇਸਲਾਮ ਕਬੂਲ ਕਰੋ, ਰਾਜੇ ਦੇ ਹਰਮ ਦੇ ਵਿੱਚ ਰਹਿ ਸਕਦੇ ਹੋ। ਕਿਸੇ ਇੱਕ ਨੇ ਵੀ ਦੀਨੇ ਇਸਲਾਮ ਕਬੂਲ ਨਾ ਕੀਤਾ। ਕਹਿੰਦਾ ਫਿਰ ਸਾਰੀਆਂ ਨੂੰ ਜੇਲ੍ਹ ਦੇ ਵਿੱਚ ਪਾ ਦਿਓ ਅਤੇ ਇਹਨਾਂ ਨੂੰ ਸਵਾ ਸਵਾ ਮਣ, ਉਦੋਂ ਸਵਾ ਮਣ ਕੱਚਾ ਚੱਲਦਾ ਹੁੰਦਾ ਸੀ, 16 ਕਿਲੋ ਦਾ ਕੱਚਾ ਮਣ ਹੁੰਦਾ ਸੀ, 16 ਅਤੇ 4 20 ਕਿਲੋ ਦੇ ਬਰਾਬਰ ਉਦੋਂ ਸਵਾ ਮਣ ਬਣ ਜਾਂਦਾ ਸੀ। ਔਰ 20 ਕਿਲੋ ਅਨਾਜ ਪੀਣਾ ਕੋਈ ਸੌਖਾ ਗੱਲ ਨਹੀਂ ਹੈ ਚੱਕੀ ਦੇ ਨਾਲ, ਕਿ ਸਵਾ ਮਣ ਦਾ ਪੀਸਣ ਰੋਜ਼ ਪੀਸਿਆ ਜਾਵੇਗਾ ਅਤੇ ਉਹ ਪੀਸਣ ਤੋਂ ਬਾਅਦ ਰਾਤ ਨੂੰ ਅੱਧਾ ਪਿਆਲਾ ਪਾਣੀ ਦਾ ਅਤੇ ਅੱਧੀ ਰੋਟੀ। ਸਾਡੇ ਬਜ਼ੁਰਗਾਂ ਨੂੰ ਪਤਾ, ਪਹਿਲਾਂ ਸਾਡੀ ਅਰਦਾਸ ਦੇ ਸ਼ਬਦ ਹੁੰਦੇ ਸੀ, ਜਿਨ੍ਹਾਂ ਬੀਬੀਆਂ ਨੇ ਖੰਨੇ ਪ੍ਰਸ਼ਾਦੇ 'ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਝੋਲੀਆਂ 'ਚ ਪਵਾਏ, ਇਹ ਉਹ ਸਮੇਂ ਦੀ ਗੱਲ ਹੈ। ਖੰਦੀ ਕਹਿੰਦੇ ਅੱਧੀ ਨੂੰ, ਅੱਧੀ ਰੋਟੀ ਅਤੇ ਅੱਧਾ ਪਿਆਲਾ ਪਾਣੀ ਦਾ, ਹੁਣ ਬੱਚੇ ਵੀ ਨਾਲ ਨੇ। ਉਹ ਕਿਹੜੀ ਮਾਂ ਹੈ ਜਿਹੜੀ ਬੱਚਾ ਵਿਲਕਦਾ ਹੋਵੇ ਅਤੇ ਆਪ ਪਾਣੀ ਪੀ ਲਵੇ ਜਾਂ ਆਪ ਰੋਟੀ ਖਾ ਲਵੇ? ਨਹੀਂ, ਰੋਟੀ ਬੱਚੇ ਨੂੰ, ਸਾਰਾ ਦਿਨ ਚੱਕੀ ਪੀਸੀ, ਰਾਤ ਨੂੰ ਜੋ ਮਿਲਿਆ ਬੱਚੇ ਨੂੰ, ਅਤੇ ਆਪ ਭੁੱਖੀਆਂ ਸੌਂਦੀਆਂ ਨੇ ਅਤੇ ਪਤਾ ਸੌਣ ਤੋਂ ਪਹਿਲਾਂ ਰਹਿ ਰਾਜ ਸਾਹਿਬ ਦਾ ਪਾਠ ਕਰਕੇ ਨਿਤਨੇਮ ਕਰਕੇ ਕੀ ਕਹਿੰਦੀਆਂ ਨੇ, ਅਕਾਲ ਪੁਰਖ ਵਾਹਿਗੁਰੂ ਤੇਰੇ ਭਾਣੇ 'ਚ ਚਾਰ ਪੈਰ ਦੇਣ ਸੁੱਖ ਦਾ ਬਤੀਤ ਹੋਇਆ, ਚਾਰ ਪੈਰ ਰਹਿਣ ਸੁੱਖ ਦੀ ਬਤੀਤ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਸੋਚੀਏ
ਘਰਾਂ 'ਚ ਏਸੀ, ਗੱਡੀਆਂ 'ਚ ਏਸੀ, ਕੋਈ ਖਾਣ ਦੀ ਤੰਗੀ ਨਹੀਂ, ਚੱਕੀ ਨਹੀਂ ਪੀਸਣੀ ਪੈਂਦੀ, ਕਈ ਵਾਰੀ ਤਾਂ ਰੋਟੀ ਵੀ ਨਹੀਂ ਪਕਾਉਣੀ ਪੈਂਦੀ, ਜਮੈਟੋ 'ਤੇ ਆਰਡਰ ਕਰ ਦਿੱਤਾ ਜਾਂਦਾ, ਨਿਤਨੇਮ ਫਿਰ ਵੀ ਨਹੀਂ, ਅੰਮ੍ਰਿਤ ਵੇਲਾ ਫਿਰ ਵੀ ਨਹੀਂ, ਕਿੱਥੇ ਜਾ ਰਹੇ? ਇੱਕ ਗੱਲ ਮੰਨ ਕੇ ਚੱਲਿਓ, ਸਾਰੇ ਜਾਣਾ, ਸਭਨਾ ਸਹੁਰੇ ਵੰਜਣਾ, ਸਭ ਮੁਕਲਾ ਬੁਢਾਰ। ਪਰ ਜ਼ਿੰਦਗੀ ਦੇ ਵਿੱਚੋਂ ਇਹ ਕਿਉਂ ਵਿਸਰਦਾ ਜਾ ਰਿਹਾ? ਦਾਤ ਚੰਗੀ ਲੱਗੀ, ਦਤਾਰ ਵਿਸਰਦਾ ਜਾ ਰਿਹਾ, ਇਹ ਕਿਉਂ? ਇਹਦਾ ਕਾਰਨ ਹੀ ਹੈ ਕਿ ਪਹਿਲੇ ਤਿੰਨ ਗੁਣ ਅਜੇ ਜ਼ਿੰਦਗੀ 'ਚ ਨਹੀਂ ਆਏ, ਨਾ ਦਇਆ ਆਈ, ਨਾ ਧਰਮ, ਨਾ ਹਿੰਮਤ, ਅਤੇ ਜਿੰਨਾ ਚਿਰ ਇਹ ਸਭ ਕੁਝ ਨਹੀਂ ਆਉਂਦਾ ਉਹਨਾਂ ਚਿਰ ਉਸ ਅਵਸਥਾ 'ਚ ਨਹੀਂ ਪਹੁੰਚਿਆ ਜਾ ਸਕਦਾ। ਸੋ ਰੋਜ਼ ਸਵੇਰੇ ਉੱਠਦੀਆਂ ਨੇ, ਸਵੇਰੇ ਉੱਠ ਕੇ ਵੀ ਇਹੀ ਅਰਦਾਸ। ਮੀਰ ਮੈਨੂੰ ਤੀਜੇ ਦਿਨ ਕਾਜ਼ੀ ਅਬਦੁਲ ਰਜ਼ਾਕ ਨੂੰ ਪੁੱਛਦਾ ਹੈ ਕਿ ਕਿੰਨੀਆਂ ਕੁ ਇਸਲਾਮ ਕਬੂਲ ਕਰਨ ਨੂੰ ਤਿਆਰ ਹੋਈਆਂ। ਕਹਿੰਦਾ ਬਾਦਸ਼ਾਹ ਸਲਾਮਤ ਇੱਕ ਵੀ ਨਹੀਂ। ਕਹਿੰਦਾ ਕਰਦੀਆਂ ਕੀ ਨੇ? ਕਹਿੰਦਾ ਕਿ ਸਾਰਾ ਦਿਨ ਚੱਕੀ ਪੀਂਦੀਆਂ ਨੇ, ਰਾਤ ਨੂੰ ਜੋ ਕੁਛ ਦਿੰਦੇ ਉਹ ਵੀ ਆਪਣੇ ਬੱਚਿਆਂ ਨੂੰ ਦੇ ਦਿੰਦੀਆਂ ਨੇ, ਅਤੇ ਆਪਣੇ ਖੁਦਾ ਦੀ ਕਲਾਮ ਪੜ੍ਹ ਕੇ ਕਹਿੰਦੀਆਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਹਿੰਦਾ ਫਿਰ ਜਿਹੜੀਆਂ ਗਰਭਵਤੀ ਨੇ ਇਹਨਾਂ ਦੇ ਗਰਭ ਗਰਾ ਦਿੱਤੇ ਜਾਣ, ਇਹ ਪੰਜਵੇਂ ਦਿਨ ਦੀ ਸਜ਼ਾ ਹੈ। ਜਿੰਨੀਆਂ ਬੀਬੀਆਂ ਗਰਭਵਤੀ ਸੀ, ਇਹਨਾਂ 300-400 ਬੀਬੀ ਦੇ ਵਿੱਚੋਂ ਕੁਝ ਬੀਬੀਆਂ ਗਰਭਵਤੀ ਹੋਣਗੀਆਂ, ਪ੍ਰੈਗਨੈਂਟ ਹੋਣਗੀਆਂ, ਸੜਕ 'ਤੇ ਲਟਾਇਆ ਗਿਆ, ਉੱਪਰ ਜਲਾਦਾਂ ਨੇ ਪੇਟ 'ਤੇ ਪੱਥਰ ਮਾਰ ਦਿੱਤੇ, ਗਰਭ ਗਿਰ ਗਏ, ਤੜਫ ਤੜਫ ਕੇ ਮੌਤ, ਜ਼ਮੀਨ ਖੂਨ ਦੇ ਨਾਲ ਲਾ, ਲਾਸ਼ਾਂ ਸੜਕ 'ਤੇ ਪਈਆਂ ਨੇ, ਚੁੱਕ ਕੇ ਨਖਾਸ ਚੌਂਕ ਸਟਵਾ ਦਿੱਤੀਆਂ। ਪਰ ਅੱਜ ਵੀ ਰਾਤ ਪਾਠ ਕੀਤਾ, ਬਾਕੀ ਜਿਹੜੀਆਂ ਰਹਿ ਗਈਆਂ, ਅਤੇ ਅੱਜ ਵੀ ਅਰਦਾਸ ਇਹੀ ਕੀਤੀ ਹੈ ਕਿ ਚਾਰ ਪੈਰ ਦਿਨ ਤੇਰੇ ਭਾਣੇ ਅੰਦਰ ਸੁੱਖ ਦਾ ਬਤੀਤ ਹੋਇਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੀਰ ਬੰਨੂ ਨੂੰ ਫਿਰ ਜਾ ਕੇ ਅਬਦੁਲ ਰਜ਼ਾਕ ਕਹਿੰਦਾ, ਕਹਿੰਦਾ ਅਜੇ ਵੀ ਕੋਈ ਅਸਰ ਨਹੀਂ ਹੋਇਆ, ਉਹੀ ਖੁਦਾ ਦੀ ਕਲਾਮ ਪੜ੍ਹਦੀਆਂ ਨੇ ਅਤੇ ਉਹੀ ਗੱਲ ਕਰਦੀਆਂ ਨੇ। ਕਹਿੰਦਾ ਫਿਰ ਜਿਹੜੇ ਬੱਚੇ ਰਹਿ ਗਏ ਨੇ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਇਹਨਾਂ ਦੀਆਂ ਝੋਲੀਆਂ 'ਚ ਪਾ ਦਿਉ। ਦਿਨ ਚੜ੍ਹਿਆ, ਜਲਾਦ ਮੁੱਢੀ ਲੈ ਕੇ ਆਇਆ, ਲੱਕੜ ਦੀਆਂ ਬੁੱਢੀਆਂ ਨਾਲ ਟੋਕੇ, ਮਾਂ ਦੀਆਂ ਗੋਦਾਂ 'ਚੋਂ ਬੱਚੇ ਉਠਾਏ। ਇੱਕ ਵੀ ਬੜੀ ਪਿਆਰੀ ਗੱਲ ਲਿਖਦਾ ਹੈ ਕਿ ਟੋਟੇ ਜ਼ਿਗਰ ਦੇ ਸਾਹਮਣੇ ਕਰਨ ਟੋਟੇ, ਮਾਵਾਂ ਟੁਕੜੇ ਝੋਲੀ ਪਵਾਉਂਦੀਆਂ ਨੇ, ਉੱਚਾ ਸੁੱਟ ਕੇ ਬੋਚਦੇ ਨੇਜਿਆਂ 'ਤੇ, ਭੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ। ਟੁਕੜੇ ਕੀਤੇ ਜਾ ਰਹੇ ਨੇ ਬੱਚਿਆਂ ਦੇ, ਟੁਕੜੇ ਟੁਕੜੇ ਕਰਕੇ ਝੋਲੀਆਂ ਦੇ ਵਿੱਚ, ਚੱਕੀ ਫਿਰ ਵੀ ਚੱਲ ਰਹੀ ਹੈ ਅਤੇ ਮੂੰਹ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਹੈ। ਇੱਕ ਕਵੀ ਨੇ ਬੜੀ ਪਿਆਰੀ ਗੱਲ ਲਿਖੀ ਹੈ, ਕਹਿੰਦਾ ਕਿ ਮਾਂ ਦੀ ਗੋਦ ਦੇ ਵਿੱਚੋਂ ਬੱਚੇ ਨੂੰ ਚੁੱਕਿਆ, ਹਵਾ 'ਚੋਂ ਛਾਲ ਦਿੱਤਾ, ਜਲਾਦ ਨੇ ਥੱਲੇ ਨੇਜਾ ਕਰ ਦਿੱਤਾ, ਬੱਚਾ ਨੇਜੇ ਦੇ ਵਿੱਚ ਪਰੋਇਆ ਗਿਆ, ਇੱਕ ਚੀਕ ਦੇ ਨਾਲ ਉਹਦਾ ਸਰੀਰ ਸ਼ਾਂਤ ਹੋ ਗਿਆ। ਅਤੇ ਮਾਂ ਦੀ ਆਤਮਾ ਇੱਕ ਸਵਾਲ ਕਰਦੀ ਹੈ, ਕਹਿੰਦੀ ਖੂਨ ਨਾਲ ਲੱਥ ਪੱਥ ਸੂਲੀ ਟੰਗੇ ਪੁੱਤਰ ਨੂੰ ਪੁੱਛਦੀ ਫਿਰੇ ਇੱਕ ਮਾਈ, ਪੁੱਤਰ ਜੀ ਸੂਲੀ ਉੱਤੇ ਨੀਂਦ ਕਿਵੇਂ ਆਈ? ਬੇਟਾ ਤੂੰ ਤਾਂ ਮੇਰੀ ਗੋਦ 'ਚ ਨਹੀਂ ਸੀ ਸੌ ਰਿਹਾ, ਨੇਜੇ ਦੇ ਉੱਪਰ ਨੀਂਦ ਕਿਵੇਂ ਆ ਗਈ ਹੈ? ਅਤੇ ਕਹਿੰਦਾ ਇੰਝ ਲੱਗਾ ਜਿਵੇਂ ਉਸ ਬੱਚੇ ਦੇ ਆਤਮਾ 'ਚੋਂ ਆਵਾਜ਼ ਆ ਰਹੀ ਹੋਵੇ, ਸੁੱਤਿਆਂ ਨੂੰ ਸਾਨੂੰ ਨਾ ਜਗਾਈ ਨਹੀਂ, ਅੰਮੀ ਹੱਸ ਕੇ ਸ਼ਹੀਦ ਦੀ ਅਸਾਂ ਪਾਈ। ਇਹ ਜਿਹੜਾ ਵਿਰਸਾ ਹੈ, ਇਹ ਜਿਹੜੀ ਵਿਰਾਸਤ ਹੈ, ਜਦੋਂ ਸਾਡੇ ਕੋਲ ਇਹ ਚਾਰ ਗੁਣ ਆ ਜਾਂਦੇ ਨੇ ਤਾਂ ਫਿਰ ਅਸੀਂ ਉਸ ਗੁਰਸਿੱਖ ਦੀ ਅਵਸਥਾ 'ਚ ਪਹੁੰਚਦੇ ਹਾਂ ਜਿੱਥੇ ਗੁਰੂ ਪਾਤਸ਼ਾਹ ਕਹਿੰਦੇ ਰਹਿਣੀ ਰਹੇ ਸੋਈ ਸਿੱਖ, ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ। ਦਇਆ 'ਚੋਂ ਧਰਮ ਪੈਦਾ ਹੋਵੇਗਾ, ਧਰਮ ਨਾਲ ਹਿੰਮਤ ਆਵੇਗੀ, ਹਿੰਮਤ ਦਾ ਪ੍ਰਗਟ ਰੂਪ ਹੋਵੇਗਾ, ਮੋਹ ਦਾ ਘੱਟ ਜਾਣਾ, ਅਤੇ ਜਦੋਂ ਇਹ ਚਾਰ ਗੁਣ ਆ ਜਾਣਗੇ ਫਿਰ ਤੁਸੀਂ ਉੱਥੇ ਪਹੁੰਚੋਗੇ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਸੋ ਅੱਜ ਅਸੀਂ ਧੰਨਾ ਭਗਤ ਜੀ ਦੇ ਇਸ ਪਾਵਨ ਦਿਹਾੜੇ ਨੂੰ ਸਮਰਪਿਤ ਗੁਰੂ ਦੀ ਗੋਦ 'ਚ ਬੈਠੇ ਹਾਂ। ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਬਹੁਤ ਜ਼ਰੂਰੀ ਸਨ ਇਹ ਗੱਲਾਂ। ਅਤੇ ਅੱਜ ਫਿਰ ਜਿਹੜੀ ਗੱਲ ਧੰਨਾ ਭਗਤ ਜੀ ਕਹਿੰਦੇ ਨੇ, ਗੋਪਾਲ ਤੇਰਾ ਆਰਤਾ,
ਭਿਖਾਰੀ ਬਣ ਕੇ ਇਸ ਗੁਰੂ ਦੇ ਕੋਲੋਂ ਗੁਰਸਿੱਖੀ ਜੀਵਨ ਦੀ ਦਾਤ ਜ਼ਰੂਰ ਮੰਗੀਏ। ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੀ ਪੱਗ ਪੂਰੀ ਦੁਨੀਆਂ ਦੇ ਵਿੱਚ ਬੜੀ ਮਸ਼ਹੂਰ ਹੁੰਦੀ ਹੈ। ਮਸ਼ਹੂਰ ਕਿੱਦਾਂ ਹੁੰਦੀ ਹੈ ਕਿ ਲੋਕ ਗੱਲਾਂ ਕਰਦੇ ਹੈ ਕਿ ਸਿੱਖ ਜਿਹੜਾ ਵੈ ਉਹ ਊਚਾ ਨੀਚਾ ਸਮਝਦਾ ਵੈ, ਉਹ ਜਾਤੀਵਾਦ ਨੂੰ ਪ੍ਰਮੋਟ ਕਰਦਾ ਵੈ, ਉਹ ਮਾੜੇ ਨੂੰ ਹੱਥ ਪਾਉਂਦਾ ਵੈ, ਤਗੜੇ ਨੂੰ ਹੱਥ ਨਹੀਂ ਪਾਉਂਦਾ, ਵੀ ਤਗੜੇ ਨੂੰ ਹੱਥ ਪਾਉਣ ਲੱਗਿਆ ਡਰਦਾ ਵੈ। ਇੱਦਾਂ ਦੀਆਂ ਗੱਲਾਂ ਬਾਤਾਂ ਇਹ ਚੱਲਣ ਦੀਆਂ, ਬਲਕਿ ਸਿੱਖਾਂ ਦੇ ਘਰਾਂ ਦੇ ਵਿੱਚ ਖੁਦ ਚੱਲਣ ਦੀਆਂ। ਹਾਂਜੀ, ਗੱਲ ਨੂੰ ਹੋਰ ਨਾ ਸਮਝਿਓ। ਸੋ ਕੀ ਦੱਸਿਆ ਜਾਂਦਾ ਵੈ ਕਿ ਸਿੱਖ ਜਿਹੜੇ ਹੈ ਨਾ, ਇਹ ਫਿਤਨਾਬਾਜ਼ ਲੋਕ ਹੈ, ਇਹ ਫਸਾਦੀ ਲੋਕ ਹੈ, ਇਹ ਨਹੀਂ ਜਿਉਣ ਦਿੰਦੇ ਕਿਸੇ ਨੂੰ। ਮਤਲਬ ਇਹ ਹੈ ਕਿ ਸਿੱਖੀ ਨੂੰ ਬਦਨਾਮ ਕੀਤਾ ਜਾਂਦਾ, ਉੱਤੋਂ ਖੁਦ ਸਿੱਖ ਵੀ ਨਾ ਖਾਲਸਾ ਪੰਥ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉਹਨਾਂ ਦੇ ਮਗਰ ਲੱਗੇ ਵੀ ਸਾਨੂੰ ਇਹਦਾ ਜਵਾਬ ਦੇ, ਸਾਨੂੰ ਇਹਦਾ ਜਵਾਬ ਦੇ, ਸਾਨੂੰ ਇਹਦਾ ਜਵਾਬ ਦੇ। ਸੋ ਯਾਰ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਮੈਂ ਡਾਕਟਰ ਸੁਖਪ੍ਰੀਤ ਸਿੰਘ ਸਾਹਿਬ ਜੀ ਕੋਲੋਂ ਮੈਂ ਮਾਫ਼ੀ ਚਾਹੁੰਦਾ ਵੈ, ਮੈਨੂੰ ਇਹਨਾਂ ਕੋਲੋਂ ਇਖਤਲਾਫ ਹੈ ਅਤੇ ਬੜਾ ਸਖਤ ਕਿਸਮ ਦਾ ਇਖਤਲਾਫ ਹੈ। ਮੈਨੂੰ ਇਹਨਾਂ ਦੀ ਗੱਲ ਨਹੀਂ ਪਸੰਦ ਆ ਸਕਦੀ, ਡਾਕਟਰ ਸੁਖਪ੍ਰੀਤ ਸਿੰਘ ਸਾਹਿਬ ਜੀ ਨੂੰ ਮੇਰੀ ਗੱਲ ਪਸੰਦ ਨਹੀਂ ਆ ਸਕਦੀ। ਖਾਣ ਦੇ ਲਿਹਾਜ਼ ਨਾਲ ਹੋ ਸਕਦਾ ਵੈ, ਜਦੋਂ ਕੱਪੜੇ ਦੇ ਲਿਹਾਜ਼ ਨਾਲ ਹੋ ਸਕਦਾ ਵੈ, ਬੋਲਣ ਦੇ ਲਿਹਾਜ਼ ਨਾਲ ਹੋ ਸਕਦਾ ਵੈ, ਕਿਸੇ ਵੀ ਲਿਹਾਜ਼ ਨਾਲ ਪਸੰਦ ਅਤੇ ਨਾ ਪਸੰਦ ਇੱਕ ਚੀਜ਼ ਲੈਦਾ ਵੈ, ਪਰ ਦਾਇਰਾ ਅਦਬ ਦਾ। ਹਾਂਜੀ, ਸੋ ਗੱਲ ਬੜੇ ਧਿਆਨ ਨਾਲ ਸੁਣਿਓ ਵੀ ਚਮਕੀਲੇ ਨੇ ਮੂਵੀ ਬਣਾਉਣੀ ਹੈ ਅਤੇ ਬਣਾਵੇ, ਪਰ ਦਾਇਰਾ ਅਦਬ ਦਾ। ਇਹ ਕੀ ਦਾਇਰਾ ਵੈ ਕਿ ਮਾਏ ਮੇਰਾ ਇਸ਼ਕ ਮਿਟਾਓ, ਵੀ ਕਦੀ ਕਿਸੇ ਨੇ ਇਹ ਵੀ ਕਿਹਾ ਵੈ ਕਿ ਅੰਮੀ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ, ਜਾਂ ਪਿਓ ਨੇ ਕਿਹਾ ਹੋਵੇ ਧੀ ਨੂੰ ਧੀਏ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ, ਨਹੀਂ ਨਾ ਕਿਹਾ। ਦਾਇਰਾ ਅਦਬ ਦਾ ਇਹ ਕੀ ਹੈ, ਇਹਨੂੰ ਤੁਸੀਂ ਕੀ ਕਹੋਗੇ? ਇਹ ਬਗੈਰਤੀ ਹੈ, ਇਹ ਗੈਰਤ ਨਹੀਂ ਹੈ। ਹਾਂਜੀ, ਸੋ ਇੱਕ ਸੀਗਾ ਪਿਛਲਾ ਅਮਰ ਸਿੰਘ ਜਿਹੜਾ ਅੰਦਰ ਚਮਕੀਲਾ, ਹੁਣ ਆ ਜਿਹੜਾ ਇੱਕ ਨਵਾਂ ਅਮਰ ਸਿੰਘ ਚਮਕੀਲਾ ਆ, ਜਿਹੜਾ ਸਿੱਖੀ ਨੂੰ ਬੜਾ ਮਸ਼ਹੂਰ ਕਰਨ ਦਿਆ, ਲੋਕ ਉਹ ਇਸ ਤਰ੍ਹਾਂ ਕਰਨ ਦਿਆ ਅੱਜ ਸਿੱਖੀ ਨੂੰ ਮਸ਼ਹੂਰ, ਕਿ ਸਿੱਖ ਊਚਾ ਨੀਚਾ, ਮਤਲਬ ਕਿ ਜਾਤੀਵਾਦ ਨੂੰ, ਸਿੱਖ ਫਿਤਨਾਬਾਜ਼ ਕੌਮ ਹੈ, ਇਹ ਕੌਣ ਦੱਸਣ ਦਿਆ ਵੈ? ਅਮਰ ਸਿੰਘ ਚਮਕੀਲਾ। ਹਾਂਜੀ, ਇੱਦਾਂ ਵੀ ਇਹ ਇੱਦਾਂ ਵੀ ਮਸ਼ਹੂਰੀ ਹੁੰਦੀ ਜੇ। ਹਾਂਜੀ, ਸੋ ਇਹਨੇ ਆ ਕੇ ਖੰਡੇ ਪਾਟੇ ਦੀ ਪੋਹਲ ਨੂੰ ਆ ਕੇ ਇਹਨੇ ਹੱਥ ਪਾਇਆ। ਸਿੱਖਾਂ ਨੂੰ ਹਜੇ ਤੱਕ ਇਸੇ ਚੀਜ਼ ਦਾ ਹੀ ਨਹੀਂ ਗਾ ਪਤਾ, ਆਮ ਲੋਕਾਂ ਨੂੰ। ਉਹਦੀ ਕੀ ਵਜ੍ਹਾ ਵੈ? ਉਹਦੀ ਵਜ੍ਹਾ ਡਾਕਟਰ ਸੁਖਪ੍ਰੀਤ ਸਿੰਘ ਸਾਹਿਬ ਜੀ, ਇਖਤਲਾਫ ਹੈ ਮੈਨੂੰ ਤੁਹਾਡੇ ਤੋਂ, ਉਹ ਵੀ ਗਿਆਨੀਆਂ ਦੀ ਵਜ੍ਹਾ ਤੋਂ ਹੈ, ਉਹ ਵੀ ਜਿਹੜੀ ਸਿੱਖੀ ਨੂੰ ਪ੍ਰਚਾਰ ਕਰਦੇ ਹੈ ਉਹ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਹੈ, ਕਿ ਇਹ ਸਫ਼ਰੇ ਸ਼ਹਾਦਤ ਪੂਰੀ ਨਹੀਂ ਸੁਣਾਉਂਦੇ। ਜਦੋਂ ਸਫ਼ਰੇ ਸ਼ਹਾਦਤ ਪੂਰੀ ਸੁਣਾਉਣਗੇ ਤਾਂ ਸਭ ਕੁਛ ਖੁੱਲ੍ਹ ਕੇ ਸਾਹਮਣੇ ਆਏਗਾ। ਚਲੋ, ਸਫ਼ਰੇ ਸ਼ਹਾਦਤ ਨਾ ਸੁਣਾਓ ਡਾਕਟਰ ਸੁਖਪ੍ਰੀਤ ਸਿੰਘ ਸਾਹਿਬ ਜੀ,
ਤੁਸੀਂ 1984 ਵੀ ਚਮਕੀਲੇ ਦਾ ਦੌਰ ਤੁਸੀਂ ਉਹੀ ਸੁਣਾ ਦਿਓ, ਪੂਰਾ ਸੁਣਾ ਦਿਓ, ਉਹੀ ਸੁਣਾ ਦਿਓਗੇ ਨਾ ਤਾਂ ਦੁਨੀਆਂ ਨੂੰ ਸਭ ਕੁਛ ਆਪਣੀ ਜਿਹੜਾ ਹੁੰਦਾ ਨਾ ਸਿੱਖਾਂ ਨੂੰ ਵੀ ਸਿੱਖਾਂ ਨੂੰ ਸਭ ਕੁਛ ਪਤਾ ਲੱਗ ਜਾਏਗਾ, ਆਉਣ ਵਾਲੇ ਵਕਤ ਦਾ ਵੀ ਪਤਾ ਲੱਗ ਜਾਏਗਾ, ਦੁਸ਼ਮਣ ਦਾ ਵੀ ਪਤਾ ਲੱਗ ਜਾਏਗਾ, ਸੱਚ ਝੂਠ ਸਭ ਕੁਛ ਪਤਾ ਲੱਗ ਜਾਏਗਾ। ਜਦੋਂ ਪਹਿਲਾ ਚਮਕੀਲਾ ਆਇਆ ਦੌਰ ਸੀ ਉਦੋਂ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਦਾ, ਇਸ ਤਰ੍ਹਾਂ ਹੀ ਹੈ ਨਾ। ਅੱਛਾ, ਹੁਣ ਧਰਮ ਯੁੱਧ ਮੋਰਚਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਲਾਇਆ ਧਰਮ ਯੁੱਧ ਮੋਰਚਾ। ਹੁਣ ਧਰਮ ਦੁਨੀਆਂ ਦੇ ਉੱਤੇ ਇੱਕੋ ਹੀ ਹੈ, ਗੱਲ ਨੂੰ ਯਾਦ ਰੱਖਿਓ, ਦੁਨੀਆਂ ਦੇ ਵਿੱਚ ਧਰਮ ਇੱਕੋ ਹੀ ਹੈ, ਦੋ ਧਰਮ ਨਹੀਂ ਹੋ ਸਕਦੇ। ਹੁਣ ਵੀ ਧਰਮ ਕੀ ਦੱਸਦਾ ਵੈ, ਵੀ ਧਰਮ ਹੈ ਗ੍ਰੰਥ, ਗ੍ਰੰਥ ਪੰਥ, ਗ੍ਰੰਥ ਦਾ ਤਲਕ ਵਾਹਿਗੁਰੂ ਜੀ ਦੇ ਖਾਲਸੇ ਨਾਲ ਹੈ, ਪੰਥ ਦਾ ਤਲਕ ਵਾਹਿਗੁਰੂ ਜੀ ਦੀ ਫਤਿਹ ਦੇ ਨਾਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਬੋਲਿਆ ਤਾਂ ਜਿਹੜਾ ਤਾਕਤ ਆਈ ਹੈ, ਜੋਸ਼ ਆਇਆ, ਜਜ਼ਬਾ ਆਇਆ ਵੈ। ਸੋ ਜਿਹੜਾ ਗ੍ਰੰਥ ਹੈ, ਗ੍ਰੰਥ ਦੱਸਦਾ ਵੈ ਮਾਂ ਦਾ ਦਰਜਾ ਉੱਤੇ ਹੈ। ਹਾਂਜੀ, ਇਹ ਪਿਓ ਦਾ ਦਰਜਾ ਉੱਤੇ ਹੈ, ਭੈਣ ਦਾ ਦਰਜਾ ਉੱਤੇ ਹੈ, ਸੋਖ ਮੰਦਾ ਆਖੀਏ, ਇਹਨੂੰ ਮੰਦਾ ਨਹੀਂ ਗਾ ਕਹਿਣਾ, ਬਰਾਬਰ ਕੋਈ ਨਹੀਂ ਹੈ। ਗੱਲ ਨੂੰ ਗੌਰ ਨਾਲ ਸਮਝੋ। ਸੋ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਕੀ ਕੀਤਾ, ਧਰਮ ਯੁੱਧ ਮੋਰਚਾ ਲਾਇਆ, ਦੱਸੋ ਕੀ ਕੀਤਾ? ਇਹੋ ਹੀ ਮੰਗਾਂ ਸੀਗੀਆਂ, ਇਹੋ ਹੀ ਜ਼ਮੀਨਾਂ ਦੀਆਂ ਮੰਗਾਂ ਸੀਗੀਆਂ। ਇਸ ਤਰ੍ਹਾਂ ਹੀ ਸੀ ਨਾ ਵੀ MSP ਜੋ ਵੀ ਕਹਿੰਦੇ, ਜਿਹੜਾ ਸਾਡੀ ਮਰਜ਼ੀ ਤਾਂ ਸਾਨੂੰ ਮਿਲਣਾ ਚਾਹੀਦਾ ਵੈ, ਇਹ ਵੀ ਚੀਜ਼ ਉਸੇ ਤਰ੍ਹਾਂ ਹੀ ਸੀਗੀ। ਫਿਰ ਉਸ ਤੋਂ ਬਾਅਦ ਘਰਾਂ ਦੀ ਜਿਹੜਾ ਹਰ ਘਰ ਦੇ ਵਿੱਚ ਫਸਾਦ ਸੀਗਾ, ਲੜਾਈ ਸੀ, ਝਗੜਾ ਸੀ, ਜਿਸ ਤਰ੍ਹਾਂ ਅੱਜ ਦੇ ਹਰ ਘਰ ਦੇ ਵਿੱਚ ਹੈ। ਅੱਜ ਹਰ ਘਰ ਦੇ ਵਿੱਚ ਲੜਾਈ ਝਗੜਾ ਕੀ ਹੈ? ਬੀਬੀ ਦੀ ਲੜਾਈ, ਬੱਚੇ ਦੀ ਵਜ੍ਹਾ ਤੋਂ ਲੜਾਈ, ਅਤੇ ਪੈਸੇ ਦੀ ਵਜ੍ਹਾ ਤੋਂ ਲੜਾਈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਣੇ ਦੇ ਦੌਰ ਦੇ ਵਿੱਚ ਵੀ ਇਹੋ ਹੀ ਲੜਾਈ ਸੀਗੀ। ਮਿਸਾਲ ਦੇ ਤੌਰ ਦੇ ਉੱਤੇ ਆਪਾਂ ਇਹ ਵੀ ਨਾਲ ਦੱਸ ਦਿੰਦੇ ਹਾਂ ਕਿ ਇੱਕ ਕੁੜੀ ਆਈ ਅਤੇ ਉਹਨੂੰ ਜਹੇਜ਼ ਦੀ ਵਜ੍ਹਾ ਤੋਂ ਬੜਾ ਤੰਗ ਕੀਤਾ ਜਾਂਦਾ ਸੀਗਾ, ਕੁੜੀ ਨੂੰ ਜਹੇਜ਼ ਦੀ ਵਜ੍ਹਾ ਤੋਂ ਬੜਾ ਤੰਗ ਕੀਤਾ ਜਾਂਦਾ ਸੀਗਾ। ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਨੇ ਕਿਹਾ ਲਿਆਓ ਚੁੱਕ ਕੇ ਉਹਦੀ ਫੈਮਿਲੀ ਨੂੰ, ਬਿਠਾਓ ਉਹਦੇ ਨਾਲ ਸਾਹਮਣੇ, ਅਤੇ ਉਹਨੂੰ ਕਿਹਾ ਇਹ ਹੁਣ ਮੇਰੀ ਧੀ ਹੋ, ਮੰਗ ਕਿੰਨਾ ਜਹੇਜ਼ ਮੰਗਣਾ ਹੈ ਯਾਰ? ਆਪਣੇ ਦਿਲ 'ਤੇ ਹੱਥ ਰੱਖ ਕੇ ਸੱਚੀ ਗੱਲ ਦੱਸੋ, ਅੱਜ ਘਰਾਂ ਦੇ ਵਿੱਚ ਇਹ ਲੜਾਈ ਨਹੀਂ ਹੈ ਕਿ ਆਹ ਜਹੇਜ਼ ਥੋੜ੍ਹਾ ਲਿਆਈ ਹੈ, ਬੀਬੀ ਦਵੈਤ ਲੜਾਈ, ਆਹ ਜਹੇਜ਼ ਥੋੜ੍ਹਾ ਲਿਆਈ ਹੈ, ਉਹ ਬਹੁਤਾ ਲਿਆਈ ਹੈ, ਇਹ ਮਨਹੂਸ ਹੈ, ਇਸ ਵਜ੍ਹਾ ਤੋਂ ਲੜਾਈ ਨਹੀਂ ਹੈ। ਅਤੇ ਜਿਹੜੀ ਜਹੇਜ਼ ਬਹੁਤਾ ਲੈ ਆਉਂਦੀ ਹੈ ਉਹ ਆਪਣੀ ਸੱਸ ਨੂੰ ਸੱਸ ਹੀ ਨਹੀਂ ਸਮਝਦੀ, ਆਪਣੀ ਸੱਸ ਨੂੰ ਨੌਕਰ ਸਮਝਦੀ ਹੈ, ਆਪਣੇ ਬੰਦੇ ਨੂੰ ਵੀ ਨੌਕਰ ਸਮਝਦੀ ਹੈ। ਹਾਂਜੀ, ਵੀ ਮੇਰਾ ਕਹਿਣ ਦਾ ਮਤਲਬ ਹੈ ਕਿ ਮਾਂ ਨੂੰ ਤਾਂ ਮਾਂ ਸਮਝਦੀ ਹੈ ਪਰ ਸੱਸ ਨੂੰ ਮਾਂ ਨਹੀਂ ਸਮਝਦੀ। ਉਦੋਂ ਵੀ ਉਹੀ ਇਹੋ ਹੀ ਦੌਰ ਸੀਗਾ, ਕੁੜੀਆਂ ਦੇ ਨਾਲ ਜ਼ਿਆਦਤੀਆਂ ਥਾਣੇ ਕਚਹਿਰੀ ਇੱਦਾਂ ਹੀ ਚੁੱਕੇ, ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਸਕੂਨ ਦਿੱਤਾ ਸੀਗਾ, ਬਰਾਤ ਬਹੁਤੀ ਲੈ ਕੇ ਜਾਂਦੇ ਸੀਗੇ। ਵੀ
ਇੱਕ ਜਿਹੜਾ ਹੁੰਦਾ ਨਾ ਕੁੜੀ ਪਾਲੀ ਹੁੰਦੀ ਹੈ ਬੜੇ ਪਿਆਰ ਦੇ ਨਾਲ, ਬੜੇ ਮੁਹੱਬਤਾਂ ਦੇ ਨਾਲ, ਉਲਟਾ ਉਹਦੇ ਕੋਲ ਜਹੇਜ਼ ਖਿੱਚਣਾ, ਉਹ ਕੁੜੀ ਦੇ ਦਿੰਦੇ ਆ ਉਲਟਾ, ਉਲਟਾ ਉਹਦੇ ਕੋਲ ਜਹੇਜ਼ ਵੀ ਲੈਣਾ, ਉਲਟਾ ਉਹਦੀਆਂ ਜਿਹੜੀਆਂ ਹੁੰਦੀਆਂ ਨਾ ਗੱਲਾਂ ਕਰਨੀਆਂ ਤੇਰੀ ਕੁੜੀ 'ਚ, ਉਲਟਾ ਨੁਕਸ ਕੱਢਣਾ ਕੁੜੀ ਦੇ ਵਿੱਚ, ਫਿਰ ਉੱਥੋਂ ਇੰਨੀ ਜੰਝ ਅਤੇ ਇੰਨੀ ਬਰਾਤ ਅਤੇ ਜੋ ਵੀ ਹੈਗਾ ਸਭ ਕੁਛ ਲੈ ਕੇ ਜਾਣਾ, ਇਹ ਜ਼ੁਲਮ ਨਹੀਂ? ਮੈਂ ਪੁੱਛਣਾ ਸਫਰੇ ਸ਼ਹਾਦਤ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀ ਕੀਤਾ? ਕਹਿੰਦੇ ਜ਼ੁਲਮ ਦੇ ਖਿਲਾਫ ਤਲਵਾਰ ਚੁੱਕੀ ਅਤੇ ਜ਼ੁਲਮ ਫਿਰ ਇੱਥੋਂ ਸ਼ੁਰੂ ਹੁੰਦਾ ਜੀ। ਹਾਂਜੀ, ਸੋ ਗੱਲ ਬੜੇ ਧਿਆਨ ਨਾਲ ਸੁਣਿਓ, ਇਹ ਜ਼ੁਲਮ ਨਹੀਂ ਹੈ? ਜਿਹਦੀ ਬੱਚੀ ਘਰੋਂ ਜਿਹਦੀ ਡੋਲੀ ਤੁਰਨੀ ਹੁੰਦੀ ਹੈ ਵੀਰੋ, ਉਸ ਮਾਂ ਪਿਓ ਅੰਦਰੋਂ ਹਿੱਲਿਆ ਹੁੰਦਾ ਕਿ ਯਾਰ ਅੱਜ ਮੇਰੀ ਧੀ, ਅੱਲਾ ਇਹਦੀ ਜਿਹਦੇ ਨਾਲ ਕਿਸਮਤ ਚੰਗੀ ਕਰੇ, ਵੀ ਇਹਦੀ ਕਿਸਮਤ ਚੰਗੀ ਕਰੇ, ਬਸ ਉਹਦੀ ਜਿਹਦੇ ਨਾਲ ਕਿਸਮਤ ਤੋਂ ਬੜਾ ਡਰ ਲੱਗਦਾ। ਇਸੇ ਕਰਕੇ ਹੀ ਕੁੜੀ ਜਦੋਂ ਹੁੰਦੀ ਨਾ, ਅੱਜ ਵੀ ਜਦੋਂ ਕੁੜੀ ਪੈਦਾ ਹੁੰਦੀ ਹੈ ਨਾ, ਬੇਟੀ ਜਦੋਂ ਪੈਦਾ ਹੁੰਦੀ ਹੈ ਨਾ, ਅਤੇ ਅੱਜ ਵੀ ਫਿਰ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਦੌਰ ਯਾਦ ਕਰੋ, ਇਸੇ ਕਰਕੇ ਕੁੜੀਆਂ ਨੂੰ ਮਨਹੂਸ ਸਮਝਿਆ ਜਾਂਦਾ ਸੀਗਾ ਕਿ ਇਹ ਮਨਹੂਸ ਕਿੱਧਰ ਆ ਗਈ, ਇਹ ਤਾਂ ਮੈਨੂੰ ਖਾਈਏਗੀ ਫੜ ਕੇ, ਇਹ ਤਾਂ ਮੈਨੂੰ ਬੇਇੱਜ਼ਤ ਕਰਕੇ ਰੱਖ ਦੇਗੀ ਪੜਾ, ਉੱਥੇ ਜਾ ਕੇ ਢੋਲ ਬਾਜਾ ਵਜਾਉਣਾ ਇਹ ਤੁਹੀਨ ਨਹੀਂ ਹੈ, ਇਹ ਬਦਤਮੀਜ਼ੀ ਨਹੀਂ ਹੈ? ਦੇਖੋ, ਇਖਤਲਾਫ ਹੋਵੇ ਸੋ ਹੋਵੇ, ਪਰ ਦਾਇਰਾ ਅਦਬ ਦਾ, ਇਹ ਬਦਤਮੀਜ਼ੀ ਨਹੀਂ ਹੈ ਵੀਰੋ, ਇਹ ਬਦਤਮੀਜ਼ੀ ਹੈ। ਅਤੇ ਦੇਖੋ, ਮੈਂ ਸ੍ਰੀ ਦਰਬਾਰ ਸਾਹਿਬ ਨੂੰ ਨਹੀਂ ਮੰਨਦਾ, ਮੈਂ ਅਕਾਲ ਤਖ਼ਤ ਸਾਹਿਬ 'ਚ ਮੈਂ ਨਹੀਂ ਮੰਨਦਾ। ਸਿੱਖ ਕਵੇ ਕਿ ਮੈਂ ਇਸਲਾਮ ਨੂੰ, ਮੈਂ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਮੈਂ ਨਹੀਂ ਮੰਨਦਾ, ਮੈਂ ਕਹਾਂਗਾ ਠੀਕ ਹੈ ਮੰਨਣਾ ਮੰਨ, ਨਹੀਂ ਮੰਨਣਾ ਨਾ ਮੰਨ। ਸਿੱਖ ਮੈਨੂੰ ਕਵੇਗਾ ਕਿ ਮੰਨਣਾ ਮੰਨ, ਨਹੀਂ ਮੰਨਣਾ ਅਤੇ ਨਾ ਮੰਨ, ਪਰ ਬਦਤਮੀਜ਼ੀ ਕਿਸੇ ਸਿਰ ਉੱਤੇ ਬਰਦਾਸ਼ਤ ਨਹੀਂ। ਇੰਦਰਾ ਗਾਂਧੀ ਨੇ ਕੀ ਕੀਤਾ ਸੀ? ਉਹਨੇ ਬਦਤਮੀਜ਼ੀ ਕੀਤੀ ਸੀ ਜਾ ਕੇ, ਠੀਕ ਹੈ ਤੂੰ ਮੰਨਣਾ ਮੰਨ, ਨਹੀਂ ਮੰਨਣਾ ਨਾ ਮੰਨ, ਜਦੋਂ ਬਦਤਮੀਜ਼ੀ ਕਰੇਂਗੀ ਤਾਂ ਬਰਦਾਸ਼ਤ ਨਹੀਂ, ਤਾਂ ਫਿਰ ਹੋਏਗਾ ਕੰਮ। ਸੋ ਗੱਲ ਬਦਤਮੀਜ਼ੀ ਦੀ ਹੈ ਕਿ ਬਦਤਮੀਜ਼ੀ ਨਹੀਂ ਹੋਣੀ ਚਾਹੀਦੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਨੂੰ ਦੂਜੀ ਧੀ ਨੂੰ ਅਤੇ ਆਪਣੀ ਧੀ 'ਚ ਫਰਕ ਨਹੀਂ ਸਮਝਿਆ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਨੇ ਕੋਈ ਊਚਾ ਨੀਚਾ ਕੀਤਾ ਹੀ ਨਹੀਂ, ਹਿੰਦੂ ਆ ਗਿਆ ਉਹਨੂੰ ਵੀ ਇਨਸਾਫ ਦਿੱਤਾ ਅਤੇ ਬਰਾਬਰ ਦਾ, ਇਹ ਮਤਲਬ ਕਹਿਣ ਦਾ ਇਹ ਕਿ ਯਾਰ ਇੱਦਾਂ ਦਾ ਇਨਸਾਫ ਗੁਰੂਆਂ ਦੀ ਸੋਚ 'ਤੇ ਚੱਲਿਆ, ਇਹਨੂੰ ਕਹਿੰਦੇ ਸੰਤ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਦੇ ਦੌਰ ਦੇ ਵਿੱਚ ਆ ਬਾਬੇ ਕਿੱਧਰ ਸੀ? ਉਦੋਂ ਕੋਈ ਬਾਬਾ ਹੈਗਾ ਸੀਗਾ? ਆ ਝੁੱਲੂ ਜਿਹੜੇ ਦੋ ਨੰਬਰ ਬਾਬੇ, ਕੋਈ ਬਾਬਾ ਆ ਕੇ ਬਹਿ ਗਿਆ ਕਿ ਮੈਂ ਵੀ ਤੁਹਾਡਾ ਗੁਰੂ ਹਾਂ, ਕੋਈ ਦੂਸਰਾ ਆ ਕੇ ਬਹਿ ਗਿਆ, ਕੋਈ ਲਾਡੂ ਸ਼ਾਹ, ਕੋਈ ਬਾਗੂ ਸ਼ਾਹ, ਕੋਈ ਜਿਹੜਾ ਹੁੰਦਾ ਨਾ ਬੱਚੇ ਦੇਣ ਵਾਲਾ, ਕੋਈ ਬੀਬੀਆਂ ਦੇਣ ਵਾਲਾ, ਕੋਈ ਜਿਹੜਾ ਹੁੰਦਾ ਨਾ ਕਬਰਾਂ ਦੇ ਉੱਤੇ ਮੱਥੇ ਜਾ ਕੇ ਹੁੰਦਾ ਟੇਕਣ ਵਾਲੇ, ਉੱਥੇ ਬਾਬੇ ਬਹਿ ਗਏ। ਦੱਸੋ ਉਦੋਂ ਬਾਬੇ ਕਿੱਥੇ ਗਏ? ਉਹਨਾਂ ਨੇ ਮੂੰਗਫਲੀ ਦੀਆਂ ਰੇਹੜੀਆਂ ਲਾ ਲਈਆਂ ਸੀ, ਕਿਉਂਕਿ ਇਹ ਬਾਬੇ ਘਰਾਂ ਦੇ ਵਿੱਚ ਫਸਾਦ ਪਾਉਂਦੇ, ਇਹ ਫਿਤਨਾ ਪਾਉਂਦੇ, ਵੀ ਕੀ ਕਹਿੰਦੇ ਆ ਤੇਰੇ ਉੱਤੇ ਕਿਸੇ ਨੇ ਕੀਤਾ ਹੀ ਤਾਂ ਤੂੰ ਆਪਣੀ ਉਹਨਾਂ ਨਾ ਆਪਣੇ ਭਰਾ ਨੂੰ ਨਾ ਮਿਲ, ਵੀ ਇਸ ਤਰ੍ਹਾਂ ਕਰਕੇ ਆਪਸ ਦੇ ਵਿੱਚ ਲੜਾਉਂਦੇ, ਇਹ ਸ਼ੈਤਾਨ ਹੈ। ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਨੇ ਘਰਾਂ ਦੇ ਵਿੱਚ ਇਨਸਾਫ ਦਿੱਤਾ ਸੀਗਾ। ਦੱਸੋ ਅਮਨ ਹੋਇਆ ਕਿ ਨਹੀਂ ਸੀ ਹੋਇਆ, ਸਕੂਨ ਹੋਇਆ ਸੀ ਕਿ ਨਹੀਂ ਸੀ ਹੋਇਆ, ਦੱਸੋ ਮੈਨੂੰ ਜ਼ਰਾ, ਆਪਣੇ ਦਿਲ 'ਤੇ ਹੱਥ ਰੱਖ ਸੱਚੀ ਗੱਲ ਦੱਸੋ ਯਾਰ। ਅੱਛਾ, ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਨੇ ਇਨਸਾਫ ਘਰਾਂ 'ਚ ਦਿੱਤਾ, ਵੀ ਤਕਲੀਫ ਕਿਹਨੂੰ ਹੋਈ? ਉਹ ਕੀ ਆਪਣਾ ਸਰਕਾਰ ਨੂੰ ਕੁਛ ਕਿਹਾ ਵੈ, ਜਾਂ ਮੈਨੂੰ ਦੱਸੋ ਕਿਸੇ ਨੂੰ ਕੁਛ ਕਿਹਾ? ਨਹੀਂ ਕੁਛ ਕਿਹਾ। ਈਵਨ ਕਿ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਨੂੰ ਪੈਸੇ ਦੀ ਕਿਹਾ, ਮਕਾਨ, ਬਿਲਡਿੰਗਾਂ। ਉਹ ਪਹਾੜੀ ਰਾਜੇ, ਉਹ ਗੁਰੂ ਨੂੰ ਕਹਿੰਦੇ ਸੀ ਉੱਤੇ ਆ ਕੇ ਬਹਿ, ਹਦਰਾ ਉੱਚਾ ਹੋ ਕੇ ਬਹਿ, ਉੱਚਾ ਹੋ ਜਾਵੇ ਨਾ
ਵੀ ਚਮਕੀਲਾ ਅਗਰ ਉੱਚਾ ਵੀ ਹੋ ਜਾਵੇ ਨਾ, ਇਹਦਾ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ। ਤਕਲੀਫ ਉਦੋਂ ਹੁੰਦੀ ਹੈ ਜਦੋਂ ਸਾਰਿਆਂ ਨੂੰ ਨਾਲ ਲੈ ਕੇ ਉੱਚਾ ਕਰੋ, ਜਦੋਂ ਇਹ ਕਹੋ ਕਿ ਮੈਂ ਕਿਉਂ ਉੱਚਾ ਹੋਣਾ, ਉੱਚਾ ਹੋਣਗੇ ਤਾਂ ਸਾਰੇ ਹੀ ਹੋਣਗੇ, ਤਕਲੀਫ ਇੱਥੋਂ ਪਹੁੰਚਦੀ ਹੈ। ਹਾਂਜੀ, ਸੋ ਇਹ ਦੌਰ ਮੈਂ ਤੁਹਾਨੂੰ ਵੀ ਚਮਕੀਲੇ ਦਾ ਮੈਂ ਦੱਸਣ ਡਿਆ ਮੈਂ, ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਣੇ ਦਾ ਮੈਂ ਦੌਰ ਜਿਹੜਾ ਹੁੰਦਾ ਉਹੀ ਦੌਰ ਦੱਸਣ ਡਿਆ। ਸੋ ਉਦੋਂ ਵੀ ਗਾਣੇ ਇਸ ਤਰ੍ਹਾਂ ਦੇ ਸੀਗੇ, ਬੇਹਯਾਈ ਇਸ ਤਰ੍ਹਾਂ ਹੋ ਗਈ ਸੀ। ਫਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਣੇ ਆ ਕੇ ਉੱਥੇ ਸਕੂਨ ਅਮਨ ਸ਼ਾਂਤੀ ਕੀਤੀ ਸੀ। ਹੁਣ ਮੈਂ ਸਿੱਖਾਂ ਕੋਲੋਂ ਪੁੱਛਣਾ ਵੀ 84 ਦੇ ਵਿੱਚ ਸਿੱਖਾਂ ਦੇ ਨਾਲ ਕੀ ਹੋਇਆ? ਸਿੱਖ ਕਹਿਣਗੇ ਸਾਡੇ ਨਾਲ ਇਹਨਾਂ ਨੇ ਜ਼ਿਆਦਤੀ ਕੀਤੀ, ਸਾਡੇ ਨਾਲ ਇਹਨਾਂ ਨੇ ਗਲਾਂ ਦੇ ਵਿੱਚ ਟੈਰ ਪਾ ਕੇ ਸਾੜਿਆ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਣਾ ਆਇਆ ਸੀਗਾ ਅਤੇ ਉਹਨੇ ਘਰਾਂ ਦੇ ਵਿੱਚ ਸਕੂਨ ਦਿੱਤਾ ਸੀਗਾ, ਅਤੇ ਉਹ ਆਇਆ ਤਾਂ ਸਰਬੱਤ ਦੇ ਭਲੇ ਵਾਸਤੇ ਸੀ। ਆਇਆ ਆਇਆ ਕਾਹਦੇ ਵਾਸਤੇ ਸੀਗਾ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਇਆ ਤਾਂ ਇਸ ਵਾਸਤੇ ਸੀਗਾ, ਆਇਆ ਸਰਬੱਤ ਦੇ ਭਲੇ ਵਾਸਤੇ ਸੀਗਾ, ਪਰ ਸਾਨੂੰ ਉਲਟਾ ਟੈਰ ਪਾ ਕੇ ਸਾੜਿਆ ਗਿਆ। ਹੁਣ ਇੱਕ ਬਿਆਨ ਇਹ ਹੋ ਗਿਆ ਸਫਰੇ ਸ਼ਹਾਦਤ, ਇੱਕ ਤਬਾਰੀਖ ਇਹ ਹੋ ਗਈ, ਦੂਜੀ ਤਬਾਰੀਖ ਹੁਣ ਆਓ, ਹੁਣ ਗੌਰਮੈਂਟ ਕੀ ਕਹਿੰਦੀ ਹੈ? ਗੌਰਮੈਂਟ ਕਹਿੰਦੀ ਇਹ ਆਤੰਕਵਾਦੀ ਸੀ। ਹੁਣ ਲਿਖਣ ਵਾਲਾ ਤਬਾਰੀਖੀ ਆ ਜਿਹੜਾ ਲਿਖੇਗਾ ਨਾ, ਉਹ ਉੱਧਰ ਵੀ ਗੱਲ ਪੂਰੀ ਲਿਖੇਗਾ ਅਤੇ ਉੱਧਰ ਵੀ ਗੱਲ ਪੂਰੀ ਲਿਖੇਗਾ। ਮੈਂ ਕਹਿੰਦਾ ਮੈਂ ਕਿ ਛੋਟੇ ਸਾਹਿਬਜ਼ਾਦੇ ਤਬਾਰੀਖ ਹੋਵੇ, ਸਫਰੇ ਕੋਈ ਵੀ ਹੈ, ਉਹ ਤਬਾਰੀਖ ਉਹਨੇ ਸਹੀ ਲਿਖੀ ਹੈ, ਕਿਉਂਕਿ ਜਿਹੜੀ ਕਿਤਾਬ ਦੇ ਵਿੱਚ ਸੱਚ ਹੋਵੇ ਨਾ, ਉਹ ਕਿਤਾਬ ਕਦੀ ਖਤਮ ਹੀ ਨਹੀਂ ਹੁੰਦੀ। ਉਸ ਕਿਤਾਬ ਨੂੰ ਖਤਮ ਕਰਨ ਵਾਸਤੇ ਹਜ਼ਾਰਾਂ ਕਿਤਾਬਾਂ ਛਾਪਣੀਆਂ ਪੈਂਦੀਆਂ ਕਿ ਤਾਂ ਕਿ ਇਹ ਖਤਮ ਹੋਵੇ, ਇਹਨੂੰ ਪਿੱਛੇ ਕਰਕੇ ਨਾ, ਅਤੇ ਇਹ ਕਿਸੇ ਤਰੀਕੇ ਨਾਲ ਜਿਹੜਾ ਮਤਲਬ ਪਿੱਛੇ ਹੋ ਜਾਵੇ। ਗੱਲ ਨੂੰ ਗੌਰ ਨਾਲ ਸਮਝੋ ਵੀਰੋ। ਅੱਛਾ, ਹੁਣ ਉਹ ਲਿਖੇਗਾ ਕਿ ਇਹ ਜਿਹੜੇ ਹੁੰਦੇ ਨਾ, ਇਹ ਕਿਸੇ ਨੂੰ ਜੀਣ ਨਹੀਂ ਸੀ ਦਿੰਦੇ, ਇਹ ਆਤੰਕਵਾਦੀ ਹੈ, ਇਹਨਾਂ ਨੇ ਅੰਦਰ ਜਿਹੜਾ ਅਸਲੇ ਰੱਖੇ ਸੀਗੇ, ਇਹ ਅੰਦਰ ਬੀਬੀਆਂ ਨਚਾਉਂਦੇ ਸੀਗੇ, ਇਹ ਜਣਾ ਕਰਦੇ ਸੀ ਅੰਦਰ, ਇਹ ਜ਼ਬਰ ਜਨਾਹ ਕਰਦੇ ਸੀ ਅੰਦਰ, ਇਹ ਅੰਦਰ ਜਿਹੜਾ ਹੁੰਦਾ ਨਾ, ਇਹ ਅੰਦਰ ਬਰੂਦ ਸੀਗਾ ਇਹਨਾਂ ਦੇ, ਇਹ ਬੱਚਿਆਂ ਮਤਲਬ ਇੱਦਾਂ ਦੀਆਂ ਗੱਲਾਂ ਬਾਤਾਂ ਉਹ ਉੱਧਰ ਉਹ ਫਿਰ ਲਿਖਣੀਆਂ ਪੈਣਗੀਆਂ। ਹੁਣ ਕੱਲ੍ਹ ਨੂੰ ਜਦੋਂ ਬੱਚੇ ਤਬਾਰੀਕ ਪੜ੍ਹਨਗੇ, ਦੱਸੋ ਮੈਨੂੰ ਜ਼ਰਾ, ਉਹ ਕੀ ਕਹਿਣਗੇ? ਦੱਸੋ ਮੈਨੂੰ ਕੀ ਕਹਿਣਗੇ, ਉਹ ਕੀ ਫੈਸਲਾ ਕਰਨਗੇ? ਸੋ ਤਬਾਰੀਕ ਸੁਣਾਉਣੀ ਹੋਵੇ ਨਾ, ਅਤੇ ਆਪਣਿਆਂ ਦੀ ਸੁਣਾਈ ਦੀ ਹੁੰਦੀ ਆ, ਬੰਦਿਆਂ ਦੋਵਾਂ ਦੀ ਲੜਾਈ ਹੋਵੇ ਅਤੇ ਬੰਦਾ ਆਪਣੇ ਕੁਝ ਆਪਣੇ ਨੂੰ ਜਾ ਕੇ ਪੁੱਛਦਾ ਦੱਸ ਕੀ ਹੋਇਆ, ਜੋ ਉਹ ਦੱਸਦਾ ਨਾ ਉਹੀ ਸਫਰੇ ਸ਼ਹਾਦਤ ਹੁੰਦੀ ਹੈ। ਹਾਂਜੀ, ਜੋ ਦੂਸਰਾ ਦੱਸਦਾ ਨਾ ਕਲਮਾ ਪੜ੍ਹ ਲੈ, ਕਲਮਾ ਪੜ੍ਹ ਲੈ, ਕਲਮਾ ਪੜ੍ਹ ਲੈ, ਅਜੀਬ ਹੈ, ਉਹ ਧਰਮ ਇੱਕ ਹੈ, ਇਨਸਾਨੀਅਤ ਪੂਰੀ ਇਨਸਾਨੀਅਤ ਦਾ ਧਰਮ ਇੱਕ ਹੈ। ਹਾਂਜੀ, ਉਹ ਕਲਮਾ ਨਹੀਂ ਸੀ ਕਹਿੰਦੇ, ਉਹ ਕਹਿੰਦੇ ਸੀਗੇ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆ ਸਰਬੱਤ ਦਾ ਭਲਾ ਪੜ੍ਹਨ ਦੇ ਨਾਲ ਨਹੀਂ ਹੁੰਦਾ, ਇਹ ਕਰਨ ਦੇ ਨਾਲ ਹੁੰਦਾ ਵਾ। ਵੀ ਦੱਸੋ ਮੈਨੂੰ, ਸਰਬੱਤ ਦਾ ਭਲਾ ਪੜ੍ਹਨ ਦੇ ਨਾਲ ਕਦੀ ਹੋਇਆ? ਨਹੀਂ ਹੋਇਆ, ਇਹ ਕਰਨ ਦੇ ਨਾਲ ਹੁੰਦਾ ਵਾ। ਹਾਂਜੀ, ਉਹ ਕਹਿੰਦਾ ਸੀ ਪੜ੍ਹ ਲੈ, ਉਹ ਕਹਿੰਦੇ ਨਹੀਂ ਅਸੀਂ ਪੜ੍ਹਨਾ ਨਹੀਂ, ਅਸੀਂ ਜਿਹੜਾ ਕੰਮ ਕਰਨਾ ਵਾ। ਵੀ ਕੀ ਕੰਮ ਕਰਨਾ ਵਾ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਇਹ ਕੰਮ ਕਰਨਾ। ਹੁਣ ਦੱਸੋ ਆਪਣੇ ਦਿਲ 'ਤੇ ਹੱਥ ਰੱਖ ਕੇ, ਉਹ ਕੀ ਕਹਿੰਦਾ ਹੋਏਗਾ? ਉਹ ਇਹ ਕਹਿੰਦਾ ਸੀਗਾ ਕਿ ਆਪਣਾ ਕੰਮ ਛੱਡ ਦਵੋ, ਕਲਮਾ
ਕਲਮਾ ਨਾ ਪੜ੍ਹੋ, ਉਹ ਕਹਿੰਦਾ ਸੀਗਾ ਕਿ ਤੁਸੀਂ ਇਹ ਖਾਲਸਾ ਪੰਥ ਛੱਡ ਦਿਓ। ਹੁਣ ਇਸੇ ਤਰ੍ਹਾਂ ਹੀ 84 ਦੀ ਸਫਰੇ ਸ਼ਹਾਦਤ ਤੁਸੀਂ ਦੇਖ ਲਓ, ਇੱਥੇ ਵੀ ਇਹੋ ਚੀਜ਼ ਹੈ। ਇੱਥੇ ਵੀ ਉਹ ਕੀ ਕਹਿੰਦੀ ਸੀਗੀ ਕਿ ਆਹ ਕੰਮ ਛੱਡ ਦੇ, ਕਿਹੜਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ, ਆਹ ਕੰਮ ਛੱਡ ਦੇ, ਸਾਡੇ ਨਾਲ ਆ ਕੇ ਬਹਿ, ਉੱਚਾ ਹੋ, ਤੈਨੂੰ ਪੈਸਾ ਦਿੰਦੇ, ਤੈਨੂੰ ਮਾਲ ਦਿੰਦੇ, ਤੈਨੂੰ ਦੌਲਤ ਦਿੰਦੇ, ਤੈਨੂੰ ਦੁਨੀਆ 'ਚ ਸਭ ਕੁਛ ਦਿੰਦੇ। ਪ੍ਰਸੰਨ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲਾ ਨੇ ਕਿਹਾ ਕਿ ਮੈਂ ਉੱਚਾ ਕਿਉਂ ਹੋਵਾਂ, ਉੱਚਾ ਹੋਣਗੇ ਤਾਂ ਸਾਰੇ ਹੀ ਹੋਣਗੇ। ਇੱਥੇ ਜੰਗ ਲੱਗੀ ਸੀ ਆਵਾਮ ਦੇ ਦਰਮਿਆਨ, ਉੱਧਰੋਂ ਉੱਧਰ ਦੀ ਆਵਾਮ ਸੀ, ਇੱਧਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਦੀ ਆਵਾਮ ਸੀ, ਇਹ ਜੰਗ ਸੀ। ਸੋ ਜਦੋਂ ਉਹ ਤਖ਼ਤ ਨੇ ਹਮਲਾ ਕੀਤਾ ਨਾ, ਇੱਥੋਂ ਫਿਰ ਜੰਗ ਆਵਾਮ ਤੋਂ ਉੱਠ ਕੇ ਤਖ਼ਤ ਦੇ ਨਾਲ ਪੈ ਗਈ। ਹਾਂਜੀ, ਗੱਲ ਨੂੰ ਗੌਰ ਨਾਲ ਸਮਝੋ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਨਾ, ਤਾਂ ਉਹਨਾਂ ਨੂੰ ਕਿਹਾ ਤੁਸੀਂ ਹੁਣ ਆਪਣਾ ਘਰ ਤੁਸੀਂ ਚਲ ਜਾਓ, ਕਿਉਂਕਿ ਮੇਰੀ ਜੰਗ ਹੁਣ ਇੱਥੋਂ ਪਹਾੜੀ ਰਾਜਿਆਂ ਨਾਲ ਉੱਠ ਕੇ ਅਤੇ ਮੇਰੀ ਜੰਗ ਤਖ਼ਤਾਂ ਨਾਲ ਪੈ ਗਈ ਹੈ। ਹਾਂਜੀ, ਹੁਣ ਤਖ਼ਤ ਦੇ ਨਾਲ ਜੰਗ ਪੈ ਗਈ, ਹੁਣ ਤਖ਼ਤ ਨੂੰ ਖਤਰਾ ਕੀ ਹੈ? ਹੁਣ ਤਖ਼ਤ ਨੂੰ ਖਤਰਾ ਖਾਲਸੇ ਰਾਜ ਦਾ, ਕਿਉਂਕਿ ਉਹਨੂੰ ਖਤਰਾ ਹੀ ਖਾਲਸਾ ਰਾਜ ਦਾ। ਖਾਲਸਾ ਰਾਜ ਕਿੱਦਾਂ ਆਏਗਾ? ਉਹ ਪੰਥ ਦੇ ਨਾਲ ਆਏਗਾ। ਹੁਣ ਇਹਦੇ ਵਿੱਚ ਪੰਥ ਨੂੰ ਜਿੰਨਾ ਵੀ ਬਦਨਾਮ ਹੋ ਸਕਦਾ ਓਨਾ ਹੀ ਕਰੋ। ਆਹ ਚਮਕੀਲੇ ਨੇ ਇਹ ਕਰਤੂਤ ਆ ਕੇ ਜਿਹੜੀ ਹੁੰਦਾ ਕੋਲੀ 'ਚ, ਦੱਸੋ ਮੈਨੂੰ ਇਹਦੇ ਨਾਲ ਪੰਥ ਨੂੰ ਜਿਹੜਾ ਹੁੰਦਾ ਨਾ ਇਹ ਹੋਇਆ ਕਿ ਨਹੀਂ ਹੋਇਆ, ਵੀ ਸਿੱਖਾਂ ਦੀ ਬਦਨਾਮੀ ਹੋਈ ਕਿ ਨਹੀਂ ਹੋਈ। ਗੁਰੂ ਨੇ ਤਾਂ ਜਿਹੜਾ ਹੁੰਦਾ ਨਾ ਵਿਸਾਖੀ ਵਾਲੇ ਦਿਨ, ਗੁਰੂ ਨੇ ਵਿਸਾਖੀ ਵਾਲੇ ਦਿਨ ਊਚਾ ਨੀਚਾ ਤਾਂ ਖਤਮ ਕੀਤਾ ਸੀਗਾ, ਉਹਨੇ ਤਾਂ ਬੰਦਿਆਂ ਨੂੰ ਮਾਰਿਆ ਸੀ, ਮਾਰ ਕੇ ਫਿਰ ਜਿਉਂਦਾ ਕੀਤਾ ਸੀਗਾ। ਦੱਸੋ ਮੈਨੂੰ ਨਹੀਂ ਕੀਤਾ, ਉਹਨੇ ਪਹਿਲੇ ਬੰਦਿਆਂ ਨੂੰ ਮਾਰਿਆ ਸੀ। ਮਾਰਿਆ ਕਿਸ ਤਰ੍ਹਾਂ ਸੀਗਾ? ਇਹ ਹੁਣ ਆਪਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕੋਲ ਪੁੱਛੋ। ਉਹਨੇ ਕਿਹਾ ਕਿ ਆਪਣੇ ਆਪ ਨੂੰ ਮਾਰੋ, ਆਪਣੀ ਮੈਂ ਨੂੰ ਮਾਰੋ, ਊਚਾ ਨਹੀਂ ਗਿਆ, ਇੱਦਾਂ ਨਾਲ ਹੀ ਬੈਠਾ ਸਭ ਦੇ, ਮੈਂ ਮਾਰ ਕੇ ਆਏ। ਹਾਏ ਹਾਏ, ਸਾਦਗੀ ਹੋਵੇ ਤਾਂ ਫਿਰ ਇੱਦਾਂ ਦੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵਰਗੀ। ਆਹਾ, ਸੋ ਗੁਰੂ ਨੇ ਸਭ ਨੂੰ ਇੱਕੋ ਜਿਹੇ ਜਿਹੜੇ ਹੁੰਦੇ ਨਾ ਸੂਟ ਪਵਾਏ ਸੀ, ਇੱਕੋ ਜਿਹੇ ਪਵਾ ਕੇ ਨਾ ਊਚਾ ਨੀਚਾ ਖਤਮ ਕਰਤਾ ਸੀਗਾ। ਫਿਰ ਅੰਮ੍ਰਿਤ ਪਾਟੇ ਦੀ ਪੋਲ ਦੇ ਵਿੱਚ ਫਿਰ ਅੰਮ੍ਰਿਤ ਦੀ ਦਾਤ ਦਿੱਤੀ ਸੀ। ਅੰਮ੍ਰਿਤ ਦੀ ਦਾਤ ਦੇ ਕੇ ਓਏ ਹੋਏ, ਫਿਰ ਖੁਦ ਵੀ ਪੀ ਕੇ ਫਿਰ ਅੱਗੋਂ ਸਭ ਨੂੰ ਪਿਆਇਆ, ਇੱਕੋ ਹੀ ਭਾਂਡੇ 'ਚੋਂ ਪਿਆਇਆ। ਅਤੇ ਕਿਸੇ ਨੇ ਇਹ ਨਹੀਂ ਕਿਹਾ ਕਿ ਆਹ ਜੂਠਾ ਮੈਂ ਕਿਉਂ ਪੀਵਾਂ, ਵੀ ਜੂਠਾ ਪਾਣੀ ਮੈਂ ਕਿਉਂ ਪੀਵਾਂ, ਕਿਉਂਕਿ ਜੂਠਾ ਪਾਣੀ ਇਸ ਕਰਕੇ ਹੈ ਕਿ ਮੈਂ ਜੂਠਾ ਇਹਦਾ ਕਿਉਂ ਪੀਵਾਂ, ਮੈਂ ਊਚਾ ਇਹ ਨੀਚਾ। ਹਾਂਜੀ, ਉੱਦਣ ਊਚਾ ਨੀਚਾ ਖਤਮ ਕੀਤਾ ਸੀਗਾ, ਮੈਂ ਇਹਨੂੰ ਮਾਰਿਆ ਸੀਗਾ, ਅਤੇ ਜਿਉਂਦਾ ਕਿਹਨੂੰ ਕੀਤਾ ਸੀ? ਫਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਕੋਲ ਫਿਰ ਆਪਾਂ ਪੁੱਛਦੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਕਹਿੰਦਾ ਵੈ, ਸਰੀਰ ਦਾ ਮਰਨਾ ਵੀ ਜ਼ਮੀਰ ਦਾ ਮਰਨਾ ਮੌਤ ਹੈ, ਸਰੀਰ ਦਾ ਮਰਨਾ ਮੌਤ। ਦੱਸੋ, ਉੱਦਣ ਲੋਕਾਂ ਦੇ ਜ਼ਮੀਰ ਜਗਾਏ ਸੀ। ਹਾਂਜੀ, ਅੱਜ ਕੋਈ ਬੰਦਾ ਆਪਣੀ ਮਾਂ ਪਿਓ ਦੇ ਨਾਲ ਕੋਈ ਗਲਤ ਕੰਮ ਕਰੇ, ਕੋਈ ਮਾਂ ਪਿਓ ਨੂੰ ਮਾਰੇ, ਤਾਂ ਉਹਨੂੰ ਕੀ ਕਹਿੰਦੇ ਨੇ? ਉਹ ਤੇਰਾ ਜ਼ਮੀਰ ਜਾਗਦਾ ਕਿ ਨਹੀਂ ਜਾਗਦਾ? ਉਹ ਤੇਰਾ ਜ਼ਮੀਰ ਹੀ ਮਰ ਗਿਆ, ਤੈਨੂੰ ਤੂੰ ਆਪਣੀ ਮਾਂ ਨੂੰ ਹੀ ਭੁੱਲ ਗਿਆ ਮੈਂ। ਹਾਂਜੀ, ਸੋ ਇਹਨਾਂ ਗਾਣਿਆਂ ਤੋਂ
ਕੋਈ ਤੰਗੀ ਨਹੀਂ। ਜਿਹੜਾ ਕਿਹਾ ਨਾ ਵੀ ਡਾਕਟਰ ਸੁਖਪ੍ਰੀਤ ਸਿੰਘ ਸਾਹਿਬ ਜੀ ਨੇ ਕਿ ਗਾਣੇ ਇੱਦਾਂ ਦੇ ਗਾਓ ਜਿਹੜੇ ਤੁਸੀਂ ਆਪਣੀ ਫੈਮਿਲੀ ਅਤੇ ਆਪਣੀ ਧੀ ਭੈਣ ਦੇ ਵਿੱਚ ਵੀ ਬਹਿ ਕੇ ਦੇਖ ਲਵੋ। ਯਾਰ ਗਾਣੇ ਤੋਂ ਮਨਾ ਨਹੀਂ ਹੈ, ਫੈਸ਼ਨ ਤੋਂ ਮਨਾ ਨਹੀਂ ਹੈ, ਫੈਸ਼ਨ ਤੋਂ ਮਨਾ ਕੋਈ ਨਹੀਂ ਹੈ, ਪਰ ਫੈਸ਼ਨ ਕਰਨਾ ਤਾਂ ਇੱਕ ਗੁਰੂ ਨੇ ਫਿਰ ਇੱਕ ਲਿਮਿਟ ਰੱਖੀ ਹੈ ਇਹਦੀ। ਦਸਮ ਗ੍ਰੰਥ ਪੜ੍ਹੋ ਜਿਹੜੇ ਵਿੱਚ ਹੁੰਦੇ ਆ, ਮੈਨੂੰ ਨਾਮ ਭੁੱਲ ਗਿਆ, ਗੁਰੂ ਨੇ ਉਹਦੇ ਵਿੱਚ ਇਹ ਦੱਸਿਆ ਵੈ ਆਪਣੀਆਂ ਧੀਆਂ ਨੂੰ, ਆਪਣੀਆਂ ਮੁੰਡਿਆਂ ਨੂੰ, ਜਿਹਨਾਂ ਸਿੱਖਾਂ ਨੂੰ ਇਹ ਦੱਸਿਆ ਵੈ ਕਿ ਫੈਸ਼ਨ ਕਰਨਾ ਵੈ ਤਾਂ ਘਰ ਕਰੋ, ਜੇਕਰ ਗਾਣਾ ਫਿਲਮਾਂ ਜੋ ਵੀ ਸੁਣਨਾ ਵੈ ਤਾਂ ਉਹਨੂੰ ਆਪਣੇ ਘਰ ਕਰੋ, ਹਯਾ 'ਚ ਰਹਿ ਕੇ ਕਰੋ, ਕਿਉਂਕਿ ਸਿੱਖੀ ਹਯਾ ਦਾ ਨਾਮ ਹੈ, ਬੇਹਯਾ ਬੇਗੈਰਤੀ ਦਾ ਨਾਮ ਸਿੱਖੀ ਨਹੀਂ ਹੈ, ਸਿੱਖੀ ਗੈਰਤ ਦਾ ਨਾਮ ਹੈ ਕਿ ਦੂਜੇ ਦੀ ਧੀ ਵੀ ਆਪਣੀ ਧੀ, ਇਹਨੂੰ ਕਹਿੰਦੇ ਗੈਰਤ, ਗੈਰਤ ਹੈ ਕੋਈ ਉੱਥੋਂ ਜਿਹੜਾ ਹੁੰਦਾ ਨਾ ਕੋਈ ਦੂਜੇ ਦੀ ਧੀ ਨੂੰ ਵੀ ਲੈ ਕੇ ਜਾਵੇ ਅਤੇ ਸਿੱਖ ਗੈਰਤ ਵਿੱਚ ਆ ਜਾਣ ਕਿ ਸਾਡੀ ਧਰਤੀ ਦੇ ਵਿੱਚੋਂ ਕੋਈ ਬੀਬੀਆਂ ਨੂੰ ਕੋਈ ਲੁੱਟ ਕੇ ਲੈ ਜਾਵੇ, ਠੀਕ ਹੈ ਮਾਲ ਲੁੱਟ ਕੇ ਲੈਣਾ ਸੀ ਲੈ ਜਾਂਦਾ ਜੋ ਕੁਛ ਲੈ, ਲੇਕਿਨ ਇੱਜ਼ਤਾਂ ਇੱਜ਼ਤਾਂ ਸਾਡੀਆਂ ਸਾਂਝੀਆਂ, ਗੈਰਤਮੰਦ ਕੌਮ। ਹਾਂਜੀ, ਸੋ ਸਿੱਖੀ ਗੈਰਤ ਦਾ ਨਾਮ ਹੈ ਅਤੇ ਹਯਾ ਦਾ ਨਾਮ ਹੈ। ਹਯਾ ਗੈਰਤ ਕਿੱਦਾਂ ਹੁੰਦੀ ਹੈ ਕਿ ਜੋ ਕਰਨਾ ਆਪਣੇ ਘਰ ਕਰੋ, ਹਯਾ ਦੇ ਵਿੱਚ ਕਰੋ। ਮੀਆਂ ਜਿਹੜਾ ਪਤੀ ਅਤੇ ਪਤਨੀ ਜੋ ਕੁਛ ਹੈਗਾ ਅਤੇ ਉਹਨਾਂ ਦਾ ਆਪਸ ਰਿਲੇਸ਼ਨ ਜੋ ਵੀ ਹੈ ਅਤੇ ਉਹ ਆਪਣੇ ਆਪਣੇ ਘਰ ਕਰੇ, ਆਪਣੇ ਜਿਹੜਾ ਹੁੰਦਾ ਨਾ ਆਪਣੀ ਜਗ੍ਹਾ ਦੇ ਵਿੱਚ ਜਾਇਆ ਕਰੇ। ਸਰੇਆਮ ਕਰਨਾ ਇਹ ਬੇਹਯਾਈ ਹੈ, ਇਹ ਬਗੈਰਤੀ ਹੈ, ਨਾ ਭੈਣ ਦਾ ਹਯਾ, ਨਾ ਮਾਂ ਦਾ ਹਯਾ ਅਤੇ ਨਾ ਪਿਓ ਦਾ ਹਯਾ। ਸੋ ਗੁਰੂ ਨੇ ਪ੍ਰਚਿੱਤਰ ਕੇ ਇਸ ਤਰ੍ਹਾਂ ਕਰਕੇ ਨਾਮ ਸੀ ਦਸਮ ਗ੍ਰੰਥ ਦਾ, ਜਨਮ ਜਿਹੜਾ ਉਹਨੇ ਕਹਿਣ ਦਿਆ ਸੀਗਾ ਚਰਿੱਤਰ, ਵੀ ਚਰਿੱਤਰ ਇਸ ਤਰ੍ਹਾਂ ਕਰਕੇ ਨਾਮ ਹੈ। ਵੀ ਕੀ ਦੱਸਿਆ ਵੈ ਕਿ ਤੁਸੀਂ ਜੋ ਕੁਛ ਕਰਨਾ ਆਪਣੇ ਘਰਾਂ 'ਚ ਕਰੋ, ਵੀ ਮੇਕਅਪ ਕਰਨਾ ਵੈ ਤਾਂ ਘਰਾਂ 'ਚ ਕਰੋ, ਜਿਹੜਾ ਹੁੰਦਾ ਨਾ ਕੋਰ ਮਲਕਾ ਬਣਾ ਤਾ, ਸਿੱਖ ਨੂੰ ਸਿੰਘ ਬਣਾ ਕੇ ਬਾਦਸ਼ਾਹ ਬਣਾ ਤਾ, ਆਹ ਉਹਨਾਂ ਨੂੰ ਬਾਦਸ਼ਾਹ ਬਣਾਇਆ ਅਤੇ ਉਹ ਕਹਿੰਦੇ ਸੱਚਾ ਪਾਤਸ਼ਾਹ ਤੂੰ ਹੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿ ਸੱਚਾ ਪਾਤਸ਼ਾਹ ਤੂੰ ਹੀ ਸੀ ਜੇ, ਆਹਾ ਹਾ ਕਿਆ ਬਾਤ ਹੈ। ਉਹਨਾਂ ਨੂੰ ਬਾਦਸ਼ਾਹ ਬਣਾਇਆ, ਕੌਰ ਨੂੰ ਉਹਨਾਂ ਦੀ ਮਲਕਾ ਬਣਾਇਆ। ਸੋ ਅੱਜ ਦੀਆਂ ਜਿਹੜੀਆਂ ਮੇਰੀਆਂ ਭੈਣਾਂ ਵਾ, ਮੈਂ ਉਹਨਾਂ ਨੂੰ ਇਹੋ ਹੀ ਕਹਾਂਗਾ ਮੁਸਲਮਾਨ, ਜੋ ਮੈਂ ਸਿੱਖੀਜ਼ਮ ਦੇ ਵਿੱਚ ਜੋ ਮੈਨੂੰ ਗੁਰੂ ਸਾਹਿਬਾਨ ਨੇ ਜੋ ਮੈਨੂੰ ਦਿੱਤਾ, ਜੋ ਮੈਨੂੰ ਸਮਝਾਇਆ, ਉਹ ਇਹੋ ਹੀ ਮਤਲਬ ਜੋ ਮੈਨੂੰ ਦਿੱਤਾ ਉਹ ਇਹੋ ਹੀ ਹੈ ਕਿ ਗੁਰੂ ਸਾਹਿਬਾਨ ਨੇ ਬਾਦਸ਼ਾਹ ਦੀ ਮਲਕਾ ਬਣਾਇਆ ਸੀ, ਗੁਲਾਮ ਦੀ ਪਤਨੀ ਨਹੀਂ ਸੀ ਬਣਾਇਆ, ਗੁਲਾਮ ਦੀ। ਦੇਖੋ ਅੱਜ ਕੱਲ੍ਹ ਕੀ ਹੁੰਦਾ ਦੇਣ, ਕਿ ਮੈਂ ਆਪਣੇ ਬੰਦੇ ਨੂੰ ਗੁਲਾਮ ਕਰ ਲਵਾਂ, ਮੈਂ ਆਪਣੀ ਸੱਸ ਨੂੰ ਗੁਲਾਮ ਕਰ ਲਵਾਂ, ਮੈਂ ਆਪਣੇ ਸਹੁਰੇ ਨੂੰ ਗੁਲਾਮ ਕਰ ਲਵਾਂ, ਜੇ ਮੈਂ ਬਹੁਤਾ ਲੈ ਕੇ ਆਈ ਹੈ ਰੋ ਪਵਾਂਗੀ, ਇਸ ਤਰ੍ਹਾਂ ਹੀ ਹੈ ਨਾ, ਇੱਦਾਂ ਘਰ ਨਹੀਂ ਵੱਸਦੇ, ਇਸ ਤਰ੍ਹਾਂ ਇੱਦਾਂ ਨਹੀਂ ਹੁੰਦਾ। ਫਿਰ ਜਦੋਂ ਫਿਰ ਓਏ ਹਾਏ, ਜਦੋਂ ਫਿਰ ਤਲਾਕਾਂ ਹੁੰਦੀਆਂ, ਜਦੋਂ ਬੀਬੀਆਂ ਰੋਲਦੀਆਂ, ਜਦੋਂ ਬੱਚੇ ਰੋਲਦੇ, ਸ਼ੈਤਾਨ ਬੜਾ ਖੁਸ਼ ਹੁੰਦਾ। ਇਹ ਜ਼ੁਲਮ ਹੈ, ਇੰਨੀਆਂ ਸ਼ਾਦੀਆਂ ਜਿਹੜੀਆਂ ਮਹਿੰਗੀਆਂ ਸ਼ਾਦੀਆਂ ਕਰਨੀਆਂ, ਇਸ ਤਰ੍ਹਾਂ ਸ਼ਾਦੀਆਂ ਕਰਨੀਆਂ, ਇਹ ਜ਼ੁਲਮ ਹੈ ਵੀਰੋ। ਇਸੇ ਜ਼ੁਲਮ ਦੇ ਖਿਲਾਫ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਨੇ ਉਦੋਂ ਇਸੇ ਜ਼ੁਲਮ ਦੇ ਖਿਲਾਫ ਉੱਠੇ ਸੀਗੇ, ਇਸੇ ਜ਼ੁਲਮ ਦੇ ਖਿਲਾਫ ਉਹਨਾਂ ਨੇ ਤਲਵਾਰ ਚੁੱਕੀ ਸੀ, ਤਲਵਾਰ ਕਿ ਚੁੱਕੀ ਸੀ, ਜ਼ਬਾਨ ਬੋਲਾਂ ਦੀ ਤਲਵਾਰ ਚੁੱਕੀ ਸੀ। ਹਾਏ 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 ਹਾਏ,
ਸੋ ਇਹ ਉਹ ਚੀਜ਼ ਹੈ, ਨਾ ਸੁਣਾਓ ਸਫਰੇ ਸ਼ਹਾਦਤ, ਚਲੋ ਇਹਨੂੰ ਹੀ ਸੁਣਾ ਦਿਓ ਕਮ ਅਜ਼ ਕਮ। ਸੰਤ ਬਾਬਾ ਜਨ 1984 ਤੁਸੀਂ ਇਹ ਸੁਣਾ ਦਿਓ। ਹਾਂ ਡਾਕਟਰ ਸੁਖਪ੍ਰੀਤ ਸਿੰਘ ਸਾਹਿਬ ਜੀ ਨੂੰ ਮੈਂ ਕਹਾਂਗਾ, ਅਤੇ ਬਾਕੀ ਮੇਰੇ ਤੋਂ ਵੱਡੇ ਆ, ਮੈਂ ਖੁਦ ਇਹਨਾਂ ਕੋਲ ਬਹੁਤ ਜਿਹੜਾ ਨਾ ਬਹੁਤ ਕੁਛ ਮੈਂ ਸਿੱਖਿਆ। ਮੈਂ ਖੁਦ ਡਾਕਟਰ ਸੁਖਪ੍ਰੀਤ ਸਿੰਘ ਸਾਹਿਬ ਜੀ ਕੋਲ ਮੈਂ ਖੁਦ ਬਹੁਤ ਕੁਛ ਮੈਂ ਸਿੱਖਿਆ ਵੈ। ਸੋ ਇਸ ਕਰਕੇ ਮੇਰਾ ਇਖਤਲਾਫ ਹੈ, ਲੇਕਿਨ ਦਾਇਰਾ ਅਦਬ ਦਾ, ਬਦਤਮੀਜ਼ੀ ਨਹੀਂ। ਜੇਕਰ ਕੁਛ ਗਲਤੀ ਵੀ ਹੋਈ ਹੈ ਤਾਂ ਮੈਂ ਮੁਸਲਮਾਨ, ਮੈਂ ਮਾਫ਼ੀ ਚਾਹੁੰਦਾ ਵੈਂ। ਸੋ ਇਸ ਕਰਕੇ ਫਾਈਨਲ ਗੱਲ ਇਹ ਹੋਈ ਹੈ ਕਿ ਗੁਰੂ ਸਾਹਿਬਾਨ ਨੇ ਵੀ ਬਾਦਸ਼ਾਹ ਦੀ ਮਲਕਾ ਬਣਾਇਆ ਸੀਗਾ, ਗੁਲਾਮ ਦੀ ਪਤਨੀ ਗੁਲਾਮ ਨਹੀਂ ਸੀ ਬਣਾਇਆ, ਗੁਲਾਮੀ ਚੋਂ ਕੱਢ ਕੇ ਆਜ਼ਾਦ ਕੀਤਾ ਸੀਗਾ। ਗੁਰੂ ਸਾਹਿਬਾਨ ਨੇ ਕਿਹਾ ਕਿ ਜੋ ਮੇਕਅਪ ਕਰਨਾ ਵੈ ਆਪਣੇ ਘਰਾਂ 'ਚ ਕਰੋ, ਤਿਆਰ ਹੋਣਾ ਵੈ ਅਤੇ ਆਪਣੇ ਘਰਾਂ 'ਚ ਹੋਵੋ, ਤੁਸੀਂ ਇੱਦਾਂ ਦੇ ਗਾਣੇ ਜੋ ਗਾਉਣੇ ਆ ਤਾਂ ਘਰਾਂ 'ਚ ਗਾਓ, ਆਪਸ ਦੇ ਵਿੱਚ ਗਾਓ, ਕਿਉਂਕਿ ਪਿਆਰ ਵੱਧਦਾ, ਮੁਹੱਬਤ ਵੱਧਦਾ, ਖਲੂਸ ਵੱਧਦਾ, ਆਹਾ। ਅਤੇ ਜਦੋਂ ਤੁਸੀਂ ਤਿਆਰ ਹੋ ਕੇ ਮੁੰਡੇ ਬਾਹਰ ਜਾਂਦੇ ਆ, ਉਹ ਕਾਹਦੇ ਵਾਸਤੇ ਜਾਂਦੇ? ਤਾਂ ਕਿ ਮੈਨੂੰ ਬੀਬੀਆਂ ਦੇਖਣ। ਕਿਉਂ? ਉਹਨੂੰ ਭੈਣ ਨਹੀਂ ਸਮਝਦਾ, ਊਂਚਾ ਨੀਚਾ ਕਰਦਾ, ਸ਼ੈਤਾਨ ਹੈ ਕੀ? ਬੀਬੀਆਂ ਜਿਹੜੀਆਂ ਮੇਰੀਆਂ ਭੈਣਾਂ, ਮੈਂ ਕਿਉਂਕਿ ਹੈਗਾ ਵੈ ਹਰ, ਮੈਂ ਕਹਿੰਦਾ ਪੂਰੀ ਦੁਨੀਆਂ 'ਚ ਹੈ ਇਸ ਤਰ੍ਹਾਂ ਹੀ ਹੈ, ਚਾਹੇ ਪਾਕਿਸਤਾਨ ਕਿਉਂ ਨਹੀਂ, ਇੱਥੇ ਵੀ ਇੱਦਾਂ ਹੀ ਹੈ। ਵੀ ਸਾਨੂੰ ਇੱਕ ਬੁਰਖਾ ਦਿੱਤਾ ਸੀਗਾ, ਸਾਨੂੰ ਇੱਕ ਬਾਣਾ ਦਿੱਤਾ ਸੀਗਾ, ਵੀ ਸਾਡੇ ਨਬੀ ਨੇ, ਇਸਲਾਮ ਨੇ ਸਾਨੂੰ ਬਾਣਾ ਦਿੱਤਾ ਸੀਗਾ। ਸੋ ਜੇਕਰ ਤਿਆਰ ਹੋਣਾ ਤਾਂ ਆਪਣੇ ਘਰਾਂ 'ਚ ਹੋਣਾ ਵੈ, ਅਤੇ ਬਾਹਰ ਤਿਆਰ ਹੋ ਕੇ ਬਾਹਰ ਜਾਣ ਦਾ ਕੀ ਮਕਸਦ ਹੈ? ਕਿ ਲੋਕ ਮੈਨੂੰ ਦੇਖਣਗੇ ਜਿਤੇ, ਅਤੇ ਹੋਲੀ ਵਾਲੇ ਦਿਨ ਲੋਕ ਦੇਖ ਕੇ ਰੰਗ ਸੁੱਟਦੇ ਸੀ, ਇਸੇ ਕਰਕੇ ਤਾਂ ਫਿਰ ਹੋਲਾ ਆਇਆ ਸੀਗਾ। ਹੋਲੇ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਐਲਾਨ ਕਰਕੇ ਮਸ਼ਕਾਂ ਕਰਵਾ ਕੇ ਦੱਸ ਦਿੱਤਾ ਸੀਗਾ ਪੂਰੀ ਦੁਨੀਆ ਨੂੰ, ਜੰਗ ਦੇ ਮੈਦਾਨ ਦੇ ਵਿੱਚ ਬੀਬੀ ਆਵੇ ਅਤੇ ਬੱਚਾ ਆਵੇ, ਭਾਵੇਂ ਦੁਸ਼ਮਣ ਦਾ ਕਿਉਂ ਨਾ ਆਵੇ, ਉਹਦੇ ਉੱਤੇ ਵੀ ਤਲਵਾਰ ਨਹੀਂ ਚੁੱਕਣੀ। ਅਸੀਂ ਵੱਖਰੀ ਕੌਮ, ਅਸੀਂ ਨਿਆਰਾ ਖਾਲਸਾ। ਵੀਰੋ ਸਫਰੇ ਸ਼ਹਾਦਤ, ਸਫਰੇ ਸ਼ਹਾਦਤ ਘਰੋਂ ਸ਼ੁਰੂ ਹੁੰਦੀ ਹੈ। ਮੈਂ ਇਹੋ ਹੀ ਕਹਾਂਗਾ, ਸਫਰੇ ਸ਼ਹਾਦਤ ਜਦੋਂ ਤਿੰਨ ਦਫ਼ਾ ਦੁਹਰਾਈ ਹੈ ਅਤੇ ਤਿੰਨੇ ਦਫ਼ਾ ਸਫਰੇ ਸ਼ਹਾਦਤ ਘਰੋਂ ਸ਼ੁਰੂ ਹੁੰਦੀ ਹੈ। ਬੱਚੇ ਦੀ ਲੜਾਈ, ਬੀਬੀ ਦੀ ਲੜਾਈ, ਮਾਲ ਦੀ ਲੜਾਈ, ਸੇਮ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਸਾਹਿਬਾਨਾਂ ਦੇ ਆਓ ਤੁਸੀਂ ਘਰਾਂ 'ਚੋਂ, ਫਿਰ ਇਸੇ ਤਰ੍ਹਾਂ ਹੀ ਮੁਗਲਾਂ ਦੇ ਘਰਾਂ ਦੇ ਵਿੱਚ ਆਓ, ਬੀਬੀ ਦੀ ਲੜਾਈ, ਬੱਚੇ ਦੀ ਲੜਾਈ ਅਤੇ ਕੁਰਸੀ ਦੀ ਲੜਾਈ, ਪੈਸੇ ਦੀ ਲੜਾਈ। ਮੁੰਡਾ ਜਿਹੜਾ ਹੁੰਦਾ ਨਾ ਪਿਓ ਨੂੰ ਮਾਰਦਾ ਛੁਰਾ, ਬਾਈ ਜਾਂਦਾ ਕੁਰਸੀ 'ਤੇ ਮੈਂ ਬਹਿਣਾ, ਜਿਹੜਾ ਮੁੰਡਾ ਹੁੰਦਾ ਨਾ ਪਿਓ ਨੂੰ ਆਪਣੀ ਜੇਲੇ ਬੰਦ ਕਰ ਦਿੰਦਾ, ਉਹ ਹਾਰ ਗਏ ਬਾਦਸ਼ਾਹ, ਉਹ ਨਾਕਾਮ ਹੋ ਗਏ, ਉਹ ਸ਼ੈਤਾਨ ਦੇ ਹੱਥੀ ਆ ਗਏ। ਹਮਲਾ ਕੌਣ ਕਰਨ ਦਿਆ? ਸ਼ੈਤਾਨ ਕਰਨ ਦਿਆ। ਹੁਣ ਗੁਰੂ ਸਾਹਿਬਾਨਾਂ ਦੇ ਘਰ ਆਏ ਹਾਇਸ਼ ਵੀ ਗੁਰੂ ਸਾਹਿਬਾਨ ਇਨਸਾਫ ਹੋਵੇ ਅਤੇ ਇੱਦਾਂ ਦਾ ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤੱਕ ਵੀ ਕਿਸੇ ਗੁਰੂ ਸਾਹਿਬਾਨ ਨੇ ਆਪਣੇ ਬੱਚੇ 'ਚ ਅਤੇ ਦੂਸਰਿਆਂ ਦੇ ਬੱਚਿਆਂ ਦੇ ਵਿੱਚ ਫਰਕ ਹੀ ਨਹੀਂ ਗਾ ਸਮਝਿਆ। ਵਾਹ ਬਈ ਵਾਹ, ਇਨਸਾਫ ਹੋਵੇ ਅਤੇ ਇੱਦਾਂ ਦਾ ਹੋਵੇ। ਇਨਸਾਫ ਗੁਰੂ ਸਾਹਿਬਾਨ ਨੇ ਇਨਸਾਫ ਕੀਤਾ, ਉਹ ਕਾਮਯਾਬ ਹੋਏ। ਹਾਂਜੀ, ਉਹ ਬਾਦਸ਼ਾਹ ਨਾਕਾਮ ਹੋਏ। ਅਤੇ ਘਰਾਂ 'ਚ ਕੌਣ ਹਮਲਾ ਕਰਨ ਦਿਆ ਸੀਗਾ? ਸ਼ੈਤਾਨ। ਅਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਤੇ ਆ ਕੇ ਜਦੋਂ ਵੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਕਿਉਂ ਪਾਇਆ ਸੀਗਾ? ਕਿਉਂਕਿ ਇੱਥੋਂ ਖਤਰਾ ਸੀਗਾ ਪੰਥ ਕੋਲੋਂ। ਹਾਂਜੀ, ਕਿਉਂਕਿ ਪਹਾੜੀ ਰਾਜਿਆਂ ਨੇ ਖੱਤ ਲਿਖ ਕੇ ਭੇਜਿਆ ਸੀਗਾ ਕਿ ਉਹਨਾਂ ਨੇ ਫੌਜ ਬਣਾਈ ਨੀਲੇ ਰੰਗ ਦੀ, ਹੁਣ ਤੇਰੇ ਤਖਤ ਗਿਆ, ਤੂੰ ਖਤਮ। ਉਹ ਚੜ੍ਹ ਆਏ ਸਾਰੇ,
ਉਹਨਾਂ ਨੂੰ ਖਤਰਾ ਸੀਗਾ ਪੰਥ ਤੋਂ। ਕੀ ਕਹਿੰਦੇ ਸੀਗੇ? ਉਹ ਕਹਿੰਦੇ ਕਲਮਾ ਪੜ੍ਹ ਲੈ। ਅਤੇ ਛੋਟੇ ਸਾਹਿਬਜ਼ਾਦੇ ਕਹਿੰਦੇ, ਉਹਨਾਂ ਕੋਲ ਪੁੱਛਿਆ ਤੂੰ ਕੀ ਕਰੇਗਾ? ਉਹਨੇ ਕਿਹਾ ਮੈਂ ਸਿੱਖੀ ਦੇ ਉੱਤੇ ਮੈਂ ਫਿਰ ਚੱਲਾਂਗਾ। ਅਤੇ ਉਹਨਾਂ ਨੇ ਕਿਹਾ ਤੂੰ ਪੜ੍ਹ। ਉਹਨੇ ਕਹਿੰਦੇ ਮੈਂ ਚੱਲਾਂ। ਉਹਨੇ ਕਾਹਤੇ ਚੱਲਾਂ? ਉਹਨੇ ਕਿਹਾ ਮੈਂ ਆਪਣੇ ਬਾਪ ਦਾਦੇ ਦੀ ਸੋਚ 'ਤੇ ਚੱਲਾਂ। ਉਹਨੇ ਕਿਹਾ ਪੜ੍ਹ ਲੈ, ਚੰਗਾ ਰਹੇਗਾ। ਉਹਨੇ ਕਹਿੰਦੀ ਮੈਂ ਨਹੀਂ ਪੜ੍ਹਨਾ, ਮੈਂ ਚੱਲਾਂ। ਉਹਨੇ ਕਿੱਦਾਂ ਚੱਲੇਗਾ? ਉਹਨੇ ਕਿਹਾ ਮੈਂ ਫੌਜਾਂ ਬਣਾਵਾਂਗਾ, ਫੌਜਾਂ ਬਣਾ ਕੇ ਅਤੇ ਮੈਂ ਜ਼ੁਲਮ ਦੇ ਖਿਲਾਫ਼ ਲੜਾਂਗਾ, ਲੜਾਂਗਾ। ਉਹਨੇ ਕਿਹਾ ਪੜ੍ਹਨਾ ਨਹੀਂ, ਲੜਾਂਗਾ, ਜ਼ੁਲਮ ਦੇ ਖਿਲਾਫ਼ ਲੜਾਂਗਾ। ਆਏ ਹਾਏ 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 ਹਾਏ! ਜਦੋਂ ਪੜ੍ਹਨ 'ਚ ਅਤੇ ਲੜਨ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਅਤੇ ਗੁਰੂ ਬੇਇਨਸਾਫ਼ੀ ਨਹੀਂ ਕਰਦਾ, ਜਿੰਨੇ ਅਗਰ ਗੱਲ ਕੀਤੀ ਹੈ ਉਹਨੂੰ ਗੱਲ ਦਾ ਜਵਾਬ ਗੱਲ ਵਿੱਚ ਹੀ ਦੇਵੇਗਾ, ਗੱਲ ਦਾ ਜਵਾਬ ਤਲਵਾਰ ਨਾਲ ਨਹੀਂ ਦੇਵੇਗਾ। ਇਹ ਬੇਇਨਸਾਫ਼ੀ ਹੋ ਜਾਂਦੀ ਹੈ। ਹਾਂਜੀ ਦੱਸੋ, ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਜਿੰਨੇ ਸਵਾਲ ਕੀਤਾ ਉਹਨੂੰ ਉਸ ਉੱਦਾਂ ਹੀ ਜਵਾਬ ਦਿੱਤਾ ਕਿ ਨਹੀਂ ਦਿੱਤਾ? ਅਤੇ ਜਿੰਨੇ ਫਿਰ ਤਲਵਾਰ ਚੁੱਕ ਕੇ ਆਇਆ ਨਾ, ਫਿਰ ਆਇਆ ਤਾਂ ਆਪਣੀ ਮਰਜ਼ੀ ਦੇ ਨਾਲ ਆ, ਕੋਈ ਗਿਆ ਫਿਰ ਗੁਰੂ ਦੀ ਮਰਜ਼ੀ ਦੇ ਨਾਲ ਉੱਥੋਂ, ਫਿਰ ਪਹਾੜੀ ਰਾਜੇ ਜਿੰਨੇ ਵੀ ਜੋ ਕੁਛ ਵੀ ਸੀਗਾ। ਹਾਂਜੀ ਸੋ ਵੀਰੋ, ਸਫ਼ਰੇ ਸ਼ਹਾਦਤ ਗੁਰੂ ਸਾਹਿਬਾਨਾਂ ਦੇ ਵੀ ਇੱਕ ਘਰੋਂ ਸ਼ੁਰੂ ਹੁੰਦੀ ਹੈ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਸਭ ਤੋਂ ਵੱਡਾ ਭਾਈ ਸੀਗਾ, ਮੈਨੂੰ ਉਦੋਂ ਇੱਕ ਮਿੰਟ ਬੁੱਕਸ ਵਿੱਚ ਯਾਦ ਦੱਸਿਆ ਵੀ ਸੀਗਾ ਕਿਸੇ ਨੇ, ਬਾਬਾ ਮੈਨੂੰ ਫਿਰ ਚੇਤਾ ਭੁੱਲ ਗਿਆ ਯਾਰ, ਗੁਰੂ ਰਾਮਦਾਸ ਸਾਹਿਬ ਜੀ ਦੇ ਤਿੰਨ ਮੁੰਡੇ ਸੀ। ਸਭ ਤੋਂ ਵੱਡਾ ਮੁੰਡਾ ਸੀ, ਫਿਰ ਉਸ ਤੋਂ ਬਾਅਦ ਦੂਸਰਾ ਮੁੰਡਾ ਸੀ, ਫਿਰ ਤੀਸਰਾ ਮੁੰਡਾ ਗੁਰੂ ਅਰਜਨ ਦੇਵ ਸਾਹਿਬ ਜੀ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਗੱਦੀ 'ਤੇ ਪਾਇਆ ਨਾ ਜਦੋਂ, ਕਿਉਂ ਪਾਇਆ? ਕਿਉਂਕਿ ਇਨਸਾਫ਼ ਕਰਦਾ। ਹੁਣ ਘਰ ਚੱਲਣਾ ਚਾਹੀਦਾ ਵੈ, ਇਹ ਨਹੀਂ ਹੈ ਕਿ ਮੈਂ ਚਲਾਵਾਂ, ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਮੈਂ ਬਣਾ, ਇਹ ਨਹੀਂ ਹੋਣਾ ਚਾਹੀਦਾ। ਮੈਂ ਮਾਰਨੀ ਹੈ ਪਰ ਕਿੱਦਾਂ ਚੱਲਣਾ ਚਾਹੀਦਾ? ਇਨਸਾਫ਼ ਨਾਲ ਚੱਲਣਾ ਚਾਹੀਦਾ। ਹਾਂਜੀ ਇਨਸਾਫ਼ ਕਰਨਾ ਸਿਫਤ ਕਿਹਦੀ ਹੈ? ਉਸ ਮਾਲਕ ਦੀ। ਉਹਨੇ ਕਿਹਾ ਉਹਦਾ ਨਾਮ ਦੱਸ ਮਾਲਕ ਦਾ। ਅੱਗੋਂ ਪੁੱਛਿਆ ਆਪਣੇ ਮਾਲਕ ਦਾ ਨਾਮ ਦੱਸ, ਅਤੇ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸਤਨਾਮ, ਉਹਦਾ ਨਾਮ ਸੱਚ ਹੈ। ਇਸ ਸੱਚ ਦੇ ਉੱਤੇ ਚੱਲਣਾ, ਖੁਦਾ ਨੂੰ ਪਹਿਚਾਨਣਾ, ਮੰਜ਼ਿਲ ਤੱਕ ਪਹੁੰਚਣਾ। ਆਹਾ ਬਾਕੀ ਖੁਦ ਸਮਝੋ ਯਾਰ, ਵੀ ਚਮਕੀਲੇ ਨੇ ਆ ਕੇ ਕੀ ਕੀਤਾ? ਹੁਣ ਕੀ ਹੁੰਦਿਆ? ਸਰੇਆਮ ਗਾਣੇ ਇਸ ਤਰ੍ਹਾਂ ਜਿਹੜਾ ਹੁੰਦਾ, ਸਰੇਆਮ ਹੀ ਇੱਦਾਂ ਹੁੰਦਿਆ ਸਾਰਾ ਹਰ ਸ਼ਾਈ। ਸੋ ਇਹ ਕੋਈ ਮਨਾ ਨਹੀਂ ਹੈ, ਇਹ ਹੋਵੇ ਅਤੇ ਆਪਣੇ ਘਰਾਂ ਦੇ ਵਿੱਚ ਇੱਕ ਪਤੀ ਅਤੇ ਪਤਨੀ ਵਾਸਤੇ, ਕਿ ਉਹ ਵੀ ਉਹਦੇ ਵਿੱਚ ਵੀ ਬੋਲ ਵੀ ਫਿਰ ਮਾਂ ਪਿਓ ਦੇ ਨਾ ਹੋਣ, ਮਾਏ ਮੇਰਾ ਇਸ਼ਕ ਮਿਟਾਓ। ਉਹ ਕਦੀ ਮਾਂ ਨੂੰ ਵੀ ਕਿਹਾ ਇੱਦਾਂ ਕਿ ਮਾਂ ਮੇਰਾ ਜਿਹੜਾ ਹੁੰਦਾ ਨਾ, ਮਾਂ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ? ਇਹ ਖੰਡੇ ਪਾਟ ਦੀ ਪੋਲ ਦੇ ਉੱਤੇ ਉਹਨੇ ਹੱਥ ਮਾਰਿਆ, ਹੱਥ ਪਾਇਆ ਇਹਨੇ, ਇਹ ਸਿੱਖੀ ਨੂੰ ਬਦਨਾਮ ਕਰਨ ਦਿਆ ਪੂਰੀ ਦੁਨੀਆਂ ਦੇ ਵਿੱਚ। ਬਸ ਬਾਕੀ ਜੋ ਮੈਂ ਆਪਣੀ ਮੁਸਲਮਾਨ ਦੇ ਨਾਲ ਜੋ ਮੈਂ ਸਮਝਦਾ ਸੀ ਉਹ ਤੁਹਾਨੂੰ ਦੱਸਦਾ, ਬਾਕੀ ਤੁਹਾਡਾ ਹੀ ਖਿਆਲ ਹੈ, ਤੁਹਾਡੀ ਕੀ ਰਾਏ, ਤੁਸੀਂ ਥੱਲੇ ਕਮੈਂਟ ਬੋਕਸ ਲਾ ਦੇ ਦੱਸੋ।